ਮੈਂ ਪਾਕਿਸਤਾਨ ਦੀ ਗਲੀ ਗਲੀ ਫਿਰਿਆ ਮੇਰਾ ਵੀਰ ਲੱਭ ਜਾਏ ਸਜਣਾ 14 ਅਗਸਤ ਕਰੀਬ ਇਸੇ 14 ਅਗਸਤ ਨੂੰ ਵੀਰ ਵੀਰਾਂ ਤੂੰ ਜਦਾਏ ਹੋਏ ਨੇ ਇਸੇ 14 ਅਗਸਤ ਤੋਂ ਤੀਆਂ ਪਿਓ ਨਾਲ ਜਦਾਈ ਹੋਈਆਂ ਨੇ ਵੀਰ ਵੀਰਾਂ ਨਾਲ ਜਦਾਈਆਂ ਪਾ ਗਏ ਨੇ ਹੈ ਬਾਪ ਕਿਤੇ ਰੁੱਲ ਗਿਆ ਏ ਪੁੱਤਰ ਕਿਤੇ ਰੁੱਲ ਗਿਆ ਏ ਹੈ ਤੀਆਂ ਕਿਤੇ ਰਹਿ ਗਈਆਂ ਜੇ ਮਾਵਾਂ ਕਿਤੇ ਰਹਿ ਗਈਆਂ ਜੇ ਬਾਬਾ ਜੀ ਜਦੋਂ ਪਾਕਿਸਤਾਨ ਵਿੱਚ ਵੰਡ ਹੋਈ ਏ ਹੱਲਾ ਦੀ ਕਸਮ ਏ ਜਦੋਂ ਮੈਂ ਗੱਲਾਂ ਸੁਣਨਾ ਇੱਥੋਂ ਹੀ ਆ ਜਾਂਦਾ ਏ ਇੱਕ ਮਾਂ ਮੈਨੂੰ ਕਹਿਣ ਲੱਗੀ ਮੌਲਵੀ ਜੀ ਮੇਰੇ 2 ਪੁੱਤਰ ਨੇ ਅੱਧੀ ਰਾਤ ਨੂੰ ਮੈਂ ਜਲੰਧਰੋਂ ਲੈ ਕੇ ਨਸੀਆਂ ਅੱਧੀ ਰਾਤ ਦਾ ਵੇਲਾ ਏ ਇੱਕ ਮੇਰੇ ਪੁੱਤਰ ਨੂੰ ਸਾਹਮਣੇ ਤਲਵਾਰ ਵੱਜੀ ਏ ਉਹਦਾ ਗਰਦਨ ਥਣ ਤੋਂ ਜੁਦਾ ਹੋ ਗਈ ਏ ਹਾਂਜੀ ਏ ਮੌਲਵੀ ਜੀ ਮੈਂ ਰੋਂਦਿਆਂ ਪੁੱਤਰ ਲੈ ਕੇ ਨਸੀਆਂ ਹਜੇ ਵੀ ਮੇਰਾ ਪੁੱਤਰ ਮੈਨੂੰ ਯਾਦ ਆਉਂਦਾ ਏ ਹਜੇ ਵੀ ਮੈਨੂੰ ਉਹ ਵੇਲਾ ਯਾਦ ਆਉਂਦਾ ਏ ਹਜੇ ਮਾਈ ਹੋ ਗਈ ਏ ਪੋਤਰਿਆਂ ਨੂੰ ਆਉਂਦੀ ਏ ਮੇਰਾ ਪੁੱਤਰ ਲੈ ਆਓ ਜਿਹੜਾ ਹਿੰਦੁਸਤਾਨ ਵਾਲਿਆਂ ਨੇ ਮਾਰਿਆ ਏ ਹੈ ਮੇਰਾ ਬੱਚਾ ਮੈਨੂੰ ਆਵਾਜ਼ਾਂ ਦਿੰਦਾ ਹੋਣਾ ਹੈ ਮੇਰਾ ਪੁੱਤਰ ਆਉਂਦਾ ਹੋਣਾ ਅੰਮਾ ਆ ਜਾ ਅੱਜ ਬ੍ਰਹਮੇ ਚੱਕ ਦੇ ਮਲਕ ਬੈਠੇ ਹੋ ਜੁਮਲੇ ਜ਼ਾਇਆ ਨਾ ਕਰ ਯਾਰ ਇਸੇ ਵਾਸਤੇ ਆਲਲ ਐਲਾਨ ਨਾ ਹਸੇ ਮਹਿਤਾ ਕੀ ਸੋਨਾਵਾ ਮਾਂ ਜਿਹਦੇ ਵਿਹੜੇ ਮਾਂ ਇੱਕ ਵਾਰੀ ਹੱਥ ਬੁਲੰਦ ਕਰੇ ਮੇਰੇ ਨਾਲ ਕੈਮਰਾਮੈਨ ਗਵਾਹੀ ਦੇਣੀ ਆ ਤੇ ਵੇਖਣਾ ਹੀ ਮਾਂ ਲਾ ਬੈਠਾ ਹੈ ਨਾ ਫਿਰ ਮਿਲ ਕੇ ਕਹੋ ਹਸੇ ਮਹਿਤਾ ਕੀ ਸੋਨਾਵਾ ਮਾਂ ਦੀਆਂ ਤਾਰੇ ਦਿੰਦੀਆਂ ਆਏ ਹਾਏ ਤਾਂ ਮਲਕ ਸਾਹਿਬ ਜਿਹਨੂੰ ਜੋ ਮਿਲਿਆ ਇਸ ਮਾਂ ਦੀ ਦੁਆ ਦਾ ਸਦਕਾ ਮਿਲਿਆ ਏ ਇਸ ਅੰਮੀ ਦੀ ਦੁਆ ਦਾ ਸਦਕਾ ਮਿਲਿਆ ਏ ਤਾਂਯੂ ਤੇਰੇ ਵੇੜੇ ਸੁਲਤਾਨੀ ਕਹਿ ਰਿਹਾ ਏ ਤਾਰੇ ਦਿੰਦੀਆਂ ਦੋਵਾਂ ਤਾਰੇ ਦਿੰਦੀਆਂ ਨੇ ਦੋਵਾਂ ਬੱਚੇ ਛੋਟੇ ਮਾਂ ਦੁਆ ਵੀ ਮੰਗਦੀ ਏ ਇੱਧਰ ਵੇਖੋ ਮਲਕ ਸਾਹਿਬ ਇੱਕ ਨੂੰ ਸੱਜੇ ਪਾਸੇ ਬਿਠਾਇਆ ਇੱਕ ਨੂੰ ਖੱਬੇ ਪਾਸੇ ਇੱਕ ਵੱਡਾ ਇੱਕ ਛੋਟਾ ਏ ਨਾਲੇ ਰੋਂਦੀ ਜਾਂਦੀ ਏ ਨਾਲੇ ਆਉਂਦੀ ਏ ਪੁੱਤਰੋ ਮੇਰੀ ਜਾਨ 2 ਸਾਲ ਹੋ ਗਏ ਮਾਂ ਨੇ ਕੱਪੜੇ ਨਹੀਂ ਖਰੀਦੇ 5 ਸਾਲ ਹੋ ਗਏ ਪਿਓ ਨੇ ਜੋੜਾ ਨਹੀਂ ਖਰੀਦਿਆ ਤੇਰੇ ਕੱਪੜੇ ਵੀ ਨਵੇਂ ਤੇਰੀਆਂ ਜੁੱਤੀਆਂ ਵੀ ਨਵੀਆਂ ਤੇਰੀ ਹਰ ਚੀਜ਼ ਈ ਤੇ ਲੈ ਕੇ ਆਉਂਦੀ ਰਹੀ ਏ ਜਿੰਨੇ ਰੋਂਦੇ ਪਿਓ ਮੈਨੂੰ ਇਮਾਨਦਾਰੀ ਨਾ ਦੱਸੋ ਜਦੋਂ ਤੁਸੀਂ ਛੋਟੇ ਛੋਟੇ ਸੋ ਜ਼ਰਾ 20 ਸਾਲ 30 ਸਾਲ 40 ਸਾਲ ਪਿੱਛੇ ਜਾ ਉਹ ਕੱਚਾ ਵੇੜਾ ਸੀ ਬਾਬਾ ਜੀ ਬਾਲੇ ਪੇ ਛੱਤ ਗਾਡਰ ਤੇ ਛਤੀਰਾਂ ਵਾਲੇ ਛੱਤ ਆਉਂਦੇ ਸਨ ਉਦੋਂ ਮਕਾਨ ਕੱਚੇ ਆਉਂਦੇ ਸਨ ਰਿਸ਼ਤੇ ਪੱਕੇ ਆਉਂਦੇ ਸਨ ਜੋ ਕਰੀ ਮੈਂ ਗੱਲ ਨੇੜੇ ਲੈ ਗਿਆ ਮਕਾਨ ਕੱਚੇ ਆਉਣੇ ਮਲਕ ਸਾਹਿਬ ਇੱਕ ਹੀ ਕਮਰੇ ਵਿੱਚ ਪੈਣਾ ਵੀ ਪਈਆਂ ਰਹਿੰਦੀਆਂ ਨੇ ਭਰਾ ਵੀ ਰਹਿੰਦੇ ਪਏ ਨੇ ਇੱਕ ਮਕਾਨ ਵਿੱਚ ਚਾਚੇ ਵੀ ਜ਼ਿੰਦਗੀ ਕੱਢ ਛੱਡੀ ਤਾਏ ਵੀ ਜ਼ਿੰਦਗੀ ਕੱਢ ਛੱਡੀ ਬਾਬਾ ਜੀ ਕਦੀ ਰੋਲਾ ਨਹੀਂ ਬਣਿਆ ਕਦੀ ਲੜਾਈਆਂ ਨਹੀਂ ਹੋਈਆਂ ਕਦੀ ਤੁਹਾਡੀ ਦਾਦੀ ਮੇਰੀ ਦਾਦੀ ਕਦੀ ਤੁਹਾਡੀ ਮਾਂ ਨੇ ਆਖਿਆ ਹੋਵੇ ਉਹ ਕੰਮ ਮੈਂ ਕੀਤਾ ਐ ਨਹੀਂ ਮੈਂ ਕਰਨਾ ਡੇਰੇ ਦੇ ਵੀ ਕਰਨੇ ਹਵੇਲੀ ਦੇ ਵੀ ਕਰਨੇ
ਗੱਲਾਂ ਜ਼ਾਇਆ ਨਾ ਕਰੀ, ਬੜੀ ਕਰੋੜਾਂ ਦੀਆਂ ਗੱਲਾਂ ਬਰਾਮੇ ਚੱਕਦੀ ਸਰਜ਼ਮੀਨ ਚ ਪੂਰੀ ਦੁਨੀਆਂ ਨੂੰ ਦੇ ਚੱਲਾਂ। ਡੇਰੇ ਦੇ ਵੀ ਕੰਮ ਕਰਨੇ, ਕਾਰ ਦੇ ਵੀ ਕੰਮ ਕਰਨੇ, ਮੂੰਜੀਆਂ ਵੀ ਲਾਣੀਆਂ, ਕਣਕਾਂ ਵੀ ਬੀਜਣੀਆਂ, ਡੇਰਿਆਂ ਤੇ ਵੀ ਜਾਣੇ। ਕਦੀ ਸ਼ਿਕਵੇ ਨਹੀਂ ਕੀਤੇ, ਕਦੀ ਸਾਡੀਆਂ ਮਾਵਾਂ ਲੜਾਈਆਂ ਨਹੀਂ ਸੁਣ ਕੀਤੀਆਂ, ਕਦੀ ਸਾਡੀਆਂ ਦਾਦੀਆਂ ਲੜਾਈਆਂ ਨਹੀਂ ਸੁਣ ਕੀਤੀਆਂ। ਬੰਦੇ ਖਰਚਾ ਦਿੱਤਾ ਤੇ ਆਮੀਨ, ਜੇ ਨਾ ਦਿੱਤਾ ਤੇ ਫਿਰ ਵੀ ਆਮੀਨ। ਕਦੀ ਬੰਦੇ ਨਾਲ ਲੜਾਈ ਨਹੀਂ ਲਈ, ਕਦੀ ਬੰਦੇ ਨਾਲ ਸ਼ਿਕਵਾ ਨਹੀਂ ਕੀਤਾ। ਮੇਰੇ ਕੱਪੜੇ ਚੰਗੇ ਨਹੀਂ, ਮੇਰੀ ਜੁੱਤੀ ਚੰਗੀ ਨਹੀਂ, ਮੈਂ ਫਲਾਣੀ ਜਗ੍ਹਾ ਤੇ ਜਾਣਾ, ਮੈਂ ਆਪਣੀਆਂ ਮਾਵਾਂ ਤੇ ਪੈਣਾ ਅੱਗੇ ਹੱਥ ਬੰਨਣਾ, ਇਹ ਥੱਲੇ ਮੇਰੀਆਂ ਮਾਵਾਂ ਪੈਣਾ ਪੀਆਂ ਸੁਣਦੀਆਂ ਨੇ। ਕਦੀ ਬਾਤੇ ਦੇ ਸ਼ਿਕਵਾ ਨਾ ਕਰਿਆ ਰੇ, ਕਦੀ ਖਾਵਾਂ ਦੀ ਸ਼ਿਕਾਇਤ ਨਾ ਕਰਿਆ ਰੇ, ਕਦੀ ਖਾਵਾਂ ਦਾ ਗੀਲਾ ਨਾ ਕਰਿਆ ਰੇ। ਇਹਨੇ ਜੋ ਕਮਾਇਆ ਤੇਰੀ ਤਲੀ ਤੇ ਰੱਖਿਆ ਏ, ਇਹਨੇ ਜੋ ਕਮਾਇਆ ਤੇਰੇ ਤੇ ਲਾਇਆ ਏ, ਇਹਨੇ ਬਾਬਾ ਇੱਕ ਰੁਪਇਆ ਖਰਚ ਨਹੀਂ ਕੀਤਾ। ਇਹਨੇ ਕਦੀ ਆਪਣੇ ਕੱਪੜੇ ਨਹੀਂ ਲਏ, ਇਹਨੇ ਕਦੀ ਆਪਣੀਆਂ ਜੁੱਤੀਆਂ ਨਹੀਂ ਲਈਆਂ, ਇਹਨੇ ਕਦੀ ਆਪਣੀਆਂ ਖਾਸ਼ਾਂ ਨਹੀਂ ਵੇਖੀਆਂ। ਹੱਲਾ ਦੀ ਕਸਮ ਬ੍ਰਹਮੇ ਜਗ ਵਾਲਿਆ, ਅੱਜ ਮੈਂ ਅਲਲ ਇਲਾਣਾ ਨਾ ਵਾ, ਅੱਜ ਜਿਹੜੀਆਂ ਤੀਆਂ ਸਾੜੀਆਂ ਕਿਸੇ ਦੇ ਵਿਹੜੇ ਜਾਂਦੀਆਂ ਨੇ ਜਾਂ ਕਿਸੇ ਦੀਆਂ ਸਾਡੇ ਵਿਹੜੇ ਆਉਂਦੀਆਂ ਨੇ, ਕਦੀ ਸੱਸ ਨੂੰ ਤਾਨਾ ਨਾ ਮਾਰਿਆ ਰੇ, ਕਦੀ ਸੱਸ ਨਾਲ ਜ਼ੁਲਮ ਨਾ ਕਰਿਆ ਰੇ, ਕਦੀ ਸਹੁਰੇ ਨੂੰ ਦਾਬਾ ਨਾ ਮਾਰਿਆ ਰੇ। ਨੀ ਮੇਰੀ ਇਹ ਧੀ ਹੈ, ਕਦੀ ਇਹ ਨਾ ਆਖੀ ਵੇ ਬਾਬਾ ਤੇਰਾ ਇੱਥੇ ਕੀ ਹੈ, ਨੀ ਮਾਹੀ ਤੇਰਾ ਇੱਥੇ ਕੀ ਹੈ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਵੇ, ਜਿਸ ਨੂੰ ਨੇ ਆਪਣੀ ਸੱਸ ਦੀ ਖਿਦਮਤ ਕੀਤੀ ਹੈ, ਹੱਲਾ ਉਹਦੇ ਪੁੱਤਰਾਂ ਨੂੰ ਇੱਥੇ ਵੀ ਨੇਕ ਬਣਾਏਗਾ, ਉੱਥੇ ਵੀ ਨੇਕ ਬਣਾਏਗਾ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ, ਜਿਨੇ ਮਾਂ ਨੂੰ ਸਤਾਇਆ। ਇੱਧਰ ਸੁਣਿਓ ਤੇ ਮੈਂ ਤਕਰੀਰ ਛੱਡਣ ਲੱਗਾ, ਮੇਰੇ ਵੱਲ ਵੇਖਿਆ ਜੇ, ਹੈ ਜਿਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ। ਮਲਕ ਸਾਹਿਬ ਇਹ ਮਿਸਰੇ ਸੁਣਨੇ ਨਹੀਂ, ਇਹਨੂੰ ਸ਼ੇਰ ਨਹੀਂ ਸਮਝਣਾ, ਆਪਣੇ ਦਿਲ ਤੇ ਲਿਖ ਕੇ ਲੈ ਜਾਈ। ਤੇ ਮੌਲਵੀ ਆ ਕੇ ਕਹਿ ਰਿਹਾ, ਜਿਨੇ ਮਾਂ ਨੂੰ ਸਤਾਇਆ, ਹੈ ਜਿਨੇ ਬੈਠੀ ਹੋ ਮੇਰੇ ਵੱਲ ਵੇਖਿਆ ਜੇ, ਹੈ ਜਿਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ। ਹੁਣ ਇੱਧਰ ਵੇਖਿਓ ਬਾਬਾ ਜੀ, ਹੱਲਾ ਦੀ ਕਸਮ ਹੈ ਤੁਹਾਡੇ ਅਥਰੂ ਕੇ ਦੱਸ ਦੇਣ, ਓਏ ਤੁਸਾਂ ਔਲਾਦ ਨਾਲ ਬੜਾ ਪਿਆਰ ਕੀਤਾ ਏ, ਤੁਸਾਂ ਪੁੱਤਰਾਂ ਨਾਲ ਬੜੇ ਚਾਅ ਕੀਤੇ ਨੇ। ਓਏ ਜਿਨੇ ਮਾਂ ਨੂੰ ਸਤਾਇਆ, ਓਏ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ। ਹੁਣ ਅਰਸ਼ ਹੈ ਲਾਇਆ, ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਪਾੜੀ ਖੋਲ ਕੇ ਕੁਰਾਨ। ਤੁਸੀਂ ਆਖੋਗੇ ਮੌਲਵੀ ਸਾਹਿਬ ਕੁਰਾਨ ਗਵਾਈ ਦੇ ਰਿਹਾ ਏ, ਹਾਂ ਬਾਬਾ ਜੀ ਕੁਰਾਨ ਗਵਾਈ ਦੇ ਰਿਹਾ ਏ। ਰੱਬੀ ਰਹਿਮ ਹੁਮਾ ਕਮਾ ਰੱਬਾ ਯਾਨੀ ਸਗੀਰਾ। ਅੱਜ ਅਸੀਂ ਸਾਰੇ ਹਜ਼ਰਾਤ ਸਲਾਨਾ ਖਤਮ ਸ਼ਰੀਫ ਦੀ ਮਹਿਫਲ ਦੇ ਅੰਦਰ ਤਸ਼ਰੀਫ ਫਰਮਾਵਾਂ, ਜਨਾਬੇ ਮੁਹੰਮਦ ਸ਼ਹਿਬਾਜ਼ ਮਰਹੂਮ ਇਹਨਾਂ ਦਾ ਸਲਾਨਾ ਖਤਮੇ ਪਾ ਕੇ ਬਾਨੀਆਂ ਨੇ ਮਹਿਫਲ, ਜਨਾਬੇ ਮੋਹਤਰਮ ਮਲਕ ਇਜਾਜ਼ ਸਾਹਿਬ, ਜਨਾਬੇ ਮੋਹਤਰਮ ਮਲਕ ਕਾਲਾ ਮਲਕ ਅਖਤਰ ਸਾਹਿਬ, ਜਿਨ੍ਹਾਂ ਨੇ ਅੱਜ ਦੀ ਇਹ ਸਾਰੀ ਬਜ਼ਮ ਨੂੰ ਸਜਾਇਆ, ਅੱਲਾ ਕਰੀਮ ਇਹਨਾਂ ਦਾ ਇੰਤਜ਼ਾਮ ਕਰਨਾ, ਤੁਹਾਡਿਆਂ ਸਾਰਿਆਂ ਦਾ ਇਸ ਮਹਿਫਲ ਦੇ ਵਿੱਚ ਆ ਕੇ ਬੈਠਣਾ, ਜ਼ਿਕਰ ਕਰਨਾ, ਜ਼ਿਕਰ ਸੁਣਨਾ, ਆਪਣੀ ਪਾਕ ਬੁਲੰਦ ਬਾਰਗਾਹ ਦੇ ਅੰਦਰ
ਕਬੂਲ ਤੇ ਮਨਜ਼ੂਰ ਫਰਮਾਏ। ਮਾਸ਼ਾਅੱਲਾ, ਇਧਰ ਨੂੰ ਕਰੋ ਪੱਖਾ ਯਾਰ। ਅੱਜ ਦੀ ਇਹ ਖੂਬਸੂਰਤ ਮਹਿਫਲ, ਇੱਥੇ ਉੱਤੇ ਆਓ ਕਿਉਂ, ਇਹ ਦੂਸਰੀ ਮੇਰੀ ਹਾਜ਼ਰੀ ਹੈ ਇਸ ਘਰ ਦੇ ਅੰਦਰ। ਪਿਛਲਾ ਪ੍ਰੋਗਰਾਮ ਵੀ ਪੂਰੀ ਦੁਨੀਆ 'ਤੇ ਚੱਲਿਆ, ਫੇਸਬੁੱਕ 'ਤੇ, ਯੂਟਿਊਬ 'ਤੇ ਲੋਕਾਂ ਨੇ ਸੁਣਿਆ ਔਰ ਲੋਕਾਂ ਨੇ ਸੁਣ ਕੇ ਉਹਨਾਂ ਬਾਤਾਂ 'ਤੇ ਅਮਲ ਵੀ ਕੀਤਾ। ਰਹਿਮੇ ਚਾਕਾ ਲਿਓ, ਗੱਲ ਹਕੀਕਤ ਹੈ ਵੇ, ਭਾਵੇਂ ਕੋਈ ਬੰਦਾ ਤਸਲੀਮ ਕਰੇ ਅਤੇ ਭਾਵੇਂ ਨਾ ਕਰੇ, ਭਾਵੇਂ ਕੋਈ ਬੰਦਾ ਗੱਲ ਮੰਨੇ ਅਤੇ ਭਾਵੇਂ ਨਾ ਮੰਨੇ, ਲੇਕਿਨ ਇੱਕ ਗੱਲ ਐਸੀ ਹੈ ਕਿ ਜਿਹਨੂੰ ਹਰ ਮਸਲਕ ਵਾਲਾ ਬੰਦਾ ਮੰਨਦਾ ਕਿ ਗੱਲ ਵਾਕਈ ਠੀਕ ਹੈ, ਹੱਕ ਅਤੇ ਸੱਚ ਗੱਲ ਹੈ, ਉਹ ਕਿਹੜੀ ਗੱਲ ਹੈ ਉਹ ਜ਼ਰਾ ਤੁਸੀਂ ਤਵੱਜੋ ਕਰਨੀ ਹੈ। ਉਹ ਗੱਲ ਹੈ ਵੇ ਕਿ ਬਾਬਾ ਜੀ, ਇਹ ਵੇ ਦੁਨੀਆ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਕੀ ਹੈ ਜੀ? ਦੁਨੀਆ। ਦੁਨੀਆ ਦੇ ਉੱਤੇ ਅਸੀਂ ਆਏ ਹਾਂ, ਕਿਸੇ ਨੂੰ 50 ਸਾਲ ਹੋ ਗਏ ਨੇ ਮਲਕ ਸਾਹਿਬ, ਕਿਸੇ ਨੂੰ 60 ਸਾਲ ਹੋ ਗਏ ਨੇ ਬਜ਼ੁਰਗੋ, ਕਿਸੇ ਨੂੰ 20 ਸਾਲ ਹੋ ਗਏ, ਕਿਸੇ ਨੂੰ 30 ਸਾਲ ਹੋ ਗਏ, 40 ਸਾਲ ਹੋ ਗਏ। ਇੱਕ ਅਟਲ ਹਕੀਕਤ ਹੈ, ਉਹ ਹਕੀਕਤ ਕੀ ਹੈ? ਮੈਂ ਮਲਕਾਂ ਦੇ ਪਿੰਡ ਬੈਠਾ ਅਤੇ ਤੁਸੀਂ ਜ਼ੌਕ ਵਾਲੇ ਲੋਕ ਹੋ, ਮੁਹੱਬਤ ਵਾਲੇ ਲੋਕ ਹੋ। ਇਹ ਮਾਸ਼ਾਅੱਲਾ 4 ਕੈਮਰੇ ਲੱਗੇ ਨੇ, ਇਹ ਸੁਬਾਹ ਹੀ ਪੂਰੀ ਦੁਨੀਆ 'ਤੇ ਇਹ ਵੀਡੀਓ ਚੱਲ ਜਾਣੀ ਹੈ, ਬਿਆਨ ਚੱਲ ਜਾਣਾ। ਅਤੇ ਗੱਲ ਜਿਹੜੀ ਹੈ ਨਾ, ਗੱਲ ਵੇਖੋ, ਜਿਹੜਾ ਬੰਦਾ ਕਰਦਾ ਫਿਰ ਉਹਨੂੰ ਬੜਾ ਮੁਹਤਾਤ ਹੋ ਕੇ ਕੈਮਰੇ ਦੇ ਸਾਹਮਣੇ ਗੱਲ ਕਰਨੀ ਪੈਂਦੀ ਹੈ ਕਿ ਯਾਰ ਪੂਰੀ ਦੁਨੀਆ 'ਤੇ ਜਾਣਾ, ਹਰ ਬੰਦੇ ਨੇ ਸੁਣਨਾ, ਹਰ ਸੋਚ ਦੇ ਬੰਦੇ ਨੇ ਸੁਣਨਾ। ਮਲਕ ਸਾਹਿਬ, ਗੱਲ ਹਕੀਕਤ ਪਤਾ ਕੀ ਹੈ? ਭਾਵੇਂ ਕੋਈ ਮੰਨੇ ਅਤੇ ਭਾਵੇਂ ਨਾ ਮੰਨੇ, ਗੱਲ ਇਹ ਸੱਚ ਜੇ ਕਿ ਹਰ ਬੰਦੇ ਨੇ ਦੁਨੀਆ ਤੋਂ ਜਾਣਾ। ਜਾਣਾ ਕਿ ਨਹੀਂ ਜਾਣਾ ਜੀ? ਜਾਣਾ। ਮੈਂ ਵੀ ਮਰਨਾ ਅਤੇ ਮਰਨਾ ਤੁਸਾਂ ਵੀ ਹੈ। ਸਾਡੇ ਬਜ਼ੁਰਗ ਟੁਰ ਗਏ ਨੇ, ਕਿਸੇ ਦਾ ਦਾਦਾ ਟੁਰ ਗਿਆ, ਕਿਸੇ ਦਾ ਵਾਲਰ ਟੁਰ ਗਿਆ, ਕਿਸੇ ਦਾ ਨਾਨਾ ਟੁਰ ਗਿਆ। ਬਾਬਾ ਜੀ, ਰੱਬੇ ਕਾਬਾ ਦੀ ਕਸਮ ਹੈ, ਉਹ ਵੀ ਲੋਕ ਹੈ ਨੇ ਜਿਨ੍ਹਾਂ ਦੀਆਂ ਕਬਰਾਂ ਦੇ ਨਿਸ਼ਾਨ ਵੀ ਮਿੱਟ ਗਏ ਨੇ। ਮੈਂ ਤੁਹਾਨੂੰ ਤੁਹਾਡੇ ਕਬਰਸਤਾਨ ਲੈ ਜਾਣਾ, ਇਹ ਹਰ ਕਬਰਸਤਾਨ ਦੀ ਗੱਲ ਹੈ। ਬਾਬਾ ਜੀ, ਕਿਆ ਪੂਰੇ ਕਬਰਸਤਾਨ ਦੇ ਅੰਦਰ ਮਲਕ ਸਾਹਿਬ ਜਿੰਨੀਆਂ ਕਬਰਾਂ ਹੁੰਦੀਆਂ ਨੇ, ਸਾਰਿਆਂ 'ਤੇ ਮਿੱਟੀਆਂ ਪਾਉਣ ਵਾਲੇ ਤਾਂ ਨਹੀਂ ਜਾਂਦੇ, ਸਾਰਿਆਂ 'ਤੇ ਫੁੱਲ ਪਾਉਣ ਵਾਲੇ ਤਾਂ ਨਹੀਂ ਜਾਂਦੇ। ਮੈਂ ਕਹਿੰਦਾ ਖੁਸ਼ ਨਸੀਬ ਉਹ ਕਬਰ ਹੁੰਦੀ ਜੇ, ਖੁਸ਼ ਨਸੀਬ ਉਹ ਜ਼ਿੰਦਾ ਤਾਂ ਚਲੋ ਮੂੰਹ ਰੱਖ ਕੇ ਕੋਈ ਬੰਦਾ ਆਉਂਦਾ, ਚਲੋ ਯਾਰ ਇਹ ਹੁਣ ਜਾਵਾਂਗੇ, ਅਤੇ ਜੇ ਨਾ ਗਏ ਤਾਂ ਅਗਲਾ ਇਤਰਾਜ਼ ਨਾ ਕਰੇ, ਯਾਰ ਮੇਰੇ ਅੱਬੇ ਦਾ ਖਤਮ ਸੀ ਤੁਸੀਂ ਆਏ ਨਹੀਂ, ਭਰਾ ਦਾ ਖਤਮ ਸੀ ਤੁਸੀਂ ਆਏ ਨਹੀਂ, ਹੈ ਮੂੰਹ ਰੱਖੀ ਵੀ ਬੰਦਾ ਟੁਰ ਜਾਂਦਾ ਨਾ। ਪਰ ਬਾਬਾ ਜੀ, ਕਬਰ 'ਤੇ ਮੂੰਹ ਰੱਖ ਕੇ ਕੋਈ ਨਹੀਂ ਜਾਂਦਾ, ਉੱਥੇ ਜਿਹਨੇ ਜਾਣਾ ਅੰਦਰੂ ਜਾਣਾ, ਕਿਉਂਕਿ ਕਬਰ ਵਾਲਾ ਕਿਹੜਾ ਤੁਹਾਨੂੰ ਪੁੱਛਦਾ ਪਿਆ ਵੀ ਮੇਰਾ ਪੁੱਤਰ ਆਇਆ ਕਿ ਨਹੀਂ ਆਇਆ, ਭਰਾ ਕਿਹੜਾ ਪੁੱਛਦਾ ਪਿਆ ਕਿ ਮਗਰੋਂ ਭਰਾ ਆਏ ਨੇ ਕਿ ਨਹੀਂ ਆਏ। ਬਾਬਾ ਜੀ, ਉੱਥੇ ਨਸੀਬਾਂ ਵਾਲੇ ਜਾਣਾ ਜਿਹਨੇ ਕਬਰ 'ਤੇ ਜਾਣਾ, ਅਤੇ ਫਿਰ ਮੈਂ ਤਾਂ ਕਹਿੰਦਾ ਕਿ ਉਹ ਖੁਸ਼ ਨਸੀਬ ਬਾਪ ਏ, ਇੱਧਰ ਤਵੱਜੋ ਕਰਿਓ, ਉਹ ਖੁਸ਼ ਨਸੀਬ ਭਰਾ ਏ, ਖੁਸ਼ ਨਸੀਬ ਉਹ ਬੇਟਾ ਜਿਹਦੀ ਕਬਰ 'ਤੇ ਪਿੱਛੋਂ ਕੋਈ ਜਾ ਰਿਹਾ, ਜਿਹਦੀ ਕਬਰ ਤੋਂ ਕੋਈ ਮਿਲਣ ਜਾ ਰਿਹਾ, ਕੋਈ ਦੁਆ ਪਿਆ ਕਰਦਾ, ਕੋਈ ਇਸ ਹਾਲੇ ਸਵਾਬ ਪਿਆ ਕਰਦਾ। ਬਾਬਾ ਜੀ, ਜਿਹੜਾ ਨਫਸਾ ਨਫਸੀ ਦਾ ਹੁਣ ਦੌਰ ਹੈ ਨਾ, ਪਿਛਲਾ ਦੌਰ ਤੁਸੀਂ 20-25 ਸਾਲ ਪਿੱਛੇ ਟੁਰ ਜਾਓ ਤਾਂ ਇੰਨਾ ਨਹੀਂ ਸੀ ਨਫਸਾ ਨਫਸੀ ਦਾ ਦੌਰ, ਇੰਨਾ ਲੋਕ ਮੁਹੱਬਤ ਨਹੀਂ ਸਨ ਪੈਸੇ ਨਾਲ ਕਰਦੇ। ਹੁਣ ਆਉਂਦੇ ਨੇ ਪੈਸਾ ਹੀ ਪੈਸਾ, ਰਿਸ਼ਤਿਆਂ ਨੂੰ ਅਸੀਂ ਕੀ ਕਰੀਏ, ਚਾਚੇ ਨੂੰ ਅਸੀਂ ਕੀ ਮੰਨਦੇ ਹਾਂ, ਭਰਾ ਨੂੰ ਅਸੀਂ ਕੀ ਆਉਂਦੇ ਹਾਂ, ਪੈਸਾ ਹੋਵੇ ਤਾਂ ਸਾਰਾ ਕੁਝ ਹੀ। ਅਗਲੇ ਦਿਨ ਅਸੀਂ ਬਾਬਾ ਜੀ ਗੁਜਰਾਂ ਲੱਗੇ ਅਤੇ ਮੈਨੂੰ ਉੱਥੇ ਇੱਕ ਚੌਧਰੀ ਸਾਹਿਬ ਕਹਿਣ ਲੱਗੇ, ਕਹਿੰਦੇ ਮੌਲਵੀ ਸਾਹਿਬ ਪੈਸੇ ਨਾਲ ਹਰ ਕੰਮ ਹੋ ਜਾਂਦਾ, ਪੈਸੇ ਨਾਲ। ਬੋਲਿਓ ਯਾਰ ਮਲਕ ਸਾਹਿਬ, ਪੈਸੇ ਨਾਲ? ਉਹ ਮੈਨੂੰ ਕਹਿਣ ਲੱਗਾ ਪੈਸੇ ਨਾਲ ਹਰ ਕੰਮ ਹੋ ਜਾਂਦਾ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਵਾਲਿਆ ਸਾਹਿਬ ਕਿੱਥੇ ਜੇ? ਆਂਦਾ ਕਬਰਸਤਾਨ। ਤੇ ਮੈਂ ਕਿਹਾ ਬਚਾਇਆ ਕਿਉਂ ਨਹੀਂ ਜੇ? ਤਵੱਜੋ ਕਰਿਓ ਮਿਹਰਬਾਨੀ, ਜੇ ਮਲਕ ਸਾਹਿਬ ਪੈਸੇ ਨਾਲ ਸਾਰਾ ਕੁਝ ਹੁੰਦਾ, ਮੈਂ ਕਿਹਾ ਚੌਧਰੀ ਜੀ ਅੱਜ ਤੁਹਾਡਾ ਆਪਾਂ ਕਬਰ ਵਿੱਚ ਨਾ ਹੁੰਦਾ,
ਤੁਹਾਡੇ ਕੋਲ ਪੈਸਾ ਥੋੜ੍ਹਾ? ਕਹਿੰਦਾ ਅਲਹਮਦੁਲਿਲਾ ਬੜਾ, ਫੈਕਟਰੀਆਂ ਨੇ, ਗੱਡੀਆਂ ਨੇ, ਪਲਾਟ ਨੇ। ਅਤੇ ਮੈਂ ਕਿਹਾ ਡਾਕਟਰ ਨੂੰ ਕਹਿਣਾ ਸੀ ਲੀਲਾ ਮੇਰੇ ਕੋਲ 2 ਕਰੋੜ ਅਤੇ ਅੱਬੇ ਨੂੰ ਬਚਾ ਹੜ। ਅੱਗੋਂ ਹੱਸ ਕੇ ਨਾ ਸ਼ਰਮਿੰਦਾ ਹੋ ਗਿਆ ਨਾ, ਹੱਸ ਕੇ ਕਹਿਣ ਲੱਗਾ ਅਲਾਮਾ ਸਾਹਿਬ ਗੱਲ ਪਤਾ ਕੀ, ਕੁਝ ਚੀਜ਼ਾਂ ਐਸੀਆਂ ਨੇ, ਮੈਂ ਕਿਹਾ ਉਹੀ ਤਾਂ ਮੈਂ ਕਹਿਣਾ ਕਿ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਬਾਬਾ ਜੀ, ਹਰ ਚੀਜ਼ ਪੈਸੇ ਤਾਂ ਦੂਸਰਿਆਂ ਲੋਕਾਂ ਕੋਲ ਵੀ ਬੜੇ ਨੇ, ਇੱਜ਼ਤ ਕੋਈ ਨਹੀਂ। ਦੋ ਚੀਜ਼ਾਂ ਜਿਸ ਬੰਦੇ ਕੋਲ ਹੋਣ, ਖੁਸ਼ ਨਸੀਬ ਬੰਦਾ ਹੈ, ਤਵੱਜੋ, ਪੈਸਾ ਵੀ ਹੋਵੇ ਅਤੇ ਇੱਜ਼ਤ ਵੀ ਹੋਵੇ। ਤਵੱਜੋ ਕਰਿਓ, ਪੈਸਾ ਵੀ ਹੋਵੇ ਅਤੇ ਇੱਜ਼ਤ ਵੀ ਹੋਵੇ। ਜੇ ਪੈਸਾ ਹੋਵੇ ਅਤੇ ਇੱਜ਼ਤ ਨਾ ਹੋਵੇ ਤੇ ਫਿਰ ਵੀ ਗੱਲ ਹੈ ਕੋਈ ਨਹੀਂ। ਤੇ ਬਾਬਾ ਜੀ ਤਵੱਜੋ ਫਰਮਾਓ, ਇਹ ਦੋਵੀਂ ਚੀਜ਼ਾਂ ਅੱਲਾਹ ਕੋਲ ਮੰਗਿਆ ਕਰੋ, ਯਾ ਅੱਲਾਹ ਸਾਨੂੰ ਪੈਸਾ ਦੇ ਤੇ ਐਸਾ ਦੇ ਕਿ ਜਿਹੜਾ ਫਰਿਆਉਣ ਵਾਲਾ ਪੈਸਾ ਨਾ ਹੋਵੇ, ਹਮਾਣ ਵਾਲਾ ਪੈਸਾ ਨਾ ਹੋਵੇ। ਤੂੰ ਸਾਨੂੰ ਦਿੰਦਾ ਰਹਿ ਤੇ ਅਸੀਂ ਤੇਰੇ ਬੰਦਿਆਂ ਦੀ ਖਿਦਮਤ, ਅਸੀਂ ਤੇਰੀ ਰਾਹ ਵਿੱਚ ਖਰਚ। ਬਾਬਾ ਜੀ ਬੜੀ ਵੱਡੀ ਗੱਲ ਜੇ, ਤਵੱਜੋ ਫਰਮਾਇਓ, ਅੱਲਾਹ ਦੀ ਇੱਜ਼ਤ ਦੀ ਕਸਮ ਹੈ, ਬਾਪ ਤਾਂ ਟੁਰ ਗਿਆ ਨਾ, ਭਰਾ ਟੁਰ ਗਿਆ, ਉਹਨੇ ਵਾਪਸ ਤਾਂ ਨਹੀਂ ਆਉਣਾ। ਮੈਂ ਭਾਵੇਂ ਲੱਖ ਤਕਰੀਰਾਂ ਕਰਾਂ, ਇਹ ਭਾਵੇਂ ਲੱਖ ਲੰਗਰ ਪਕਾ ਲੈਣ, ਉਹਨਾਂ ਨਹੀਂ ਆਉਣਾ। ਜਿਹੜੇ ਇੱਕ ਵਾਰੀ ਟੁਰ ਗਏ ਨੇ ਨਾ, ਉਹਨਾਂ ਮੁੜ ਫੇਰਾ, ਉਹਨਾਂ ਮੁੜ ਫੇਰਾ ਨਹੀਂ ਪਾਉਣਾ। ਅਸਾਂ ਹੀ ਕਬਰਸਤਾਨ ਜਾਣਾ ਜੇ, ਅਸਾਂ ਹੀ ਉਹਨਾਂ ਕੋਲ ਜਾਣਾ ਵੇ, ਉਹਨਾਂ ਮੁੜ ਕੇ ਇੱਥੇ ਆਉਣਾ। ਮਲਕ ਸਾਹਿਬ ਗੱਲ ਲੈ ਜੇ, ਜੇ ਕੋਈ ਤੁਰ ਗਿਆ ਹੀ ਨਾ ਤਾਂ ਉਹਦੇ ਪਿੱਛੇ ਹੱਥ ਚੁੱਕ ਕੇ ਦੁਆ ਕਰ, ਕੱਲ੍ਹ ਨੂੰ ਤੇਰਾ ਪੁੱਤਰ ਵੀ ਤੇਰੇ ਵਾਸਤੇ ਦੁਆ ਕਰੇਗਾ। ਅਤੇ ਜੇ ਤੂੰ ਹੀ ਆਖਿਆ ਵੀ ਅੱਬੇ ਦਾ ਖਤਮ ਕਿੱਥੇ ਲਿਖਿਆ, ਅੰਮਾ ਦਾ ਖਤਮ ਕਿੱਥੇ ਲਿਖਿਆ, ਦੁਆ ਤਾਂ ਜਾਂਦੀ ਕੋਈ ਨਹੀਂ, ਖਤਮ ਤਾਂ ਜਾਂਦਾ ਕੋਈ ਨਹੀਂ। ਅਤੇ ਜੇ ਤੂੰ ਇੰਜ ਪਿਆਨਾ ਤਾਂ ਪੁੱਤਰਾਂ ਤੂੰ ਕੀ ਉਮੀਦ ਰੱਖੇਗਾ? ਉਹਨਾਂ ਤਾਂ ਕਹਿਣਾ ਸਾਡਾ ਅੱਬਾ ਵੀ ਸਾਡੇ ਦਾਦੇ ਦਾ ਖਤਮ ਤਾਂ ਕਦੀ ਉਹਨੇ ਦਵਾਇਆ ਨਹੀਂ ਸੀ, ਕਦੀ ਉਹਨੂੰ ਤੌਫੀਕ ਹੀ ਨਹੀਂ ਸੀ ਪਈ ਕਿ ਸਾਡੇ ਦਾਦੇ ਦਾ ਖਤਮ ਦਿਲਾ ਸਕੇ, ਕੁਰਾਨ ਪੜ੍ਹ ਸਕੇ, ਪੜ੍ਹਾਈ ਕਰਾ ਸਕੇ। ਬਾਬਾ ਜੋ ਬੀਜ ਕੇ ਜਾਣਾ ਜੇ, ਵੱਢਣਾ ਜੇ, ਔਲਾਦ ਨੂੰ ਜਿਸ ਪਾਸੇ ਲਾ ਛੱਡੋਗੇ ਨਾ, ਤੁਹਾਡੀ ਔਲਾਦ ਪਿੱਛੂ ਉਹੀ ਕੰਮ ਕਰੇਗੀ ਜਿਹੜਾ ਕੰਮ ਬਾਪ ਕਰੇਗਾ, ਜਿਹੜਾ ਕੰਮ ਭਰਾ ਕਰੇਗਾ ਛੋਟਾ, ਉਹੀ ਵੱਡੇ ਭਰਾ ਵਾਲਾ ਕੰਮ ਕਰੇਗਾ। ਤਾਂ ਹੀ ਤਾਂ ਇੱਥੇ ਰੋਮੀਏ ਕਸ਼ਮੀਰ ਤਰਤ ਦਾ ਬਾਦਸ਼ਾਹ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਰੋਮੀਏ ਕਸ਼ਮੀਰ ਨੇ ਕਲਮ ਉਠਾਈ, ਬਹੁਤ ਵੱਡੀ ਗੱਲ ਕਰ ਗਏ ਨੇ ਮਲਕ ਸਾਹਿਬ। ਜੁਮਲੇ ਸੁਣਿਆ ਜੇ, ਇਹ ਵੀਡੀਓ ਬਣ ਰਹੀ ਅਲਲ ਐਲਾਨ, ਸਾਰੀ ਦੁਨੀਆਂ ਨੂੰ ਪੈਗਾਮ ਦੇ ਕੇ ਕਹਿ ਰਹੇ ਹਾਂ, ਤੇ ਰੋਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਨੇ ਕਲਮ ਉਠਾਈਏ, ਰੋਮੀਏ ਕਸ਼ਮੀਰ ਬੋਲਿਆ ਏ, ਤੇ ਮੀਆਂ ਸਾਹਿਬ ਫਰਮਾਉਂਦੇ ਨੇ ਈਤਾਂ ਤੇ ਸ਼ਬਰਾ ਖਾਈਆਂ ਹੋਏ ਚਕਬਰ ਮੇਰੀ ਜਿਬੈਣ ਵਾਲਿਆ, ਅੱਲਾ ਦੀ ਕਸਮ ਹੈ ਗੱਲ ਸੱਚੀ ਤੇ ਹੱਕ ਵੇ, ਇਹ ਹਰ ਬੰਦੇ ਨੂੰ ਮੰਨਣਾ ਪੈਣਾ ਏ, ਹਰ ਬੰਦੇ ਨੂੰ ਤਸਲੀਮ ਕਰਨਾ ਪੈਣਾ ਏ। ਅੱਜ ਘਰ ਵਿੱਚ ਬਹਿ ਕੇ ਕਹਿ ਰਿਹਾ ਜੀ ਤਾਂ ਤੇ ਸ਼ਬਰਾ ਬਾਬਾ ਜੀ, ਅੱਲਾ ਦੀ ਕਸਮ ਉਠਾ ਕੇ ਆਨਾ, ਜੁਮਲੇ ਜ਼ਾਇਆ ਨਾ ਕਰਿਆ ਰੇ, ਕੀਤਾ ਤੇ ਸ਼ਬਰਾ ਤਾਂ ਤੇ ਲੋਕ ਘਰਾਂ ਵੱਲ, ਮਲਕ ਸਾਹਿਬ ਤਵੱਜੋ ਕਰਿਓ, ਲੋਕ ਘਰਾਂ ਵੱਲ ਆਏ ਹੋਇਓ ਨਹੀਂ ਜੇ ਆਉਂਦੇ, ਹਯੋ ਨਹੀਂ ਜੇ ਆਉਂਦੇ, ਹਯੋ ਨਹੀਂ ਜੇ ਆਉਂਦੇ, ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀ, ਜਿਹੜੇ ਆਪ ਹੱਥੀ ਦਫੇ ਆਏ, ਹਯੋ ਨਹੀਂ ਜੇ ਆਉਂਦੇ,
ਹਜੇ ਕਿਸੇ ਦਾ ਬਾਪ ਗਿਆ ਏ, ਹਜੇ ਪੁੱਤਰ ਰੋਂਦੇ ਰਹਿ ਗਏ ਨੇ, ਹਜੇ ਕਿਸੇ ਦੀ ਮਾਂ ਗਈ ਏ, ਹਜੇ ਪੁੱਤਰ ਰੋਂਦੇ ਰਹਿ ਗਏ ਨੇ, ਹੱਲਾ ਦੀ ਕਸਮ ਤੁਰ ਜਾਣਾ ਏ, ਖੁਸ਼ ਨਸੀਬ ਬਾਪ ਆਉਂਦਾ ਏ ਜਿਹਦੇ ਪਿੱਛੇ ਪੁੱਤਰ ਦੁਆਵਾਂ ਕਰਦੇ ਨੇ, ਮਲਕ ਸਾਹਿਬ ਖੁਸ਼ ਨਸੀਬ ਮਾਂ ਆਉਂਦੀ ਏ ਜਿਹਦੇ ਪਿੱਛੇ ਦੁਆਵਾਂ ਤੀਆਂ ਕਰਦੀਆਂ ਨੇ, ਹਜੇ ਕੁਰਾਨ ਪੜ੍ਹਨਾ ਏ ਤੇਰੀ ਮਾਂ ਕਬਰ ਵਿੱਚ ਰਾਜ਼ੀ ਆਉਂਦੀ ਆ, ਹਜੇ ਦੁਆਵਾਂ ਮੰਗਣਾ ਏ ਤੇਰਾ ਬਾਪ ਕਬਰ ਵਿੱਚ ਰਾਜ਼ੀ ਆਉਂਦਾ ਏ, ਇਸ ਪੈਸੇ ਦੀ ਗੱਲ ਕੋਈ ਨਹੀਂ, ਆਪਣੀ ਅੰਮਾ ਦੇ ਕਬਰ ਤੇ ਜਾਇਆ ਨੇ, ਆਪਣੀ ਬਾਪ ਦੀ ਕਬਰ ਤੇ ਜਾਇਆ ਨੇ, ਆਪਣੀ ਵੀਰ ਦੀ ਕਬਰ ਤੇ ਜਾਇਆ ਨੇ, ਬਾਬਾ ਜੀ ਮੁੱਕ ਜਾਣਾ ਏ ਇੱਕ ਦਿਨ ਮਰ ਜਾਣਾ ਏ, ਕੋਈ ਚੌਧਰੀ ਹੋਇਆ ਉਹਦਾ ਵੀ ਜਨਾਜ਼ੇ ਦਾ ਐਲਾਨ ਆਉਣਾ ਏ, ਕੋਈ ਮਲਕ ਹੋਇਆ ਉਹਦੇ ਜਨਾਜ਼ੇ ਦਾ ਵੀ ਐਲਾਨ ਆਉਣਾ ਏ, ਕੋਈ ਮੌਲਵੀ ਹੋਇਆ ਉਹਦੇ ਜਨਾਜ਼ੇ ਦਾ ਵੀ ਐਲਾਨ ਆਉਣਾ ਏ, ਹਨੀ ਚੱਲੀਆਂ ਜਿਨ੍ਹਾਂ ਦੇ ਪਿਓ ਮਰ ਜਾਂਦੇ ਨੇ, ਫਿਰ ਰਿਸ਼ਤੇ ਟੁੱਟ ਜਾਂਦੇ ਨੇ, ਥੱਲਕ ਟੁੱਟ ਜਾਂਦੇ ਨੇ, ਹੈ ਵੀਰ ਵੀਰਾਂ ਦੇ ਦੁਸ਼ਮਣ ਬਣ ਜਾਂਦੇ ਨੇ, ਹੈ ਵੀਰ ਵੀਰਾਂ ਦੇ ਦੁਸ਼ਮਣ ਬਣ ਜਾਂਦੇ ਨੇ, ਮਲਕ ਸਾਹਿਬ ਵੀਰ ਵੀਰਾਂ ਦੇ ਮਾਣ ਮੁੱਕ ਜਾਂਦੇ ਨੇ, ਹੈ ਵੀਰ ਵੀਰਾਂ ਦੇ ਲਾਡ ਮੁੱਕ ਜਾਂਦੇ ਨੇ, ਅੱਜ ਵੀ ਉਹ ਹੋਵੇ ਸਾਰਿਆਂ ਨੂੰ ਜਮ੍ਹਾਂ ਕਰ ਲੈਂਦਾ ਏ, ਅੱਜ ਵੱਡੇ ਨੂੰ ਵੀ ਕੋਲ ਬੁਲਾ ਲੈਂਦਾ ਏ, ਅੱਜ ਛੋਟੇ ਨੂੰ ਵੀ ਕੋਲ ਬਿਠਾ ਲੈਂਦਾ ਏ, ਆਂਦਾ ਮੇਰੇ ਆਉਂਦੀਆਂ ਲੜਾਈ ਨਾ ਕਰਿਆ ਰੇ, ਮੇਰੇ ਆਉਂਦੀਆਂ ਝਗੜਾ ਨਾ ਕਰਿਆ ਰੇ, ਹੱਲਾ ਦੀ ਕਸਮ ਏ ਮਲਕੋ ਜੁਮਲੇ ਜ਼ਾਇਆ ਨਾ ਕਰਿਆ ਰੇ, ਹੋਏ ਬਾਪ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ, ਹੋਏ ਬਾਪ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ, ਹੋਏ ਬਾਪ ਨਾਲ ਵਿਹੜੇ ਦੀ ਬਹਾਰ ਆਉਂਦੀ ਆ, ਕਦੀ ਪਿਓ ਨੂੰ ਗਾਲੀ ਇੱਧਰ ਵੇਖਿਓ ਮਲਕ ਸਾਹਿਬ, ਕਦੀ ਪਿਓ ਨੂੰ ਗਾਲੀ ਨਾ ਦਿਆ ਰੇ, ਕਦੀ ਬਾਪ ਨੂੰ ਛਿੜਕ ਨਾ ਮਾਰਿਆ ਰੇ, ਕਦੀ ਬਾਪ ਨੂੰ ਦਾਬਾ ਨਾ ਮਾਰਿਆ ਰੇ, ਇਹਨੇ ਜ਼ਮੀਨਾਂ ਬਣਾਈਆਂ ਤੇ ਪੁੱਤਰਾਂ ਵਾਸਤੇ, ਮਲਕ ਸਾਹਿਬ ਜੁਮਲੇ ਸੁਣਨੇ ਜੇ, ਇਹਨੇ ਹਵੇਲੀਆਂ ਬਣਾਈਆਂ ਤੇ ਪੁੱਤਰਾਂ ਵਾਸਤੇ, ਇਹਨੇ ਗੱਡੀਆਂ ਬਣਾਈਆਂ ਤੇ ਪੁੱਤਰਾਂ ਵਾਸਤੇ, ਇਹਨੇ ਮਕਾਨ ਬਣਾਏ ਤੇ ਪੁੱਤਰਾਂ ਵਾਸਤੇ, ਸਾਰੀ ਜ਼ਿੰਦਗੀ ਸਿਆਲਕੋਟ ਦੀਆਂ ਸੜਕਾਂ ਤੇ ਖੱਜਲ ਆਉਂਦਾ ਰਿਹਾ ਏ, ਯਾ ਅੱਲਾ ਮੇਰੇ ਪੁੱਤਰਾਂ ਦੀ ਖੈਰ ਹੋਵੇ, ਹੋਏ ਅੱਲਾ ਦੀ ਕਸਮ ਏ ਮਲਕ ਆਲਾ ਸਾਹਿਬ, ਕਿਹੜੀ ਮਿਹਨਤ ਤੇਰੇ ਬਾਪ ਨੇ ਨਹੀਂ ਕੀਤੀ ਆਉਣੀ, ਕਿਵੇਂ ਤੇਰਿਆਂ ਭਰਾਵਾਂ ਨੂੰ ਜਵਾਨ ਕੀਤਾ ਆਉਣਾ, ਆਂਦਾ ਆਉਣਾ ਮੇਰੇ ਉਹ ਬੱਚਿਓ, ਮੈਂ ਮਿਹਨਤ ਵਿੱਚ ਕਮੀ ਨਹੀਂ ਕੀਤੀ, ਮੈਂ ਮਿਹਨਤ ਵਿੱਚ ਕਮੀ ਨਹੀਂ ਕੀਤੀ, ਹੈ ਮੇਰੇ ਉਹ ਸ਼ਹਿਜ਼ਾਦਿਓ, ਹੈ ਮੇਰੇ ਉਹ ਪੁੱਤਰਾਂ, ਮੇਰੇ ਤੋਂ ਬਾਅਦ ਲੜਾਈ ਨਾ ਕਰਿਆ ਰੇ, ਮੇਰੇ ਤੋਂ ਬਾਅਦ ਝਗੜਾ ਨਾ ਕਰਿਆ ਰੇ, ਮੇਰੇ ਤੋਂ ਬਾਅਦ ਸੰਸਾਰ ਨਾ ਬੁਝਾਇਆ ਰੇ, ਸਜਣਾ ਬੜੇ ਪਿਓ ਸੋਚਦੇ ਨੇ, ਹਜ਼ਰਾ ਜੁਮਲੇ ਸੁਣਿਆ ਨੇ, ਥਾਈਓ ਅਲਲ ਐਲਾਨ ਸੁਲਤਾਨੀ ਕਹਿ ਰਿਹਾ ਏ, ਹੋਏ ਬਾਪ ਮਰੇ, ਜੁਮਲੇ ਸੁਣਨੇ ਜੇ, ਹੋਏ ਬਾਪ ਮਰੇ ਤੇ ਸਿਰ ਨੰਗਾ ਹੋਵੇ, ਆਏ ਹਾਏ, ਹੋਏ ਬਾਪ ਮਰੇ, ਅੱਜ ਵੀਰ ਆਂਦਾ ਮੇਰੇ ਵਿਹੜੇ ਨਾ ਆਵੀ, ਅੱਜ ਸੱਕਾ ਪੇਰਾ ਆਂਦਾ ਮੇਰੇ ਵਿਹੜੇ ਨਾ ਆਵੀ, ਮੈਂ ਕਿਹਾ ਸਜਣਾ ਨਾ ਨਾ, ਇਕੱਠੀਆਂ ਖੇਡਦੇ ਰਹੋ, ਇਕੱਠੀਆਂ ਇੱਕ ਚੁੱਲ ਤੇ ਬਹਿੰਦੇ ਰਹੋ, ਇਕੱਠੀਆਂ ਮਾਂ ਦੇ ਹੱਥ ਦੇ ਖਾਣੇ ਖਾਂਦੇ ਰਹੋ, ਹੱਲਾ ਦੀ ਕਸਮ ਏ ਬਰਹਿਮੇ ਚੱਕਵਾ ਲਿਆ, ਅੱਜ ਸੁਲਤਾਨੀ ਦੇ ਜੁਮਲੇ ਲੈ ਰਹੀ ਹੈ, ਉਹ ਪੁੱਤਰ ਬੈਠੇ ਨੇ, ਨੌਜਵਾਨ ਬੈਠੇ ਨੇ, ਹੋਏ ਇੱਕੋ ਹੀ ਥਗਾ ਤੇ ਰਹਿਣ ਵਾਲੇ, ਇੱਕੋ ਹੀ ਇੱਕ ਦੂਜੇ ਦੇ
ਕੱਪੜੇ ਪਾਉਣ ਵਾਲੇ, ਇੱਕੋ ਹੀ ਚੰਗੇਰ ਤੇ ਬਹਿ ਕੇ ਮਲਕ ਸਾਹਿਬ ਰੋਟੀਆਂ ਖਾਣ ਵਾਲੇ। ਅੱਜ ਮਰਨ ਜਿਉਣ ਮੁੱਕ ਗਏ ਨੇ, ਅੱਜ ਮਰਨ ਜਿਉਣ ਮੁੱਕਾ ਗਏ ਨੇ, ਅੱਜ ਸਕੀਆਂ ਵੀਰਾਂ ਨੇ ਵੀਰਾਂ ਦੇ ਮਾਣ ਮੁੱਕਾ ਗਏ ਨੇ। ਅੱਜ ਸਾਰੇ ਮਲਕ ਜੁਮਲੇ ਪੇ ਸੁਣਦੇ ਹੋ, ਅੱਜ ਬਰਹਿਮੇ ਜਗ ਦੀ ਸਰਜ਼ਮੀਨ ਚ ਸੁਲਤਾਨੀ ਕਹਿ ਰਿਹਾ ਹੈ, ਹੋਏ ਬਾਪ ਮਰੇ ਆਏ ਹਾਏ ਇੱਧਰ ਵੇਖੀ, ਹੋਏ ਬਾਪ ਮਰੇ ਤੇ ਸਿਰ ਨੰਗਾ ਹੋਵੇ, ਹੱਥਾਂ ਵੀਰ ਮਰ ਕੰਡ ਖਾਲੀ। ਮੈਨੂੰ ਮਲਕ ਕਾਲਾ ਰੋ ਰੋ ਕੇ ਬੈਠਕ ਵਿੱਚ ਕਹਿ ਰਿਹਾ ਹੈ, ਕਾਰੀ ਸਾਹਿਬ ਪਿਓਵਾਂ ਦੇ ਬੜੇ ਮਾਣ ਆਉਂਦੇ ਨੇ, ਕਾਰੀ ਸਾਹਿਬ ਬਾਪ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ। ਅੱਲਾ ਦੀ ਕਸਮ ਹੈ, ਸਾਡੇ ਅੱਬੇ ਨੇ ਕਸਰ ਨਹੀਂ ਛੱਡੀ, ਸਾਡੇ ਅੱਬੇ ਨੇ ਕਦੀ ਰੋਣ ਨਹੀਂ ਦਿੱਤਾ, ਸਾਡੇ ਅੱਬੇ ਨੇ ਕਦੀ ਜ਼ਲੀਲ ਨਹੀਂ ਹੋਣ ਦਿੱਤਾ। ਹੋਏ ਲੋਕੋ, ਬਾਪ ਗਰੀਬ ਤੂੰ ਗਰੀਬ ਵੀ ਆਵੇ, ਹਰ ਖੁਸ਼ੀਆਂ ਪੁੱਤਰਾਂ ਦੀਆਂ ਪੂਰੀਆਂ ਕਰਦਾ ਹੈ। ਮਲਕ ਸਾਹਿਬ ਕਦੀ ਸ਼ਰੀਕਾਂ ਦੇ ਸਾਹਮਣੇ ਰੋਣ ਨਹੀਂ ਦਿੱਤਾ, ਕਦੀ ਸ਼ਰੀਕਾਂ ਦੇ ਸਾਹਮਣੇ ਜ਼ਲੀਲ ਨਹੀਂ ਹੋਣ ਦਿੱਤਾ। ਅੱਜ ਪੁੱਤਰ ਜਵਾਨ ਹੋ ਗਏ ਨੇ, ਅੱਜ ਪਿਓ ਦੇ ਗਿਰੇ ਬਾਣ ਤੋਂ ਫੜਿਆ ਹੈ, ਆਂਦਾ ਅੱਬਾ ਜ਼ਮੀਨ ਮੇਰੀ ਮੈਨੂੰ ਦੇ ਦੇ, ਅੱਬਾ ਮੇਰਾ ਹਿੱਸਾ ਮੈਨੂੰ ਦੇ ਦੇ। ਮੈਂ ਕਿਹਾ ਚੱਲਿਆ ਨਾ ਨਾ, ਇਹ ਜ਼ਮੀਨਾਂ ਇੱਥੇ ਰਹਿ ਜਾਣੀਆਂ, ਸਾਰਾ ਪਿੰਡ ਬੈਠੇ ਜੁਮਲੇ ਸੁਣ ਕੇ ਜਾਣੇ ਨੇ, ਇਹ ਜ਼ਮੀਨਾਂ ਇੱਥੇ ਰਹਿ ਜਾਣੀਆਂ ਨੇ, ਇਹ ਕੋਠੀਆਂ ਇੱਥੇ ਰਹਿ ਜਾਣੀਆਂ ਨੇ, ਇਹ ਮਰੱਬੇ ਇੱਥੇ ਰਹਿ ਜਾਣੇ ਨੇ। ਕਦੀ ਪਿਓ ਨੂੰ ਦਾਬਾ ਨਾ ਮਾਰਿਆ ਰੇ, ਕਦੀ ਪਿਓ ਦਾ ਦਿਲ ਨਾ ਦੁਖਾਇਆ ਰੇ। ਬਾਬਾ ਜੀ 80 ਸਾਲ ਦਾ ਬਾਬਾ ਹੈ, ਇਹ ਤੇਰੇ ਡਾਲੋ ਵਾਲੀ ਦੀ ਸੜਕ ਤੇ ਖਲੋ ਕੇ ਰੋ ਰਿਹਾ ਹੈ। ਆਂਦਾ ਮੌਲਵੀ ਜੀ, ਕਿੰਨਾ ਪੁੱਤਰਾਂ ਤੇ ਮਾਣ ਕਰੀਏ, ਹੈ ਜਿਸ ਪਿਓ ਤੇ 5 ਪੁੱਤਰ ਆਉਣ। ਬਾਬਾ ਜੀ, ਬਾਪ ਗਲੀਆਂ ਵਿੱਚ ਰੁਲ ਜਾਏ, ਬਾਪ ਸੜਕਾਂ ਤੇ ਰੁਲ ਜਾਏ, ਉਸ ਔਲਾਦ ਨੂੰ ਕੀ ਕਰਨਾ ਜੇ, ਉਸ ਪੁੱਤਰਾਂ ਨੂੰ ਕੀ ਕਰਨਾ ਜੇ। ਅੱਜ ਪਿਓ ਕੋਲ ਬਹਿਣ ਦਾ ਟਾਈਮ ਕੋਈ ਨਹੀਂ, ਹੱਲਾ ਕਾਲਾ ਸਾਹਿਬ ਅੱਲਾ ਤੇਰੇ ਅਥਰੂ ਕਬੂਲ ਕਰੇ, ਹੱਲਾ ਤੇਰੇ ਵਾਲੇ ਤੇ ਵੀਰ ਦੀ ਬਖਸ਼ਿਸ਼ ਫਰਮਾਵੇ। ਇਹੋ ਹੀ ਇਲਾਨੀ ਸੁਲਤਾਨੀ ਆਲਲ ਐਲਾਨ ਕਹਿ ਰਿਹਾ ਹੈ, ਹੋਏ ਬਾਪ ਮਰੇ ਹੈ ਸਿਰਨ ਹੋਵੇ, ਹੱਥਾਂ ਵੀਰ ਮਰਨ ਕੰਡ ਖਾਲੀ। ਹੋਏ ਮਾਵਾਂ ਬਾਜੇ ਚੱਲਿਆ ਕਿੰਨੇ ਲਾਡ ਮਾਂ ਲਡਾਂਦੀ ਏ, ਕਦੀ ਵੱਡੇ ਨੂੰ ਜੰਮਦੀ ਏ, ਕਦੀ ਚੋਠੇ ਨੂੰ ਜੰਮਦੀ ਏ, ਆਂਦੀ ਏ ਮੇਰੀ ਓ ਜਾਨੋ ਅੱਜ ਤੁਹਾਡਾ ਬਾਪ ਟੁਰ ਗਿਆ ਏ, ਹੇ ਮੇਰੇ ਓ ਪੁੱਤਰੋ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਹੋਣ ਦਿਆਂਗੀ, ਹੇ ਮੇਰੇ ਓ ਯਤੀਮ ਪੁੱਤਰੋ ਮੈਂ ਖੁਦ ਮਿਹਨਤਾਂ ਕਰਾਂਗੀ, ਮੈਂ ਤੁਹਾਨੂੰ ਕਿਸੇ ਦੇ ਸਾਹਮਣੇ ਝੁਕਣ ਨਹੀਂ ਦਿਆਂਗੀ, ਕਿਸੇ ਚਾਚੇ ਦੇ ਸਾਹਮਣੇ ਤਲੀ ਨਹੀਂ ਕਰਨ ਦਿਆਂਗੀ, ਕਿਸੇ ਮਾਮੇ ਦੇ ਸਾਹਮਣੇ ਤਲੀ ਨਹੀਂ ਕਰਨ ਦਿਆਂਗੀ। ਸਜਣਾ ਬੜੀਆਂ ਬਹਾਰਾਂ ਆਉਂਦੀਆਂ ਨੇ, ਹੇ ਮਾਂ ਨਾਲ ਵੇੜਾ ਵਸਦਾ ਆਉਂਦਾ ਮਲਕ ਸਾਹਿਬ, ਹੇ ਪਿਓ ਨਾਲ ਵੇੜਾ ਵਸਦਾ ਆਉਂਦਾ ਹੈ। ਅੱਜ ਬੀਵੀ ਅੱਗੇ ਹੋ ਗਈ ਹੈ, ਅੱਜ ਬਾਪ ਪਿੱਛੇ ਹੋ ਗਿਆ ਹੈ, ਅੱਜ ਬੀਵੀ ਅੱਗੇ ਹੋ ਗਈ ਹੈ, ਅੱਜ ਮਾਂ ਪਿੱਛੇ ਹੋ ਗਈ ਹੈ। ਸਾਰਾ ਦਿਨ ਬੀਵੀ ਦੀਆਂ ਗੱਲਾਂ ਸੁਣਨਾ ਹੈ, ਤੇਰੇ ਕੋਲ 10 ਮਿੰਟ ਟਾਈਮ ਕੋਈ ਨਹੀਂ, ਕਦੀ ਅੱਬੇ ਦੇ ਪੈਰਾਂ 'ਚ ਬਹਿ ਜਾਈ, ਆਖੀ ਅੱਬੂ ਜੀ ਮੈਨੂੰ ਸੁਣਾਓ ਤੇ ਸਹੀ ਨਾ, ਮਲਕ ਸਾਹਿਬ ਤੇਰਾ
ਮਜਮਾ ਰੋਵੇ ਜੁਮਲੇ ਸੁਣਿਆ ਰੇ ਹੇ ਬਾਪ ਤਰਸਦਾ ਰਹਿੰਦਾ ਵੇ ਕਦੀ ਮੇਰਾ ਪੁੱਤਰ ਮੇਰੇ ਕੋਲ ਬੈਰ ਆਏ ਇੱਧਰ ਵੇਖੀ ਯਾਰ ਕਦੀ ਮੇਰਾ ਪੁੱਤਰ ਮੇਰੇ ਕੋਲ ਬੈਰ ਆਏ ਕਦੀ ਮੇਰਾ ਜਮਿਆ ਮੇਰੇ ਕੋਲ ਬੈਰ ਆਏ ਹਾਜੀ ਯਾਰਾਂ ਵਾਸਤੇ ਟਾਈਮ ਹੈ ਵੇ ਹਾਜੀ ਸਾਲਿਆਂ ਵਾਸਤੇ ਟਾਈਮ ਹੈ ਵੇ ਅੱਜ ਟਾਈਮ ਕੋਈ ਨਹੀਂ ਤੇ ਅੱਪੇ ਵਾਸਤੇ ਕੋਈ ਨਹੀਂ ਅੱਜ ਟਾਈਮ ਕੋਈ ਨਹੀਂ ਤੇ ਮਾਂ ਵਾਸਤੇ ਕੋਈ ਨਹੀਂ ਹਾਜੀ ਪਿਓ ਹਵੇਲੀ ਜਾ ਕੇ ਰੋਂਦਾ ਰਹਿੰਦਾ ਹੈ ਆਂਦਾ ਰੱਬਾ ਮੈਂ ਬੜੇ ਔਖੇ ਪਾਲੇ ਨੇ ਰੱਬਾ ਮੈਂ ਮੱਝਾਂ ਬਣਾਈਆਂ ਤੇ ਪੁੱਤਰਾਂ ਵਾਸਤੇ ਰੱਬਾ ਮੈਂ ਮਾਲ ਡੰਗਰ ਬਣਾਇਆ ਤੇ ਪੁੱਤਰਾਂ ਵਾਸਤੇ ਰੱਬਾ ਮੈਂ ਹਵੇਲੀਆਂ ਖਰੀਦੀਆਂ ਤੇ ਪੁੱਤਰਾਂ ਵਾਸਤੇ ਹੋਏ ਨੌਜਵਾਨਾਂ ਇਹਨੇ ਹਜ਼ਾਰ ਹਜ਼ਾਰ ਜਮ੍ਹਾਂ ਕਰਕੇ ਇਹਨੇ ਤੇਰੇ ਮਕਾਨਾਂ ਵਾਲੀ ਜਗ੍ਹਾ ਖਰੀਦੀ ਆਓ ਇਹਨੇ ਤੇਰੀ ਹਵੇਲੀ ਵਾਲੀ ਜਗ੍ਹਾ ਖਰੀਦੀ ਆਓ ਇਹਨੇ ਰੋਟੀਆਂ ਦੀਆਂ ਭੁੱਖਾਂ ਕੱਢ ਲਈਆਂ ਨੇ ਇਹਨੇ ਜ਼ਮੀਨ ਨਹੀਂ ਵੇਚੀ ਇਹਨੇ ਹਵੇਲੀ ਦਾ ਸੌਦਾ ਨਹੀਂ ਕੀਤਾ ਅੱਜ ਪੁੱਤਰ ਜਵਾਨ ਹੋ ਗਏ ਨੇ ਮਲਕ ਸਾਹ ਹਵੇਲੀਆਂ ਵਿਕਦੀਆਂ ਪਈਆਂ ਨੇ ਅੱਜ ਪੁੱਤਰ ਜਵਾਨ ਹੋ ਗਏ ਨੇ ਮਲਕ ਸਾਹ ਮਕਾਨਾਂ ਦੇ ਸੌਦੇ ਹੋ ਰਹੇ ਨੇ ਅੱਜ ਜ਼ਮੀਨਾਂ ਦੇ ਸੌਦੇ ਹੋ ਰਹੇ ਨੇ ਅੱਲਾ ਦੀ ਕਸਮ ਹੱਥ ਬਣ ਕੇ ਕਹਿੰਦਾ ਰੇ ਕਦੀ ਪਿਓ ਨੂੰ ਨਾਰਾਜ਼ ਨਾ ਕਰਿਆ ਰੇ ਕਦੀ ਚਿੱਟੀ ਦਾੜੀ ਵਾਲੇ ਨੂੰ ਦੁਖੀ ਨਾ ਕਰਿਆ ਰੇ ਬਾਬਾ ਜੀ ਅੱਲਾ ਅਥਰੋਂ ਕਬੂਲ ਕਰੇ ਜਦੋਂ ਮੈਂ ਬਾਬਿਆਂ ਦਾ ਰੋਣਾ ਵੇਨਾ ਮੇਰਾ ਦਿਲ ਫਟ ਜਾਂਦਾ ਹੈ ਮੈਂ ਨਾ ਰੱਬਾ ਸੋਹਣਿਆਂ ਇਹਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਨੀ ਇਹਨਾਂ ਦੀਆਂ ਵਾਲਾਂ ਚਿੱਟੇ ਹੋ ਗਏ ਨੇ ਅੱਜ ਪੁੱਤਰ ਛੱਡ ਗਏ ਨੇ ਅੱਜ ਬੀਵੀਆਂ ਲੈ ਕੇ ਨੱਸ ਗਏ ਨੇ ਅੱਜ ਬੱਚੇ ਲੈ ਕੇ ਨੱਸ ਗਏ ਨੇ ਆਂਦਾ ਅੰਬਾ ਮੈਂ ਤੇਰੇ ਚੱਕ ਬ੍ਰਹਿਮਣ ਨਹੀਂ ਰਹਿਣਾ ਹੱਬਾ ਮੈਂ ਤੇਰੇ ਪਿੰਡ ਨਹੀਂ ਰਹਿਣਾ ਹੱਬਾ ਮੈਂ ਤੇਰੇ ਵਿਹੜੇ ਨਹੀਂ ਰਹਿਣਾ ਹੋਏ ਰੋਣ ਵਾਲੇ ਆ ਮੈਂ ਕਦੀ ਪੁੱਤਰ ਖੁਸ਼ ਨਹੀਂ ਵੇਖੇ ਜਿਨ੍ਹਾਂ ਪਿਓਵਾਂ ਨੂੰ ਝਿੜਕਾਂ ਮਾਰੀਆਂ ਨੇ ਅੱਜ ਪੁੱਛੋ ਮਲਕ ਕਾਲੇ ਨੂੰ ਅੱਜ ਲੱਖਾਂ ਰੋਲ ਪਿਓ ਨਹੀਂ ਆਏਗਾ ਅੱਜ ਵੀਰ ਨਹੀਂ ਆਏਗਾ ਅੱਜ ਸੀਨੇ ਲਾਉਣ ਵਾਲਾ ਕੋਈ ਨਹੀਂ ਆਏਗਾ ਕੋਈ ਇਹਦਾ ਦੁੱਖ ਨਹੀਂ ਵੰਡਦਾ ਆਉਣਾ ਕੋਈ ਇਹਦੇ ਦੁੱਖ ਨਹੀਂ ਸੁਣਦਾ ਆਉਣਾ ਫੇ ਪੁੱਤਰਾ ਕਿਉਂ ਰੋਣਾ ਏ ਇੱਕ ਵਾਰੀ ਮਲਕ ਸਾਹਿਬ ਪੁੱਤਰ ਪਰੇਸ਼ਾਨ ਹੋਏ ਹੋਏ ਪਿਓਵਾਂ ਦੀਆਂ ਦੌੜਾਂ ਲੱਗ ਜਾਂਦੀਆਂ ਨੇ ਹੋਏ ਪਿਓਵਾਂ ਦੀਆਂ ਦੌੜਾਂ ਲੱਗ ਜਾਂਦੀਆਂ ਨੇ ਇਸੇ ਵਾਸਤੇ ਆਲਲ ਐਲਾਨ ਸੁਲਤਾਨੀ ਕਹਿ ਰਿਹਾ ਏ ਹੋਏ ਜਿਨੇ ਮਾਂ ਨੂੰ ਸਤਾਇਆ ਮੇਰੇ ਵੱਲ ਵੇਖੋ ਜ਼ਰਾ ਸਿਰ ਚੁੱਕ ਕੇ ਬੜਾ ਵੱਡਾ ਜੁਮਲਾ ਬੜਾ ਲਗਾ ਜੇ ਹੈ ਜਿਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਮਲਕ ਸਾਹਿਬ ਕਿਤੇ ਨਾਲ ਰੌਣਕਾਂ ਆਉਂਦੀਆਂ ਨੇ ਹੋਏ ਗੀਤਾਂ ਵੀ ਪਿਓਵਾਂ ਨਾਲ ਸੋਹਣੀਆਂ ਲੱਗਦੀਆਂ ਨੇ ਸ਼ਬਰਾਤਾਂ ਵੀ ਬਿਰਾਵਾਂ ਨਾਲ ਸੋਹਣੀਆਂ ਲੱਗਦੀਆਂ ਨੇ ਅੱਜ ਵੀਰ ਦੀ ਲੜਾਈ ਹੋਵੇ ਅੱਜ ਚੱਕ ਬ੍ਰਹਿਮਾ ਵੇਂਦਾ ਏ ਵੱਡਾ ਵੀਰ ਆ ਗਿਆ ਏ ਉਹਨੇ ਆਖਿਆ ਖਬਰਦਾਰ ਮੇਰੇ ਵੀਰ ਨੂੰ ਥੱਪੜ ਨਾ ਮਾਰੀ ਬਾਬਾ ਜੀ ਜਿੰਨਾਂ ਤੱਕ ਸ਼ਾਦੀਆਂ ਨਹੀਂ ਆਉਂਦੀਆਂ ਉਦੋਂ ਵੀਰ ਵੀਰਾਂ ਦੀ ਜਾਨ ਆਉਂਦੇ ਨੇ ਉਦੋਂ ਵੀਰ ਵੀਰਾਂ ਦੇ ਮਾਣ ਆਉਂਦੇ ਨੇ ਜਦੋਂ ਸ਼ਾਦੀਆਂ ਹੋ ਗਈਆਂ ਨੇ ਹੋਈ ਸੱਕਾ ਵੀਰ ਆਉਂਦਾ ਏ ਉਹਨਾਂ ਦੀਵਾਰਾਂ ਪੈ ਗਈਆਂ ਨੇ ਉੱਥੇ ਵੰਡਾਂ ਪੈ ਗਈਆਂ ਨੇ ਉੱਥੇ ਮਕਾਨ ਤਕਸੀਮ ਹੋ ਗਏ ਨੇ ਉੱਥੇ ਹਵੇਲੀਆਂ ਤਕਸੀਮ ਹੋ ਗਈਆਂ ਨੇ ਹੋਏ ਰੋਣ ਵਾਲਿਆ ਰੱਬੇ ਕਾਬਾ ਦੀ ਕਸਮ ਏ ਅਗਲੇ ਦਿਨ ਬਾਬਾ ਮੈਂ ਮੰਜ਼ਰ ਵੇਖਿਆ ਏ ਬਾਬਾ ਜੀ ਐ ਸ਼ੁਕਰਗੜ ਦੇ ਨਾਲ ਇਹ ਸਾਈਆਂ ਦਾ ਜਿਹੜਾ ਮਜ਼ਾਰ ਏ ਜੁਮਲੇ ਸੁਣਿਆ ਰੇ ਛੋਟੀਆਂ ਹੀ ਹੁੰਦੀਆਂ ਦੋ ਵੀਰ ਵਿਛੜ ਗਏ ਨੇ ਇੱਕ ਪਾਕਿਸਤਾਨ ਆ ਗਿਆ ਦੂਸਰਾ ਹਿੰਦੁਸਤਾਨ ਰਹਿ ਗਿਆ
ਸੁਣਿਆ ਹਜ਼ਰਾ ਜੁਮਲੇ ਸੁਣਿਆ ਰੇ ਹੇ ਦੋ ਵੀ ਜਵਾਨ ਹੋ ਗਏ ਇਹਨਾਂ ਦੋਵਾਂ ਵੀਰਾਂ ਦੀਆਂ ਸ਼ਾਦੀਆਂ ਹੋ ਗਈਆਂ ਹਲ ਹਲ ਐਲਾਨ ਜੁਮਲੇ ਸੁਣਿਆ ਰੇ ਬਾਬਾ ਜੀ ਦੋਵਾਂ ਵੀਰਾਂ ਦੀ 80-90 ਸਾਲ ਉਮਰ ਹੋ ਗਈ ਹੈ 90 ਸਾਲਾਂ ਤੋਂ ਬਾਅਦ ਦੋ ਵੀਰ ਮਿਲਣ ਆਏ ਨੇ ਇੱਕ ਪਾਕਿਸਤਾਨ ਵਿੱਚੋਂ ਜਾ ਰਿਹਾ ਇੱਕ ਹਿੰਦੁਸਤਾਨ ਵਿੱਚੋਂ ਆ ਰਿਹਾ ਹੈ ਬਾਬਾ ਜੀ ਜੁਮਲੇ ਸੁਣਿਆ ਰੇ ਇੱਕ ਵੀਰ ਮੁਸਲਮਾਨ ਇੱਕ ਸਿੱਖ ਬਣ ਗਿਆ ਹੈ ਇੱਕ ਸਿੱਖਾਂ ਵਿੱਚ ਟੁਰ ਗਿਆ ਸਿੱਖ ਹੋ ਗਿਆ ਹਜ਼ਰਾ ਜੁਮਲੇ ਸੁਣਿਆ ਰੇ ਹੋਏ ਮਜ਼ਹਬ ਜਿਹੜਾ ਮਰਜ਼ੀ ਹੋਏ ਹੋਏ ਮਸਲਕ ਜਿਹੜਾ ਮਰਜ਼ੀ ਹੋਏ ਸੱਜਣਾ ਖੂਨ ਤੇ ਖੂਨ ਆਉਂਦੇ ਨੇ ਆਏ ਹਾਏ ਹੋਏ ਖੂਨ ਤੇ ਖੂਨ ਆਉਂਦੇ ਨੇ ਹੋਏ ਤੇਰੀਆਂ ਰਗਾਂ ਵਿੱਚ ਤੇਰੇ ਅੱਬੇ ਦਾ ਖੂਨ ਹੈ ਹਾਂਜੀ ਅੱਬੇ ਦੇ ਖੂਨ ਦੀ ਕਦਰ ਨਹੀਂ ਹੋ ਪਾਈ ਹਾਂਜੀ ਅੱਬੇ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਹੋ ਪਾਈ ਹੋਏ ਤੇਰੇ ਬਾਪ ਨੇ ਬੜੀ ਮਿਹਨਤ ਨਾਲ ਪਾਲਿਆ ਹੈ ਬਾਬਾ ਜੀ ਇੱਕ ਜਾਨਵਰ ਪਾਲਣਾ ਔਖਾ ਆਉਂਦਾ ਹੈ ਮਲਕ ਸਾਹ ਜਿਹਨੇ 4 ਪੁੱਤਰ ਪਾਲੇ ਨੇ ਜਿਹਨੇ 5 ਪੁੱਤਰ ਜਵਾਨ ਕੀਤੇ ਵੀਡੀਓ ਵੇਖੀ ਮੇਰੇ ਅਥਰੂ ਆ ਗਏ ਬਾਬਾ ਜੀ 80 ਸਾਲ ਦੇ ਵੀਰ 80 ਸਾਲਾਂ ਤੋਂ ਬਾਅਦ ਜਦੋਂ ਮਿਲੇ ਨੇ ਧੂਆਂ ਦੇ ਅਥਰੂ ਪੇ ਆਉਂਦੇ ਨੇ ਹੋਏ ਵੱਡਾ ਚਿੱਟੀ ਦਾੜੀ ਆਲਾ ਵੀ ਰੋ ਰਿਹਾ ਹੈ ਛੋਟਾ ਸੋਟੀ ਲੈ ਕੇ ਟੁਰਦਾ ਉਹ ਵੀ ਰੋ ਰਿਹਾ ਹੈ ਕਹਿੰਦਾ ਵੀਰਾ ਕਿੱਥੇ ਜੁਦਾਈਆਂ ਪਾ ਗਿਆ ਹੈ ਵੀਰਾ ਇੰਨੇ ਸਾਲ ਤੈਨੂੰ ਲੱਭਦਾ ਰਿਹਾ ਵਾਂ ਮੈਂ ਪਾਕਿਸਤਾਨ ਦੀ ਗਲੀ ਗਲੀ ਫਿਰਿਆ ਮੇਰਾ ਵੀਰ ਲੱਭ ਜਾਏ ਸੱਜਣਾ 14 ਅਗਸਤ ਕਰੀਬ ਹੈ ਇਸੇ 14 ਅਗਸਤ ਨੂੰ ਵੀਰਾਂ ਤੋਂ ਜੁਦਾਏ ਹੋਏ ਨੇ ਇਸੇ 14 ਅਗਸਤ ਤੋਂ ਧੀਆਂ ਪਿਓ ਨਾਲ ਜੁਦਾਈ ਹੋਈਆਂ ਨੇ ਵੀਰਾਂ ਨਾਲ ਜੁਦਾਈਆਂ ਪਾ ਗਏ ਨੇ ਹੋਏ ਬਾਪ ਕਿਤੇ ਰੁੱਲ ਗਿਆ ਹੈ ਪੁੱਤਰ ਕਿਤੇ ਰੁੱਲ ਗਿਆ ਹੈ ਹੈ ਧੀਆਂ ਕਿਤੇ ਰਹਿ ਗਈਆਂ ਜੇ ਮਾਵਾਂ ਕਿਤੇ ਰਹਿ ਗਈਆਂ ਜੇ ਬਾਬਾ ਜੀ ਜਦੋਂ ਪਾਕਿਸਤਾਨ ਵਿੱਚ ਵੰਡ ਹੋਈ ਹੈ ਹੱਲਾ ਦੀ ਕਸਮ ਹੈ ਜਦੋਂ ਮੈਂ ਗੱਲਾਂ ਸੁਣਨਾ ਇੱਥੋਂ ਹੀ ਆ ਜਾਂਦਾ ਹੈ ਇੱਕ ਮਾਂ ਮੈਨੂੰ ਕਹਿਣ ਲੱਗੀ ਮੌਲਵੀ ਜੀ ਮੇਰੇ 2 ਪੁੱਤਰ ਨੇ ਅੱਧੀ ਰਾਤ ਨੂੰ ਮੈਂ ਜਲੰਧਰੋਂ ਲੈ ਕੇ ਨਸੀਆਂ ਅੱਧੀ ਰਾਤ ਦਾ ਵੇਲਾ ਹੈ ਇੱਕ ਮੇਰੇ ਪੁੱਤਰ ਨੂੰ ਸਾਹਮਣੇ ਤਲਵਾਰ ਵੱਜੀ ਗਏ ਉਹਦਾ ਗਰਦਨ ਥਣ ਤੋਂ ਜੁਦਾ ਹੋ ਗਈ ਹੈ ਕਹਿੰਦੀ ਹੈ ਮੌਲਵੀ ਜੀ ਮੈਂ ਰੋਂਦਿਆਂ ਪੁੱਤਰ ਲੈ ਕੇ ਨਸੀਆਂ ਹਜੇ ਵੀ ਮੇਰਾ ਪੁੱਤਰ ਮੈਨੂੰ ਯਾਦ ਆਉਂਦਾ ਹੈ ਹਜੇ ਵੀ ਮੈਨੂੰ ਉਹ ਵੇਲਾ ਯਾਦ ਆਉਂਦਾ ਹੈ ਹਜੇ ਮਾਈ ਹੋ ਗਈ ਹੈ ਪੋਤਰਿਆਂ ਨੂੰ ਆਉਂਦੀ ਹੈ ਮੇਰਾ ਪੁੱਤਰ ਲੈ ਆਓ ਜਿਹੜਾ ਹਿੰਦੁਸਤਾਨ ਵਾਲਿਆਂ ਨੇ ਮਾਰਿਆ ਹੈ ਹੋਏ ਮੇਰਾ ਬੱਚਾ ਮੈਨੂੰ ਆਵਾਜ਼ਾਂ ਦਿੰਦਾ ਹੋਣਾ ਹੈ ਹੋਏ ਮੇਰਾ ਪੁੱਤਰ ਆਉਂਦਾ ਹੋਣਾ ਹੈ ਅੰਮਾ ਆ ਜਾ ਅੱਜ ਬ੍ਰਹਮੇ ਚੱਕ ਦੇ ਮਲਕ ਬੈਠੇ ਹੋ ਜੁਮਲੇ ਜ਼ਾਇਆ ਨਾ ਕਰ ਯਾਰ ਇਸੇ ਵਾਸਤੇ ਆਲਲ ਐਲਾਨ ਨਾ ਹਸੇ ਮੈਂ ਤਾਂ ਕੀ ਸੋਨਾਮਾ ਮਾਦੀਆਂ ਜਿਹਦੇ ਵਿਹੜੇ ਮਾਂ ਇੱਕ ਵਾਰੀ ਹੱਥ ਬੁਲੰਦ ਕਰੇ ਮੇਰੇ ਨਾਲ ਕੈਮਰਾਮੈਨ ਗਵਾਈ ਦੇਣੀ ਹੈ ਤੇ ਵੇਖਣਾ ਹੀ ਮਾਂ ਲਾ ਬੈਠਾ ਹੈ ਨਾ ਫਿਰ ਮਿਲ ਕੇ ਕਹੋ ਹਸੇ ਮੈਂ ਤਾਂ ਕੀ ਸੋਨਾਮਾ ਮਾਦੀਆਂ ਤਾਰੇ ਦਿੰਦੀਆਂ ਆਏ ਹਾਏ ਤਾਂ ਮਲਕ ਸਾਹਿਬ ਜਿਹਨੂੰ ਜੋ ਮਿਲਿਆ ਜਿਹਨੂੰ ਜੋ ਮਿਲਿਆ ਇਸ ਮਾਂ ਦੀ ਦੁਆ ਦਾ ਸਦਕਾ ਮਿਲਿਆ ਏ ਇਸ ਅੰਮੀ ਦੀ ਦੁਆ ਦਾ ਸਦਕਾ ਮਿਲਿਆ ਏ ਤਾਂਯੂ ਤੇ ਤੇਰੇ ਵੇੜੇ ਸੁਲਤਾਨੀ ਕਹਿ ਰਿਹਾ ਏ ਤਾਰੇ ਦਿੰਦੀਆਂ ਦੋਵਾਂ ਮਾਂ ਦੀਆਂ ਤਾਰੇ ਦਿੰਦੀਆਂ ਦੋਵਾਂ ਬੱਚੇ ਛੋਟੇ
ਮਾਂ ਦੁਆ ਵੀ ਮੰਗਦੀ ਹੈ। ਇੱਧਰ ਵੇਖ ਮਲਕ ਸਾਹਿਬ, ਇੱਕ ਨੂੰ ਸੱਜੇ ਪਾਸੇ ਬਿਠਾਇਆ, ਇੱਕ ਨੂੰ ਖੱਬੇ ਪਾਸੇ, ਇੱਕ ਵੱਡਾ ਇੱਕ ਛੋਟਾ ਹੈ, ਨਾਲੇ ਰੋਂਦੀ ਜਾਂਦੀ ਹੈ, ਨਾਲੇ ਆਉਂਦੀ ਹੈ ਪੁੱਤਰੋ ਮੇਰੀ ਜਾਨ। ਦੋ ਸਾਲ ਹੋ ਗਏ ਮਾਂ ਨੇ ਕੱਪੜੇ ਨਹੀਂ ਖਰੀਦੇ, ਪੰਜ ਸਾਲ ਹੋ ਗਏ ਪਿਓ ਨੇ ਜੋੜਾ ਨਹੀਂ ਖਰੀਦਿਆ, ਤੇਰੇ ਕੱਪੜੇ ਵੀ ਨਵੇਂ, ਤੇਰੀਆਂ ਜੁੱਤੀਆਂ ਵੀ ਨਵੀਆਂ, ਤੇਰੀ ਹਰ ਚੀਜ਼ ਈ ਤੇ ਲੈ ਕੇ ਆਉਂਦੀ ਰਹੀ ਹੈ। ਜਿੰਨੇ ਰੋਂਦੇ ਪਿਓ ਮੈਨੂੰ ਇਮਾਨਦਾਰੀ ਨਾ ਦੱਸੋ, ਜਦੋਂ ਤੁਸੀਂ ਛੋਟੇ ਛੋਟੇ ਸੋ, ਜ਼ਰਾ 20 ਸਾਲ 30 ਸਾਲ 40 ਸਾਲ ਪਿੱਛੇ ਜਾ, ਉਹ ਕੱਚਾ ਵੇੜਾ ਸੀ ਬਾਬਾ ਜੀ ਬਾਲੇ ਪੇ ਛੱਤ, ਗਾਡਰ ਤੇ ਛਤੀਰਾਂ ਵਾਲੇ ਛੱਤ ਆਉਂਦੇ ਸਨ, ਉਦੋਂ ਮਕਾਨ ਕੱਚੇ ਆਉਂਦੇ ਸਨ, ਰਿਸ਼ਤੇ ਪੱਕੇ ਆਉਂਦੇ ਸਨ। ਜੋ ਕਰੀ ਮੈਂ ਗੱਲ ਨੇੜੇ ਲੈ ਗਿਆ, ਮਕਾਨ ਕੱਚੇ ਆਉਣੇ ਮਲਕ ਸਾਹਿਬ, ਇੱਕ ਹੀ ਕਮਰੇ ਵਿੱਚ ਭੈਣਾਂ ਵੀ ਪਈਆਂ ਰਹਿੰਦੀਆਂ ਨੇ, ਭਰਾ ਵੀ ਰਹਿੰਦੇ ਪਏ ਨੇ, ਇੱਕ ਮਕਾਨ ਵਿੱਚ ਚਾਚੇ ਵੀ ਜ਼ਿੰਦਗੀ ਕੱਢ ਛੱਡੀ, ਤਾਏ ਵੀ ਜ਼ਿੰਦਗੀ ਕੱਢ ਛੱਡੀ, ਬਾਬਾ ਜੀ ਕਦੀ ਰੋਲਾ ਨਹੀਂ ਬਣਿਆ, ਕਦੀ ਲੜਾਈਆਂ ਨਹੀਂ ਹੋਈਆਂ, ਕਦੀ ਤੁਹਾਡੀ ਦਾਦੀ ਮੇਰੀ ਦਾਦੀ ਕਦੀ ਤੁਹਾਡੀ ਮਾਂ ਨੇ ਆਖਿਆ ਹੋਵੇ ਉਹ ਕੰਮ ਮੈਂ ਕੀਤਾ ਐ ਨਹੀਂ ਮੈਂ ਕਰਨਾ, ਡੇਰੇ ਦੇ ਵੀ ਕਰਨੇ, ਹਵੇਲੀ ਦੇ ਵੀ ਕਰਨੇ, ਇਹ ਗੱਲਾਂ ਜ਼ਾਇਆ ਨਾ ਕਰੀ, ਬੜੀ ਕਰੋੜਾਂ ਦੀਆਂ ਗੱਲਾਂ, ਬਰਾਮੇ ਚੱਕ ਦੀ ਸਰਜ਼ਮੀਨ 'ਚ ਪੂਰੀ ਦੁਨੀਆਂ ਨੂੰ ਦੇ ਚੱਲਾਂ, ਡੇਰੇ ਦੇ ਵੀ ਕੰਮ ਕਰਨੇ, ਕਾਰ ਦੇ ਵੀ ਕੰਮ ਕਰਨੇ, ਮੂੰਜੀਆਂ ਵੀ ਲਾਉਣੀਆਂ, ਕਣਕਾਂ ਵੀ ਬੀਜਣੀਆਂ, ਡੇਰਿਆਂ 'ਤੇ ਵੀ ਜਾਣੇ, ਕਦੀ ਸ਼ਿਕਵੇ ਨਹੀਂ ਕੀਤੇ, ਕਦੀ ਸਾਡੀਆਂ ਮਾਵਾਂ ਲੜਾਈਆਂ ਨਹੀਂ ਸਨ ਕੀਤੀਆਂ, ਕਦੀ ਸਾਡੀਆਂ ਦਾਦੀਆਂ ਲੜਾਈਆਂ ਨਹੀਂ ਸਨ ਕੀਤੀਆਂ, ਬੰਦੇ ਖਰਚਾ ਦਿੱਤਾ ਤੇ ਆਮੀਨ, ਜੇ ਨਾ ਦਿੱਤਾ ਤੇ ਫਿਰ ਵੀ ਆਮੀਨ, ਕਦੀ ਬੰਦੇ ਨਾਲ ਲੜਾਈ ਨਹੀਂ ਲਈ, ਕਦੀ ਬੰਦੇ ਨਾਲ ਸ਼ਿਕਵਾ ਨਹੀਂ ਕੀਤਾ, ਮੇਰੇ ਕੱਪੜੇ ਚੰਗੇ ਨਹੀਂ, ਮੇਰੀ ਜੁੱਤੀ ਚੰਗੀ ਨਹੀਂ, ਮੈਂ ਫਲਾਣੀ ਜਗ੍ਹਾ 'ਤੇ ਜਾਣਾ, ਮੈਂ ਆਪਣੀਆਂ ਮਾਵਾਂ 'ਤੇ ਪੈਣਾ ਅੱਗੇ ਹੱਥ ਬੰਨਣਾ, ਇਹ ਥੱਲੇ ਮੇਰੀਆਂ ਮਾਵਾਂ ਪੈਣਾ ਪੀਆਂ ਸੁਣਦੀਆਂ ਨੇ, ਕਦੀ ਬਾਤੇ 'ਤੇ ਸ਼ਿਕਵਾ ਨਾ ਕਰਿਆ ਰੇ, ਕਦੀ ਖਾਵਾਂ ਦੀ ਸ਼ਿਕਾਇਤ ਨਾ ਕਰਿਆ ਰੇ, ਕਦੀ ਖਾਵਾਂ ਦਾ ਗਿਲਾ ਨਾ ਕਰਿਆ ਰੇ, ਇਹਨੇ ਜੋ ਕਮਾਇਆ ਤੇਰੀ ਤਲੀ 'ਤੇ ਰੱਖਿਆ ਏ, ਇਹਨੇ ਜੋ ਕਮਾਇਆ ਤੇਰੇ 'ਤੇ ਲਾਇਆ ਏ, ਇਹਨੇ ਬਾਬਾ 1 ਰੁਪਿਆ ਖਰਚ ਨਹੀਂ ਕੀਤਾ, ਇਹਨੇ ਕਦੀ ਆਪਣੇ ਕੱਪੜੇ ਨਹੀਂ ਲਏ, ਇਹਨੇ ਕਦੀ ਆਪਣੀਆਂ ਜੁੱਤੀਆਂ ਨਹੀਂ ਲਈਆਂ, ਇਹਨੇ ਕਦੀ ਆਪਣੀਆਂ ਖਾਸ਼ਾਂ ਨਹੀਂ ਵੇਖੀਆਂ, ਹੱਲਾ ਦੀ ਕਸਮ ਬ੍ਰਹਮੇ ਜਗ ਵਾਲਿਆ, ਅੱਜ ਮੈਂ ਅਲਲ ਇਲਾਣਾ ਨਾ ਵਾਂ, ਅੱਜ ਜਿਹੜੀਆਂ ਤੀਆਂ ਸਾੜੀਆਂ ਕਿਸੇ ਦੇ ਵਿਹੜੇ ਜਾਂਦੀਆਂ ਨੇ ਜਾਂ ਕਿਸੇ ਦੀਆਂ ਸਾਡੇ ਵਿਹੜੇ ਆਉਂਦੀਆਂ ਨੇ, ਕਦੀ ਸੱਸ ਨੂੰ ਤਾਨਾ ਨਾ ਮਾਰਿਆ ਰੇ, ਕਦੀ ਸੱਸ ਨਾਲ ਜ਼ੁਲਮ ਨਾ ਕਰਿਆ ਰੇ, ਕਦੀ ਸਹੁਰੇ ਨੂੰ ਦਾਬਾ ਨਾ ਮਾਰਿਆ ਰੇ, ਨੀ ਮੇਰੀ ਇਹ ਧੀ ਹੈ ਕਦੀ ਇਹ ਨਾ ਆਖੀ ਵੇ ਬਾਬਾ ਤੇਰਾ ਇੱਥੇ ਕੀ ਹੈ, ਨੀ ਮਾਹੀ ਤੇਰਾ ਇੱਥੇ ਕੀ ਹੈ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਵੇ, ਜਿਸ ਨੂੰ ਨੇ ਆਪਣੀ ਸੱਸ ਦੀ ਖਿਦਮਤ ਕੀਤੀ ਹੈ, ਹੱਲਾ ਉਹਦੇ ਪੁੱਤਰਾਂ ਨੂੰ ਇੱਥੇ ਵੀ ਨੇਕ ਬਣਾਏਗਾ, ਉੱਥੇ ਵੀ ਨੇਕ ਬਣਾਏਗਾ, ਹਲਲ ਇਲਾਨ ਸੁਲਤਾਨੀ ਕਹਿ ਰਿਹਾ ਹੈ, ਜਿੰਨੇ ਮਾਂ ਨੂੰ ਸਤਾਇਆ, ਇੱਧਰ ਸੁਣਿਓ ਤੇ ਮੈਂ ਤਕਰੀਰ ਛੱਡਣ ਲੱਗਾ, ਮੇਰੇ ਵੱਲ ਵੇਖਿਆ ਜੇ, ਹੈ ਜਿੰਨੇ ਮਾਂ ਨੂੰ ਸਤਾਇਆ, ਹੈ ਦਿਲ ਪਿਓ ਦਾ ਦੁਖਾਇਆ, ਮਲਕ ਸਾਹਿਬ ਇਹ ਮਿਸਰੇ ਸੁਣਨੇ ਨਹੀਂ, ਇਹਨੂੰ ਸ਼ੇਰ ਨਹੀਂ ਸਮਝਣਾ, ਆਪਣੇ ਦਿਲ ਤੇ ਲਿਖ ਕੇ ਲੈ ਜਾਈ, ਤੇ ਮੌਲਵੀ ਆ ਕੇ ਕਹਿ ਰਿਹਾ ਜਿੰਨੇ ਮਾਂ ਨੂੰ ਸਤਾਇਆ, ਹੈ ਜਿੰਨੇ ਬੈਠੀ ਹੋ ਮੇਰੇ ਵੱਲ ਵੇਖਿਆ ਜੇ, ਹੈ ਜਿੰਨੇ ਮਾਂ ਨੂੰ ਸਤਾਇਆ,
ਹੈ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੁਲਾਇਆ ਹੁਣੇ ਇੱਧਰ ਵੇਖਿਓ ਬਾਬਾ ਜੀ ਹੱਲਾ ਦੀ ਕਸਮ ਹੈ ਤੁਹਾਡੇ ਅਥਰੂ ਕੇ ਦੱਸ ਦੇਣ ਹੋਏ ਤੁਸਾਂ ਔਲਾਦ ਨਾਲ ਬੜਾ ਪਿਆਰ ਕੀਤਾ ਹੈ ਤੁਸਾਂ ਪੁੱਤਰਾਂ ਨਾਲ ਬੜੇ ਚਾਅ ਕੀਤੇ ਨੇ ਹੋਏ ਜਿੰਨੇ ਮਾਂ ਨੂੰ ਸਤਾਇਆ ਹੋਏ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੁਲਾਇਆ ਹੁਣੇ ਅਰਸ਼ ਹੈ ਲਾਇਆ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪਾੜੀ ਖੋਲ ਕੇ ਕੁਰਾਨ ਤੁਸੀਂ ਆਖੋਗੇ ਮੌਲਵੀ ਸਾਹਿਬ ਕੁਰਾਨ ਗਵਾਈ ਦੇ ਰਿਹਾ ਹੈ ਹਾਂ ਬਾਬਾ ਜੀ ਕੁਰਾਨ ਗਵਾਈ ਦੇ ਰਿਹਾ ਹੈ ਰੱਬੀ ਰਹਿਮ ਹੁਮਾ ਕਮਾ ਰੱਬਾ ਯਾਨੀ ਸਗੀਰਾ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬਾ ਨਗ ਫਿਰਲੀ ਮਲਕ ਸਾਹਿਬ ਜੁਮਲੇ ਤਰਪਾ ਦੇਣਗੇ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਫਰਮਾਨ ਵਖਰਾ ਸ਼ਾਨ ਸਭ ਦੀਏ ਯਾਰੋ ਆਪੋ ਆਪਣੇ ਤੇ ਮਾਪਿਆਂ ਦਾ ਸ਼ਾਨ ਵਖਰਾ ਵਖਰਾ ਮਾਪਿਆਂ ਦਾ ਸ਼ਾਨ ਵਖਰਾ ਵਖਰਾ ਮਾਪਿਆਂ ਦਾ ਸ਼ਾਨ ਵਖਰਾ ਅਗਲਾ ਸ਼ੇਰ ਸੁਣੋ ਮਲਕ ਸਾਹਿਬ ਦਿਲ ਠਰ ਜਾਏਗਾ ਜਿੰਨਾ ਤੈਨੂੰ ਚੱਲਣਾ ਤੇ ਬੋਲਣਾ ਸਿਖਾਇਆ ਜ਼ਰਾ ਕੌਣ ਸੀ ਤੇਰਾ ਬਾਪ ਬਾਬਾ ਜੀ ਮੈਨੂੰ ਇਮਾਨਦਾਰੀ ਨਾਲ ਦੱਸੋ ਇੱਕ ਮਰਲਾ ਕੋਈ ਜਗ੍ਹਾ ਫਰੀ ਦਿੰਦਾ ਜੇ ਬੋਲੋ ਤਾਂ ਸਹੀ ਜਿਹੜੇ ਸੌਂ ਗਏ ਉਹ ਨਾ ਬੋਲੋ ਜਿਹੜੇ ਜਾਗਦੇ ਹੋ ਬਾਬਾ ਜੀ ਕਿਸੇ ਪਿੰਡ ਵਿੱਚ ਜਾ ਨਾ ਕਿਸੇ ਕੋਲ ਮੈਨੂੰ ਨਾ ਲੈ ਜਾ ਚੱਲ ਸੱਕੇ ਚਾਚੇ ਕੋਲ ਟੁਰ ਜਾ ਜਦੋਂ ਜ਼ਮੀਨ ਵੰਡ ਕੱਤੀ ਹੋਏ ਨਾ ਤਾਂ ਸੱਕੇ ਚਾਚੇ ਕੋਲ ਟੁਰ ਜੀ ਤਾਂ ਆਖੀ ਚਾਚਾ ਜੀ ਆ ਜਿਹੜੀ ਹਵੇਲੀ ਦੇ ਦੋ ਮਰਲੇ ਨੇ ਨਾ ਤੁਹਾਡੇ ਕੋਲ ਜ਼ਿਆਦਾ ਜਗ੍ਹਾ ਤਾਂ ਮੇਰੇ ਕੋਲ ਥੋੜ੍ਹੀ ਹੈ ਅਤੇ ਭਰਾ ਦਾ ਪੁੱਤਰ ਸਮਝ ਕੇ ਦੇ ਛੱਡੋ ਦੇਵੇਗਾ ਸੱਚੀ ਗੱਲ ਕਰਨੀ ਜੇ ਇੱਥੇ ਪਰੇ ਆ ਪੰਚਾਇਤ ਦੇ ਬੰਦੇ ਬਾਬਾ ਜੀ ਦੇਵੇਗਾ ਉਹ ਆਖੇਗਾ ਮੇਰੇ ਪੁੱਤਰ ਕੋਈ ਨਹੀਂ ਜੇ ਤੂੰ ਵੇ ਤੂੰ ਤੇ ਮੇਰਾ ਭਤੀਜਾ ਹੈ ਤੇ ਉਹ ਮੇਰੇ ਸੱਕੇ ਨੇ ਤੇ ਮੈਂ ਉਹਨਾਂ ਦੀ ਲੱਤ ਵੱਢ ਕੇ ਤੈਨੂੰ ਦੇ ਛੱਡਾਂ ਮੈਂ ਉਹਨਾਂ ਦਾ ਨਾ ਸੋਚਾਂ ਤੇਰਾ ਸੋਚਾਂ ਚੱਲਿਓ ਇਹਨੂੰ ਤਕਰੀਰ ਨਾ ਸਮਝੋ ਬਾਬਾ ਜੀ ਇੱਕ ਵੀ ਗੱਲ ਕੰਮ ਦੀ ਲੱਭ ਜਾਏ ਨਾ ਤੇ ਬੇੜਾ ਪਾਰ ਹੋ ਜਾਂਦਾ ਕੀ ਇੱਧਰ ਉਹ ਸੱਕਾ ਚਾਚਾ ਹੋ ਕੇ ਤੈਨੂੰ ਇੱਕ ਮਰਲਾ ਫਰੀ ਨਹੀਂ ਪਿਆ ਦਿੰਦਾ ਤੇ ਤੂੰ ਬਾਪ ਦੀ ਕਦਰ ਇਹ ਪਾਈਏ ਜਿਹਨੇ ਕਨਾਲ ਕਨਾਲ ਤੈਨੂੰ ਮਕਾਨ ਫਰੀ ਦੇ ਛੱਡਿਆ ਦਿੱਤਾ ਕਿ ਨਹੀਂ ਚਲੋ ਇੰਜ ਕਰ ਲਓ ਜਿੰਨੇ ਬ੍ਰਹਮੇ ਚੱਕ ਵਾਲੇ ਬੈਠੇ ਹੋ ਜਿੱਥੋਂ ਜਿੱਥੋਂ ਆਏ ਹੋ ਮੈਨੂੰ ਕੋਈ ਇੱਕ ਬੰਦਾ ਸਾਬਤ ਕਰੇ ਕਿ ਮੈਂ ਅੱਬੇ ਨੂੰ ਪੈਸੇ ਦੇ ਕੇ ਜਗ੍ਹਾ ਲਈ ਉੱਠੋ ਕੋਈ ਬੰਦਾ ਸਾਬਤ ਕਰੇ ਕਿ ਮੈਂ ਅੱਬੇ ਨੂੰ ਪੈਸੇ ਦਿੱਤੇ ਨੇ ਤੇ ਮਕਾਨ ਵਾਲੀ ਜਗ੍ਹਾ ਲਈ ਹੈ ਮੈਂ ਅੱਬੇ ਨੂੰ ਪੈਸੇ ਦਿੱਤੇ ਨੇ ਤੇ ਹਵੇਲੀ ਵਾਲੀ ਜਗ੍ਹਾ ਲਈ ਹੈ ਚੱਲਿਆ ਜਿਹਨੇ ਸਾਰਾ ਕੁਝ ਤੇਰੇ ਵਾਸਤੇ ਸੱਕਿਆਂ ਭਰਾਵਾਂ ਨਾਲ ਲੜਾਈ ਲੈ ਕੇ ਤੇ ਉਹਨੇ ਜਗ੍ਹਾ ਨਹੀਂ ਦਿੱਤੀ ਉਹਨੇ ਤੇਰੇ ਵਾਸਤੇ ਰੱਖੀ ਹੈ ਕੋਈ ਤੈਨੂੰ ਇੱਕ ਗਿੱਠ ਫਰੀ ਨਾ ਦੇਵੇ ਅਤੇ ਤੇਰਾ ਬਾਪ ਤੈਨੂੰ ਮੁਰੱਬੇ ਦੇ ਮੁਰੱਬੇ ਫਰੀ ਦੇ ਗਿਆ ਅਤੇ ਤੇਰਾ ਇੰਨਾ ਹੱਕ ਵੀ ਨਹੀਂ ਬਣਦਾ ਕਿ ਤੂੰ ਬਾਪ ਦੀ ਕਬਰ 'ਤੇ ਜਾ ਕੇ ਹੱਥ ਚੁੱਕ ਕੇ ਦੁਆਈ ਕਰ ਸਕੇ ਹੈ ਤੇਰਾ ਇੰਨਾ ਹੱਕ ਵੀ ਨਹੀਂ ਬਣਦਾ ਕਿ ਤੂੰ ਕੁਰਾਨ ਪੜ੍ਹ ਕੇ ਉਸ ਬਾਪ ਦੀ ਬਖਸ਼ਿਸ਼ ਮੰਗ ਸਕੇ ਨਮਾਜ਼ ਪੜ੍ਹ ਕੇ ਮਗਫਰਤ ਮੰਗ ਸਕੇ ਹੈ ਜੀ ਮੌਲੀ ਸਾਹਿਬ ਸਾਡੇ ਕੋਲ ਟਾਈਮ ਕੋਈ ਨਹੀਂ ਮੈਂ ਕਿਹਾ ਚੱਲਿਆ ਕੋਈ ਗੱਲ ਨਹੀਂ ਜਿਹੜੇ ਤੂੰ ਵੀ ਜੰਮੇ ਨੇ ਟਾਈਮ ਉਹਨਾਂ ਕੋਲ ਵੀ ਕੋਈ ਨਹੀਂ ਹੋਣਾ ਬਾਬਾ ਜੀ ਜੇ ਜਿਸ ਤਰ੍ਹਾਂ ਕਰੋਗੇ ਉਸ ਤਰ੍ਹਾਂ ਭਰੋਗੇ ਜੋ ਮੈਂ ਬੀਜਣਾ ਮੈਂ ਉਹੀ ਵੱਢਣਾ ਆਲ ਆਲ ਐਲਾਨ ਕਹਿ ਰਿਹਾ ਬਾਪ ਦੀ ਕਦਰ ਕਰ ਤੇਰਾ ਪੂਰਾ ਪਿੰਡ ਵੀ ਤੇਰੇ ਖਿਲਾਫ ਹੋ ਜਾਏ ਨਾ ਆਪਣੇ ਅੱਬੇ ਨੂੰ ਕੰਡ ਨਾ ਦੇਵੀਂ
ਆਪਣੇ ਬਾਪ ਨੂੰ ਡਿੱਗਣ ਨਾ ਦਵੀਂ, ਪੂਰੀ ਤੇਰੀ ਬਰਾਦਰੀ ਪੂਰਾ ਤੇਰਾ ਸ਼ਰੀਕਾ ਇੱਕ ਪਾਸੇ ਹੋ ਜਾਏ। ਉਹਨਾਂ ਨੂੰ ਆਖੀ ਭਾਈ ਅਹਿਮ ਅਸੀਂ ਪਿਓ ਦੇ ਪੁੱਤਰ ਅਸੀਂ ਨਾਲ ਖਲੋਵਾਂਗੇ। ਬਾਬਾ ਜੀ ਉਸ ਬਾਪ ਦੀ ਪਗੜੀ ਉੱਚੀ ਹੁੰਦੀ ਜੇ ਜਿਹਦੇ ਪੁੱਤਰ ਪਿਓ ਨਾ ਚੱਲਣ, ਜਿਹਦੇ ਪੁੱਤਰ ਅਤੇ ਜੇ ਪੁੱਤਰ ਹੀ ਪਿਓ ਨੂੰ ਕਚਹਿਰੀ ਲੈ ਜਾਏ ਤੇ ਆਹ ਮੈਂ ਸਿਆਲਕੋਟ ਤੈਨੂੰ ਵਿਖਾਉਣਾ ਕਚਹਿਰੀ ਲੈ ਜਾਣਾ ਸੁਬਹ। ਪੁੱਤਰਾਂ ਨੇ ਮੁਕੱਦਮੇ ਕੀਤੇ ਨੇ, ਦਾਅਵੇ ਕੀਤੇ ਨੇ ਅੱਬੇ ਤੇ, ਅੱਬੇ ਤੇ ਪਰਚਾ ਕਰਾ ਛੱਡਿਆ ਜੀ। ਕੀ ਹੋਇਆ ਜੀ? ਅੱਬਾ ਸਾਨੂੰ ਜਗ੍ਹਾ ਨਹੀਂ ਪਿਆ ਦਿੰਦਾ, ਅੱਬਾ ਸਾਨੂੰ ਹਿੱਸਾ ਨਹੀਂ ਪਿਆ ਦਿੰਦਾ। ਮਲਕ ਸਾਹਿਬ ਮੈਨੂੰ ਇਮਾਨਦਾਰੀ ਨਾਲ ਦੱਸੋ, ਬਾਪ ਨੇ ਕਿਹਦੇ ਵਾਸਤੇ ਛੱਡ ਕੇ ਜਾਣੀ ਹੈ? ਮੇਰੇ ਤੁਹਾਡੇ ਵਾਸਤੇ ਛੱਡ ਕੇ ਜਾਣੀ ਹੈ? ਅਤੇ ਥੋੜ੍ਹਾ ਸਬਰ ਨਹੀਂ ਹੁੰਦਾ ਪਿਆ ਤੈਨੂੰ? ਬੀਵੀ ਪਿੱਛੋਂ ਫਿਰਾਂਦੀ ਰਹਿੰਦੀ ਹੈ, ਵੇਖ ਇਹ ਤੇਰਾ ਅੱਬਾ ਵੇਖ ਕੈਸੀ ਬੇਇਨਸਾਫੀ ਕਰ ਗਿਆ, ਵੱਡੇ ਨੂੰ ਜ਼ਿਆਦਾ ਦੇ ਗਏ ਅਤੇ ਤੈਨੂੰ ਥੋੜ੍ਹੀ ਦੇ ਗਿਆ। ਮੈਂ ਉਹਨਾਂ ਬੀਬੀਆਂ ਅੱਗੇ ਹੱਥ ਜੋੜ ਕੇ ਕਹਿੰਦਾ ਕਿ ਅਗਰ ਥੋੜ੍ਹੀ ਵੀ ਦੇ ਗਿਆ ਤਾਂ ਕੋਈ ਗੱਲ ਨਹੀਂ, ਤੁਸੀਂ ਤਾਂ ਇੰਨੇ ਦੇ ਵੀ ਹੱਕਦਾਰ ਨਹੀਂ ਸੋ। ਇੱਧਰ ਤਵੱਜੋ ਕਰੋ, ਗੱਲ ਸਮਝਿਓ ਬਾਬਾ ਜੀ, ਜਿੱਥੇ ਜਿੱਥੇ ਬੈਠੇ ਹੋ ਬਾਪ ਦੀ ਕਦਰ ਕਰ, ਮੈਂ ਬਾਪ ਦੀ ਸ਼ਾਨ ਪਿਆ ਪੜ੍ਹਨਾ। ਅਗਲੇ ਦਿਨ ਮੈਨੂੰ ਫੋਨ ਆਇਆ ਗੁੱਜਰ ਖਾਨ ਤੋਂ, ਰਾਵਲਪਿੰਡੀ ਰੋਡ ਤੇ ਗੁੱਜਰ ਖਾਨ, ਤੁਸੀਂ ਸੁਣਿਆ ਗਏ ਵੀ ਹੋਣੇ ਹੋ। ਮਲਕ ਸਾਹਿਬ ਗੱਲ ਬੜੀ ਸੁਣਨ ਵਾਲੀ ਜੇ, ਪੁਆਇੰਟ ਦੀ ਗੱਲ ਜੇ, ਨੁਕਤੇ ਦੀ ਗੱਲ। ਮੈਨੂੰ ਫੋਨ ਕਰਕੇ ਕਹਿੰਦਾ ਕਾਰੀ ਸਾਹਿਬ ਕਦੀ ਅੱਬਿਆਂ ਦੇ ਖਿਲਾਫ ਵੀ ਤਕਰੀਰ ਕਰਿਆ ਕਰੋ। ਇਹ ਸੁਣੋ, ਇਹੋ ਜਿਹੇ ਪੁੱਤਰ ਵੀ ਆਇਆ ਜੇ ਕਦੀ ਅੱਬਿਆਂ ਦੇ ਬਾਰੇ ਵੀ, ਮੈਂ ਕਿਹਾ ਕਹਿੰਦਾ ਮੇਰੇ ਅੱਬੇ ਨੇ ਮੇਰੇ ਨਾਲ ਜ਼ਿਆਦਤੀ ਕੀਤੀ। ਇਹ ਸੁਣਿਓ, ਇਹ ਸਾਰਾ ਮਜਮਾ ਪੂਰੀ ਦੁਨੀਆ, ਚਾਰ ਕੈਮਰੇ ਲੱਗੇ ਨੇ, ਹਾਲ ਐਲਾਨ ਜੁਮਲੇ ਦੇ ਰਿਹਾ। ਮੈਂ ਕਿਹਾ ਅੱਬੇ ਨੇ ਕਿਹੜੀ ਜ਼ਿਆਦਤੀ ਕੀਤੀ ਹੈ? ਆਂਦਾ ਅੱਬੇ ਨੇ ਜਦੋਂ ਹਿੱਸਾ ਵੰਡਿਆ ਨਾ ਸਾਡਿਆਂ ਭਰਾਵਾਂ ਨੂੰ, ਅਸੀਂ ਚਾਰ ਭਰਾ ਸਾਂ ਅਤੇ ਮੈਨੂੰ ਉਹਨੇ ਚਾਰ ਕਨਾਲਾਂ ਦਿੱਤੀ ਹੈ ਅਤੇ ਦੂਸਰਿਆਂ ਨੂੰ ਪੰਜ ਪੰਜ ਕਨਾਲਾਂ ਦਿੱਤੀ ਹੈ। ਸਮਝ ਆ ਰਹੀ ਹੈ ਗੱਲ ਦੀ? ਇੱਧਰ ਵੇਖਿਓ, ਇਹ ਜਦੋਂ ਲੜਾਈਆਂ ਲੱਗਦੀਆਂ ਨਾ ਜ਼ਮੀਨਾਂ ਤੋਂ ਹੀ ਲੱਗਦੀਆਂ ਨੇ, ਹੈ ਇਹਦੇ ਤੋਂ ਲੱਗਦੀਆਂ ਨਾ। ਉਂਝ ਕੋਈ ਨਹੀਂ ਲੜਦਾ, ਉਂਝ ਸਾਰੇ ਆਉਂਦੇ ਨੇ, ਅਸੀਂ ਹੁਣੇ ਕਿਸੇ ਨੂੰ ਆਹ ਮੇਰਾ ਹੀ ਸਾਦੇ, ਹੁਣੇ ਵੇਖ ਤੇਰੇ ਸਾਹਮਣੇ ਆ ਜਾਏਗੀ ਹਰ ਚੀਜ਼, ਸੱਗੇ ਤੇਰੇ ਸਾਹਮਣੇ ਆ ਜਾਣਗੇ। ਨਾ ਕਿਸੇ ਦਾ ਹੱਕ ਖਾਓ ਅਤੇ ਨਾ ਆਪਣਾ ਕਿਸੇ ਨੂੰ ਖਾਣ, ਮਲਕ ਸਾਹਿਬ ਨਾ ਕਿਸੇ ਦਾ ਲਵੋ ਅਤੇ ਨਾ ਆਪਣਾ ਕਿਸੇ ਨੂੰ ਦਿਓ, ਇਸ ਗੱਲ 'ਤੇ ਕਾਇਮ ਰਹਿਣਾ ਜੇ। ਆ ਕਰੋੜਾਂ ਦੇ ਜੁਮਲੇ ਨਹੀਂ ਸੁਲਤਾਨੀ ਤੇਰੇ ਮਜਮੇ 'ਚ ਮਲਕ ਕਾਲਿਆ ਦੇ ਚੱਲੇ। ਆਂਦਾ ਚਾਰ ਕਨਾਲਾਂ ਮੈਨੂੰ ਦਿੱਤੀਆਂ ਸੀ ਅਤੇ ਪੰਜ ਦੂਸਰਿਆਂ ਭਰਾਵਾਂ ਨੂੰ, ਤਿੰਨਾਂ ਨੂੰ ਦਿੱਤੀਆਂ ਸੀ। ਮੈਂ ਉਹਦਾ ਫੋਨ ਸੁਣਨਾ ਪਿਆ ਸਾਂ, ਮੈਂ ਕਿਹਾ ਠੀਕ ਹੈ, ਮੈਂ ਕਿਹਾ ਭਾਅ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਅਤੇ ਫਿਰ ਮੈਂ ਅੱਬੇ ਦੇ ਖਿਲਾਫ ਵੀ ਤਕਰੀਰ ਕਰ ਛੱਡਾਂਗਾ। ਕਹਿੰਦਾ ਦੱਸ ਮੌਲਵੀ। ਮੈਂ ਕਿਹਾ ਮੈਨੂੰ ਦੱਸੋ ਵੀ ਜਿਹੜੀਆਂ ਤਿੰਨ ਕਲਾਲਾਂ ਅੱਬੇ ਨੇ ਤੁਹਾਡੇ ਨਾਲ ਇੰਤਕਾਲ ਕਰਾਇਆ, ਤੁਸਾਂ ਉਹਦੇ ਪੈਸੇ ਕਿੰਨੇ ਦਿੱਤੇ ਸਨ? ਤਵੱਜੋ ਕਰਿਓ, ਮੈਂ ਕਿਹਾ ਜਦੋਂ ਚਾਰ ਕਨਾਲਾਂ ਤੁਹਾਡੇ ਬਾਪ ਨੇ ਜਿਹੜੀਆਂ ਤੁਹਾਨੂੰ ਦਿੱਤੀਆਂ ਨੇ, ਉਹ ਤੁਸੀਂ ਖਰੀਦੀਆਂ ਸਨ ਜਾਂ ਤੁਹਾਡੇ ਅੱਬੇ ਨੇ ਖਰੀਦੀਆਂ ਨੇ? ਕਹਿੰਦਾ ਖਰੀਦੀ ਤੇ ਅੱਬੇ ਨੇ ਸੀ। ਤੇ ਮੈਂ ਕਿਹਾ ਸ਼ੁਕਰ ਕਰ ਫ੍ਰੀ 'ਚ ਚਾਰ ਮਿਲ ਗਈਆਂ ਨੇ। ਬਾਬਾ ਜੀ ਤੂੰ ਤੇਰਾ ਰੁਪਈਆ ਹੀ ਨਹੀਂ ਲੱਗਾ, ਤੇਰਾ ਇੱਕ ਰੁਪਈਆ ਵੀ ਖਰਚ ਨਹੀਂ ਹੋਇਆ। ਇੱਧਰ ਤਵੱਜੋ ਕਰ, ਜਿਹੜੇ ਪੁੱਤਰ ਨੇ ਕਦੀ ਅੱਬੇ ਨੂੰ 1000 ਰੁਪਇਆ ਵੀ ਨਾ ਦਿੱਤਾ ਹੋਵੇ, ਉਹ ਵੀ ਦਸਵੇਂ ਤੋਂ ਬਾਅਦ ਆਉਂਦਾ, ਮੈਨੂੰ ਵੀ ਬੁਲਾ ਲਿਓ ਜਦੋਂ ਇਕੱਠੇ ਹੋਵੋਗੇ। ਇਹ ਮੇਰੀਆਂ ਗੱਲਾਂ ਐ ਸਖਤ ਨੇ ਪਰ ਹੈ ਅਮਲ ਵਾਲੀਆਂ ਨੇ ਬਾਬਾ ਜੀ, ਫਾਇਦਾ ਦੇਣਗੀਆਂ। ਜਿਹਨੇ ਕਦੀ ਅੱਬੇ ਨੂੰ ਸੂਟ ਵੀ ਨਹੀਂ ਨਾ ਲੈ ਕੇ ਦਿੱਤਾ ਜ਼ਿੰਦਾ, ਕਦੀ ਅੱਬੇ ਨੂੰ ਤਹਿਮਤ ਨਹੀਂ ਲੈ ਕੇ ਦਿੱਤਾ, ਕਦੀ ਪਰਨਾ, ਕਦੀ ਰੋਟੀ ਚਾਹ ਨਹੀਂ ਪੁੱਛੀ, ਅਤੇ ਉਹ ਜਦੋਂ ਅੱਬਾ ਫੋਤ ਹੁੰਦਾ, ਦਸਵੇਂ ਦਾ ਖਤਮ ਹੁੰਦਾ ਨਾ, ਉਹ ਤਾਂ ਫੋਨ ਕਰਕੇ ਆਉਂਦਾ ਜੀ ਜਦੋਂ ਪਟਵਾਰੀ ਆਏਗਾ ਤਾਂ ਫਿਰ ਮੈਨੂੰ ਵੀ ਸੱਦ ਲਿਓ। ਗੁੱਸਾ ਤਾਂ ਨਹੀਂ ਕਰਕੇ ਤੁਸੀਂ? ਮਲਕ ਸਾਹਿਬ ਮੈਂ ਸੱਚੀਆਂ ਪਿਆ ਕਰਨਾ, ਜਦੋਂ ਪਟਵਾਰੀ ਆਏਗਾ ਨਾ ਤਾਂ ਫਿਰ ਵੱਡੇ ਭਰਾ ਨੂੰ ਵੀ ਅਤੇ ਛੋਟੇ ਨੂੰ ਵੀ ਬੁਲਾ ਲਿਓ। ਬਾਬਾ ਕੀ ਕਰਨਾ ਉਸ ਔਲਾਦ ਨੂੰ? ਤੂੰ ਅੱਬੇ ਨਾਲ ਪਿਆਰ ਤਾਂ ਨਹੀਂ ਨਾ ਕੀਤਾ ਫਿਰ, ਤੂੰ ਤਾਂ ਕੀਤਾ ਉਹਦੀ ਜ਼ਮੀਨ ਨਾਲ ਪਿਆਰ, ਤੂੰ ਤਾਂ ਕੀਤਾ ਉਹਦੀਆਂ ਪੈਲੀਆਂ ਨਾਲ ਪਿਆਰ, ਤੂੰ ਤਾਂ ਕੀਤਾ ਉਹਦੇ ਮਕਾਨਾਂ ਨਾਲ ਪਿਆਰ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ ਮਲਕ ਸਾਹਿਬ, ਮਕਾਨ ਸਦਾ ਨਹੀਂ ਜੇ ਰਹਿੰਦੇ। ਮੈਂ ਬੜੇ ਬੜੇ ਅਮੀਰ ਗਰੀਬ ਹੁੰਦੇ ਵੇਖੇ ਜੇ, ਮੈਂ ਬੜੇ ਬੜੇ ਚੌਧਰੀ ਫਕੀਰ ਹੁੰਦੇ ਵੇਖੇ ਜੇ, ਅਤੇ ਮੈਂ ਬੜੇ ਬੜੇ ਫਕੀਰ ਚੌਧਰੀ ਹੁੰਦੇ ਵੇਖੇ ਜੇ। ਤੁਸੀਂ ਆਪਣੇ ਪਿੰਡ ਵਿੱਚ ਨਜ਼ਰ ਮਾਰੋ, ਹਾਂ 20 ਸਾਲ ਪਿੱਛੇ ਜਿਹੜੇ ਬੰਦੇ ਅੱਜ ਜਿਹਨਾਂ ਕੋਠੀਆਂ ਬਣਾਈਆਂ ਸਨ, ਉਹ 20 ਸਾਲ ਪਿੱਛੇ ਕੋਠੀ ਬਣਾ ਸਕਦੇ ਸਨ?
ਮੈਂ ਬਾਬਾ ਜੀ ਸਿੱਧੀ ਗੱਲ ਪਿਆ, ਸਾਡੇ ਪਿੰਡ ਟੁਰ ਜਾਓ, ਕਿਸੇ ਪਿੰਡ ਟੁਰ ਜਾਓ, ਬਾਬਾ ਜੇ ਕਿਸੇ ਦੀ ਦੁਆ ਦਾ ਸਦਕਾ ਤੈਨੂੰ ਅੱਲਾ ਪਿਆ ਦਿੰਦਾ ਤੇ ਤੂੰ ਇਹ ਨਾ ਕਹਿ ਵੀ ਮੇਰਾ ਕਮਾਲ ਏ ਜਾਂ ਮੇਰੀ ਸਿਧਰਾ ਏ। ਉਦੋਂ ਤੇਰੇ ਕੋਲ ਰੁਪਈਆ ਵੀ ਨਹੀਂ ਸੀ ਕੇਲਾ ਖਰੀਦਣ ਵਾਸਤੇ ਤੇ ਅੱਜ ਤੂੰ ਲੂੰਗਰ ਦੇ ਲੂੰਗਰ ਵੀ ਲਿਆ ਸਕਣਾ। ਕਿਹਦੀ ਵਜ੍ਹਾ ਤੂੰ? ਬਾਪ ਦੀ ਵਜ੍ਹਾ ਤੂੰ। ਬਾਬਾ ਜਦੋਂ ਪਿਓ ਛੋਟੇ ਹੁੰਦਿਆਂ ਮਰ ਜਾਣ ਨਾ ਤੇ ਸਾਰੀ ਜ਼ਿੰਦਗੀ ਯਤੀਮ ਪੁੱਤਰ ਕੋਲ ਇੱਕ ਕਮਰਾ ਨਹੀਂ ਬਣਦਾ। ਮੈਂ ਤੁਹਾਨੂੰ ਵਿਖਾਨਾ ਮਲਿਕ ਸਾਹਿਬ, ਐਸੇ ਪੁੱਤਰ ਸਾਰੀ ਜ਼ਿੰਦਗੀ ਮਜ਼ਦੂਰੀ ਕਰਦਿਆਂ ਗੁਜ਼ਰ ਗਈ, ਇੱਕ ਕਮਰੇ 'ਤੇ ਲੈਂਟਰ ਨਹੀਂ ਪਾ ਸਕਿਆ। ਮੈਂ ਆਖਿਆ ਕੀ ਹੋਇਆ ਜੀ? ਕਹਿੰਦਾ ਕਾਰੀ ਸਾਹਿਬ ਯਤੀਮ ਆ, ਬਾਪ ਕੋਈ ਨਹੀਂ। ਚੱਲਿਓ ਬਾਪ ਸ਼ਰਾਬੀ ਵੀ ਹੋਵੇ ਨਾ, ਬਾਪ ਕਸਮ ਖੁਦਾ ਦੀ ਨਸ਼ਈ ਵੀ ਹੋਵੇ ਨਾ, ਉਹ ਪੁੱਤਰਾਂ ਦਾ ਸੋਚ ਕੇ ਜਾਂਦਾ, ਔਲਾਦ ਦਾ ਸੋਚ ਕੇ ਜਾਂਦਾ। ਉਹ ਇਹ ਬੇਵਾਰਸਾ ਨਹੀਂ, ਇਹ ਵੇਖੋ ਨਾ, ਬਿਮਾਰ ਵੀ ਪਿਓ ਮੰਜੀ ਪਈ ਹੋਏ ਨਾ ਤੇ ਬੰਦੇ ਨੂੰ ਆਸਰਾ ਹੁੰਦਾ, ਬੰਦਾ ਸ਼ਹਿਰੋਂ ਬਾਹਰ ਵੀ ਟੁਰ ਜਾਏ ਤਾਂ ਉਹਨੂੰ ਪਤਾ ਹੁੰਦਾ ਅੱਬਾ ਘਰ ਹੀ ਹੈ। ਮਲਿਕ ਸਾਹਿਬ ਅੱਬਾ ਘਰ ਹੀ ਹੈ, ਅੰਮਾ ਮਾਂ ਵਡੇਰੀ ਮਾਂ ਪੁੱਠਿਆ ਵੀ ਨਹੀਂ ਜਾਂਦਾ ਪਿਆ ਫਿਰ ਵੀ ਆਸਰਾ। ਸੋਦੀਆ ਬਹਿ ਕੇ ਬੇਫਿਕਰ ਹੈ, ਮਸਕਤ ਬਹਿ ਕੇ ਬੇਫਿਕਰ ਹੈ, ਯੂਨਾਨ ਬਹਿ ਕੇ ਬੇਫਿਕਰ ਹੈ, ਅੱਬਾ ਘਰ ਹੈ। ਤੇ ਜੇ ਉਹ ਹੀ ਅੱਬਾ ਨਾ ਹੋਵੇ ਤੇ ਬੰਦਾ ਚਾਰ ਵਾਰੀ ਘਰ ਫੋਨ ਕਰਦਾ, ਕੋਈ ਆਇਆ ਤਾਂ ਨਹੀਂ ਘਰ, ਬੱਚੇ ਤਾਂ ਨਹੀਂ ਬਾਹਰ ਗਏ, ਚੱਲਿਆ ਇਹ ਹੀ ਉਹ ਦਾਦਾ ਹੀ, ਇਹ ਹੀ ਚਿੱਟੀਆਂ ਦਾੜੀਆਂ ਵਾਲੇ ਨੀ, ਇਹ ਹੀ ਉਹ ਦਾਦਾ ਹੀ ਜਿਹੜਾ ਤੇਰਿਆਂ ਪੋਤਰਿਆਂ ਨੂੰ, ਆਪਣੇ ਪੋਤਰਿਆਂ ਨੂੰ ਤੇ ਤੇਰਿਆਂ ਪੁੱਤਰਾਂ ਨੂੰ ਸਾਈਕਲ ਦੇ ਅੱਗੇ ਬਿਠਾ ਕੇ ਤੇ ਦੁਕਾਨ 'ਤੇ ਲੈ ਕੇ ਚੀਜ਼ ਲੈ ਕੇ ਦਿੰਦਾ। ਤੂੰ ਭਾਵੇਂ ਅੱਬੇ ਨੂੰ ਖਰਚਾ ਦਵੇਂ ਤੇ ਨਾ ਦਵੇਂ, ਉਹ ਤੇਰਿਆਂ ਬੱਚਿਆਂ ਨਾਲ ਫਿਰ ਵੀ ਪਿਆਰ ਕਰਦਾ। ਉਹ ਜਦੋਂ ਇੱਕ ਵਾਰੀ ਪੋਤਰਾ ਆ ਜਾਏ ਨਾ, ਬਾਬਿਓ ਜਿੰਨੇ ਬੈਠੇ ਹੋ ਮੈਨੂੰ ਇਮਾਨਦਾਰੀ ਨਾਲ ਦੱਸੋ ਯਾਰ, ਅੱਜ ਤਕਰੀਬ 'ਚ ਇੱਕ ਵਾਰੀ ਪੋਤਰਾ ਆ ਕੇ ਨਾ ਦਾਦੇ ਦਾ ਤਹਿਮਤ ਫੜੇ ਨਾ, ਦਾਦਾ ਮੈਨੂੰ ਚੀਜ਼ ਲੈ ਕੇ ਦੇ, ਬ੍ਰਹਮੇ ਚੱਕ ਵਾਲਿਆ ਮੈਨੂੰ ਇਮਾਨਦਾਰੀ ਨਾਲ ਦੱਸੀ, ਦਾਦੇ ਦੀ ਜੇਬ 'ਚ ਭਾਵੇਂ ਰੁਪਈਆ ਵੀ ਨਾ ਹੋਵੇ। ਤਾਂ ਪੋਤਰੇ ਨੂੰ ਆਉਂਦਾ, ਜਾ ਦੁਕਾਨ 'ਤੇ ਮੇਰਾ ਨਾਂ ਲੈ ਕੇ ਚੀਜ਼ ਲੈ ਲੈ ਤੇ ਆਪੇ ਮੈਂ ਪੈਸੇ ਦੇ ਛੱਡਾਂਗਾ। ਹੈਂ ਬਾਬਾ ਯਾਰ ਆਮ ਗੱਲ, ਉਹਨੂੰ ਤਾਂ ਤੇਰੇ ਪੁੱਤਰਾਂ ਨਾਲ ਪਿਆਰ ਹੈ। ਅਤੇ ਅੱਜ ਮਾਂ ਪਤਾ ਕੀ ਆਉਂਦੀ, ਦਾਦੇ ਦੇ ਨੇੜੇ ਨਾ ਜਾਇਓ, ਦਾਦਾ ਨਹੀਂ ਜੇ ਤੁਹਾਡਾ ਚੰਗਾ, ਦਾਦੀ ਦੇ ਨੇੜੇ ਨਾ ਜਾਇਓ। ਕਸਮ ਖੁਦਾ ਦੀ, ਮੈਂ ਅਗਲੇ ਦਿਨ ਸੁਣਿਆ ਬਾਬਾ ਜੀ, ਮੈਂ ਰੋ ਪਿਆ ਕਿ ਨੂੰਹ ਵੀ ਆਪਣੇ ਬੱਚਿਆਂ ਨੂੰ ਆਉਂਦੀ ਵੀ ਤੁਹਾਡੀ ਦਾਦੀ ਤੇ ਡੈਣ ਹੈ। ਅਸਤਗਫਿਰੁੱਲਾ, ਨਾਊਜ਼ ਬਿੱਲਾ, ਕਿਹੜੀ ਗੱਲ ਕਰੀਏ, ਪਿੰਡਾਂ ਵਿੱਚ ਕੀ ਵਾਹ ਫਿਰ ਗਈ ਹੈ ਬਾਬਾ ਜੀ। ਆਪਣੇ ਪੁੱਤਰਾਂ ਨੂੰ ਆਉਂਦੀ ਪੀ, ਅਤੇ ਜਿਸ ਮਾਂ ਨੇ ਆਪਣੀ ਔਲਾਦ ਨੂੰ ਦਾਦੀ ਦੇ ਖਿਲਾਫ ਕਰਨਾ, ਉਸ ਔਲਾਦ ਨੇ ਦਾਦੀ ਦੇ ਨੇੜੇ ਜਾਣਾ, ਉਹਨੇ ਦਾਦੇ ਦੇ ਨੇੜੇ ਜਾਣਾ? ਚੱਲਿਆ ਨਾ ਨਾ, ਇਹਨਾਂ ਦੇ ਦਿਲ ਵਿੱਚ ਮੁਹੱਬਤ ਪੈਦਾ ਕਰ। ਦਾਦਾ ਘਰ ਆਵੇ, ਆਪਣੀ ਧੀ ਨੂੰ ਕਹਿ ਉੱਠ ਕੇ ਦਾਦੇ ਨੂੰ ਪਾਣੀ ਦੇ, ਦਾਦੀ ਘਰ ਆਵੇ ਉੱਠ, ਦਾਦੀ ਆਈ ਆ। ਤੇ ਜਿਹਦੇ ਮੂੰਹ ਹੀ ਨਾ ਸਿੱਧਾ ਹੋਵੇ ਤੇ ਬੱਚੀਆਂ ਦਾ ਮੂੰਹ ਕਿੱਥੇ ਸਿੱਧਾ ਹੋਣਾ? ਕਦੀ ਮਾਨ ਨਾ ਕਰੀ ਕੋਠੀਆਂ ਤੇ, ਕਦੀ ਮਾਨ ਨਾ ਕਰੀ ਲੈਂਟਰਾਂ ਤੇ, ਇੱਕ ਮਿੰਟ ਲੱਗਦਾ ਹੀ, ਇੱਕ ਮਿੰਟ ਲੱਗਦਾ ਹੀ ਹਰ ਚੀਜ਼ ਖਤਮ ਹੋ ਜਾਂਦੀ ਆ। ਰੱਬੇ ਕਾਬਾ ਦੀ ਕਸਮ, ਡਰਦਾ ਰਿਹਾ ਕਰ, ਰਿਸ਼ਤੇ ਕਾਇਮ ਕਰੋ। ਸੱਕੇ ਭਰਾ ਨੇ, ਸੱਕੇ ਅਸੀਂ ਬਾਬਾ ਜੀ ਲਾਹੌਰ ਗਏ, ਸੱਕੇ ਭਰਾ ਤੇ ਇੱਕ ਜਗ੍ਹਾ ਤੇ ਨਾਲ ਨਾਲ ਮਕਾਨ ਲਾਹੌਰ। ਤੇ ਮੈਂ ਸੁਣ ਕੇ ਮੈਨੂੰ ਬਾਬਾ ਜੀ ਬੜਾ ਦੁੱਖ ਲੱਗਾ। ਤੇ ਵੱਡਾ ਭਰਾ ਕਹਿੰਦਾ ਕਿ ਛੋਟਾ ਭਰਾ ਮੈਨੂੰ ਨਹੀਂ ਬੁਲਾਉਂਦਾ, ਛੋਟੇ ਕੋਲ ਗਏ ਤੂੰ ਆਉਂਦਾ, ਵੱਡਾ ਮੈਨੂੰ ਨਹੀਂ ਬੁਲਾਉਂਦਾ। ਬਾਬਾ ਇੱਕ ਹੀ ਕੰਧ ਹੋਵੇ ਤੇ ਕੰਧ ਵੀ ਸਾਂਝੀ ਹੋਵੇ ਤੇ ਕੀ ਹੋ ਗਿਆ ਜੇ ਯਾਰ? ਅੱਜ ਸੱਕੇ ਸੱਕਿਆਂ ਨੂੰ ਮੂੰਹ ਨਹੀਂ ਪਿਲਾਉਂਦੇ ਤੇ ਕਿਸੇ ਕੀ ਕਰਨਾ ਹੀ? ਤੁਹਾਡਾ ਇੱਕ ਖੂਨ ਸੀ, ਤੁਹਾਡਾ ਬਾਪ ਇੱਕ ਸੀ ਯਾਰ, ਤੁਸੀਂ ਪਿਓ ਦੀ ਵੀ ਕਦਰ ਨਹੀਂ ਰੱਖੀ, ਤੁਸੀਂ ਪਿਓ ਦੀ ਵੀ ਲਾਜ ਨਹੀਂ ਰੱਖੀ। ਜਦੋਂ ਮਾਂ ਪਿਓ ਦੁਨੀਆਂ ਤੋਂ ਜਾਂਦਾ ਨਾ, ਫਿਰ ਜ਼ਮੀਨਾਂ ਵੀ ਵੰਡੀਆਂ ਜਾਂਦੀਆਂ ਨੇ। ਇਹ ਮਿਸਰੇ ਸੁਣੀ ਤੇਰੇ ਦਿਲ ਤੇ ਸੁਲਤਾਨੀ ਨਕਸ਼ ਕਰ ਜਾਏਗਾ। ਬਾਬਾ ਜੀ ਕਦੀ ਮਾਂ ਜ਼ਿੰਦਾ ਹੋਵੇ ਨਾ ਤੇ ਮਾਂ ਦੇ ਜ਼ਿੰਦਾ ਹੁੰਦੇ ਆ ਨਾ ਚੀਜ਼ਾਂ ਵੰਡਿਆ ਕਰੋ, ਮਾਂ ਮੁੱਕ ਜਾਂਦੀ ਜੇ, ਕਸਮ ਖੁਦਾ ਦੀ ਮਾਂ ਰੋਂਦੀ ਰਹਿੰਦੀ ਏ। ਤੇ ਪੁੱਤਰ ਜ਼ਮੀਨਾਂ ਦੇ ਬਟਵਾਰੇ ਪੇ ਕਰਦੇ ਨੇ, ਹਵੇਲੀਆਂ ਦੇ ਬਟਵਾਰੇ ਪੇ ਕਰਦੇ ਨੇ, ਰੋ ਰੋ ਕੇ ਆਉਂਦੇ ਨੇ, ਲੈ ਮਾਏ ਅਸਾਂ ਵੇੜਾ ਵੰਡ
ਮੁੰਡਿਆ ਮਲਕ ਸਾਹਿਬ ਇੱਧਰ ਜ਼ਰਾ ਤਵੱਜੋ ਕਰਿਓ ਤੇ ਮੈਂ ਤਕਰੀਰ ਛੱਡਣ ਲੱਗਾ ਲੈ ਮਾਏ ਅਸਾਂ ਵੇੜਾ ਵੰਡਿਆ ਲੈ ਮਾਏ ਅਸਾਂ ਵੇੜਾ ਵੰਡਿਆ ਲੈ ਮਾਏ ਇੱਧਰ ਵੇਖੋ ਜ਼ਰਾ ਨਜ਼ਰ ਚੁੱਕ ਕੇ ਤਕਰੀਰ ਮੁੱਕ ਚੱਲੀਏ ਲੈ ਮਾਏ ਅਸਾਂ ਵੇੜਾ ਵੰਡਿਆ ਖੁਸ਼ੀਆਂ ਵਾਲਾ ਖੇੜਾ ਵੰਡਿਆ ਖੁਸ਼ੀਆਂ ਵਾਲਾ ਖੇੜਾ ਵੰਡਿਆ ਖੇਤ ਬਨਾ ਮਲਕ ਸਾਹਿਬ ਇੱਧਰ ਵੇਖਣਾ ਜੇ ਖੇਤ ਬਨਾਵੀ ਅਸਾਂ ਵੰਡਿਆ ਖੇਤ ਬਨਾਵੀ ਅਸਾਂ ਵੰਡਿਆ ਖੇਤ ਵੀ ਵੰਡੀ ਲੈ ਇੱਧਰ ਵੇਖਣਾ ਜੇ ਖੇਤ ਵੀ ਵੰਡੀ ਲੈ ਧਰੀ ਵੀ ਵੰਡੀ ਲੈ ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਂਗੇ ਮਲਕ ਵਾਲਾ ਸਾਹਿਬ ਹੱਲਾ ਦੀ ਕਸਮ ਤੇਰੇ ਵਿਹੜੇ ਬਹਿ ਕੇ ਕਹਿ ਰਿਹਾ ਨਹੀਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਨਹੀਂ ਦੱਸ ਕਿਵੇਂ ਵੰਡਾਂਗੇ ਲੈ ਮਾਏ ਅਸਾਂ ਵੇੜਾ ਵੰਡਿਆ ਲੈ ਜਿਸ ਵੇੜੇ ਖੇਡਦੇ ਰਹੇ ਹਾਂ ਉਸੇ ਵੇੜੇ ਕੰਧਾਂ ਬਹਿ ਗਈਆਂ ਨੇ ਉਸੇ ਹਵੇਲੀ ਕੰਧਾਂ ਬਹਿ ਗਈਆਂ ਨੇ ਅੱਜ ਮਕਾਨ ਵੰਡੇ ਗਏ ਨੇ ਅੱਜ ਜ਼ਮੀਨਾਂ ਵੰਡੀਆਂ ਗਈਆਂ ਨੇ ਅੱਜ ਹਵੇਲੀਆਂ ਵੰਡੀਆਂ ਗਈਆਂ ਨੇ ਰੋ ਰੋ ਕੇ ਮਲਕ ਸਾਹਿਬ ਦੀਆਂ ਪੀਆਂ ਆਉਂਦੀਆਂ ਨੇ ਲੈ ਮਾਏ ਅਸਾਂ ਵੇੜਾ ਵੰਡਿਆ ਅੱਲਾ ਤੇਰੇ ਅਥਰੋ ਕਬੂਲ ਕਰੇ ਲੈ ਅਸਾਂ ਵੇੜਾ ਵੰਡਿਆ ਖੁਸ਼ੀਆਂ ਵਾਲਾ ਖੇੜਾ ਵੰਡਿਆ ਉਸੇ ਵੇੜੇ ਧੀਆਂ ਆਉਂਦੀਆਂ ਨੇ ਜਿਸ ਵੇੜੇ ਮਾਂ ਆਉਂਦੀ ਹੈ ਉਸੇ ਵੇੜੇ ਪੁੱਤਰ ਆਉਂਦੇ ਨੇ ਜਿਸ ਵੇੜੇ ਪਿਓ ਆਉਂਦਾ ਹੈ ਬਾਬਾ ਜੀ ਈਦ ਦੀ ਨਮਾਜ਼ ਬਰਹਿਮੇ ਜੱਗ ਦੀ ਮਸਜਿਦ ਵੜ ਗਏ ਪਹਿਲਾ ਕੰਮ ਪੁੱਤਰ ਉਹ ਕਰਦਾ ਹੈ ਆਂਦਾ ਮੈਂ ਮਾਂ ਨੂੰ ਮਿਲਣ ਜਾ ਰਿਹਾ ਵਾਂ ਤਵੱਜੋ ਮੈਂ ਅੰਮੀ ਨੂੰ ਮਿਲਣ ਜਾ ਰਿਹਾ ਵਾਂ ਲੋਕੀ ਆਉਂਦੇ ਨੇ ਤੇਰੀ ਭਰਜਾਈ ਤੈਨੂੰ ਬੋਲਾਂਦੀ ਨਹੀਂ ਆਂਦਾ ਮੈਂ ਭਰਜਾਈ ਵੇਖਾਂ ਜਾਂ ਮਾਂ ਵੇਖਾਂ ਆਂਦਾ ਮੈਂ ਭਰਜਾਈ ਵੇਖਾਂ ਜਾਂ ਬਾਪ ਵੇਖਾਂ ਸੱਜਣਾ ਜਿੱਥੇ ਮਾਵਾਂ ਆਉਂਦੀਆਂ ਨੇ ਹੋਏ ਵੱਡੇ ਵੀਰ ਵੀ ਉੱਥੇ ਆਉਂਦੇ ਨੇ ਜਿੱਥੇ ਪਿਓ ਆਉਂਦੇ ਨੇ ਛੋਟੇ ਵੀਰ ਵੀ ਉੱਥੇ ਆਉਂਦੇ ਨੇ ਫਿਰ ਬ੍ਰਹਮੇ ਜੱਗ ਵਾਲਿਆ ਜਿਹੜੀ ਚਾਹ ਮਾਂ ਕਰਦੀ ਏ ਜਿਹੜੇ ਲਾਡ ਮਾਂ ਲਡਾਉਂਦੀ ਏ ਆਉਂਦੀ ਏ ਜਾ ਪਾਣੀ ਲੈ ਗਿਆ ਮੇਰਾ ਵੱਡਾ ਪੁੱਤਰ ਆਇਆ ਈ ਜਾ ਚਾਹ ਪਕਾ ਕੇ ਲੈ ਮੇਰਾ ਛੋਟਾ ਆਇਆ ਈ ਸੱਜਣਾ ਇਕੱਠੀਆਂ ਸਾਰੇ ਬਹਿ ਜਾਂਦੇ ਨੇ ਪਰ ਮਲਕ ਸਾਹ ਜਿਉਂ ਹੀ ਮਾਂ ਦੀ ਮਈਅਤ ਉੱਠਦੀ ਏ ਜਿਉਂ ਹੀ ਪਿਓ ਦੀ ਮਈਅਤ ਉੱਠਦੀ ਈਦ ਵਾਲੇ ਦਿਨ ਵੀ ਵੀਰ ਨਹੀਂ ਜਾਂਦੇ ਹੈ ਈਦ ਵਾਲੇ ਦਿਨ ਵੀ ਸੱਜੇ ਨਹੀਂ ਜਾਂਦੇ ਕਿਉਂ ਰੋ ਰੋ ਕੇ ਕਹਿ ਰਿਹਾ ਲੈ ਮਾਏ ਅਸਾਂ ਵੇੜਾ ਵੰਡਿਆ ਮਲਕ ਸਾਹਿਬ ਜੁਮਲੇ ਸੁਣ ਕੇ ਜਾਈ ਲੈ ਮਾਏ ਅਸਾਂ ਵੇੜਾ ਵੰਡਿਆ ਖੁਸ਼ੀਆਂ ਵਾਲਾ ਖੇੜਾ ਵੰਡਿਆ ਬਾਬਾ ਜੀ ਖੁਸ਼ੀਆਂ ਵਾਲਾ ਖੇੜਾ ਵੰਡਿਆ ਖੇਤ
ਇੱਜ਼ਤ ਬਣਾਵੀ ਅਸਾਂ ਵੰਡਿਆ ਘਰ ਵੀ ਵੰਡ ਲੈ ਖੇਤ ਵੀ ਵੰਡ ਲੈ ਵੰਡ ਲਈ ਹਰ ਥਾਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਨਹੀਂ ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਨਹੀਂ ਦੱਸ ਕਿਵੇਂ ਵੰਡਾਂਗੇ ਮਾਵਾਂ ਵੰਡੀਆਂ ਨਹੀਂ ਜਾਂਦੀਆਂ ਕਿ ਵੰਡੀਆਂ ਪਿਓ ਵੰਡੇ ਨਹੀਂ ਜਾਂਦੇ ਜ਼ਮੀਨਾਂ ਵੰਡ ਲਈਆਂ ਜੇ ਹਵੇਲੀਆਂ ਵੰਡ ਲਈਆਂ ਜੇ ਇੱਥੇ ਮੈਨੂੰ ਕਰਬਲਾ ਦਾ ਸ਼ਾਹ ਹੁਸੈਨ ਯਾਦ ਆਇਆ ਹੈ ਰੱਬੇ ਕਾਬਾ ਦੀ ਕਸਮ ਕਾਇਨਾਤ ਆਲਿਆ ਕਦੀ ਮੇਰਾ ਹੁਸੈਨ ਕਦੀ ਬਾਪ ਦੀ ਅੱਗੇ ਲੱਗ ਕੇ ਨਹੀਂ ਟੁਲਿਆ ਅੱਜ ਇੱਧਰ ਵੇਖੋ ਬਾਪ ਵੀ ਵਿਹੜੇ ਹੋਵੇ ਨਾ ਤੇ ਬੀਵੀ ਵੀ ਵਿਹੜੇ ਹੋਵੇ ਤੇ ਮਲਕ ਸਾਹਿਬ ਜੁਮਲੇ ਸੁਣਿਓ ਤੇ ਬੰਦਾ ਅੱਬੇ ਨੂੰ ਪਤਾ ਕੀ ਆਉਂਦਾ ਅੱਬਾ ਜੀ ਤੁਸੀਂ ਵੀ ਜਾਣਾ ਬਰਾਤ ਨਾਲ ਮੈਂ ਤੁਹਾਨੂੰ ਆਪਣੀਆਂ ਘਰਾਂ ਦੀਆਂ ਗੱਲਾਂ ਦੱਸਣਾ ਪਿਆ ਕਿ ਇਹ ਜ਼ੁਲਮ ਹੁੰਦਾ ਜੇ ਮਾਂ ਪਿਓ ਨਾਲ ਜ਼ਿਆਦਤੀ ਹੁੰਦੀ ਜੇ ਪੁੱਤਰ ਪੁੱਤਰ ਪਿਆ ਕਰਦਾ ਬੁੱਢੀ ਦੇ ਕਹਿਣ ਤੇ ਅੱਬਾ ਜੀ ਜਾਣਾ ਜੇ ਬਰਾਤ ਨਾਲ ਆਂਦਾ ਜੀ ਜਾਣਾ ਇੱਧਰ ਤਵੱਜੋ ਜੀ ਜਾਣਾ ਅੱਛਾ ਜੀ ਆਂਦਾ ਅੱਬਾ ਜਾਣਾ ਤੇ ਮੈਂ ਵੀ ਹੈ ਪਰ ਤੁਸੀਂ ਬੱਸ ਤੇ ਆ ਜਾਇਓ ਮੇਰੇ ਨਾਲ ਬੱਚੇ ਨੇ ਆਉਂਦੇ ਨੇ ਕਿ ਨਹੀਂ ਆਉਂਦੇ ਕਾਰ 'ਚ ਜਗ੍ਹਾ ਕੋਈ ਨਹੀਂ ਅੱਬਾ ਜੀ ਤੁਸੀਂ ਬੱਸ ਤੇ ਆ ਜਾਓ ਯਾਰਾਂ ਦੇ ਨਾਲ ਬਹਿ ਕੇ ਆ ਜਾਇਆ ਜੇ ਅਤੇ ਮੇਰੇ ਕੋਲ ਜਗ੍ਹਾ ਕੋਈ ਨਹੀਂ ਅਤੇ ਫਿਰ ਆਉਂਦਿਆਂ ਵੇਖਾਂਗਾ ਜੇ ਜਗ੍ਹਾ ਹੋਵੇ ਤਾਂ ਤੁਹਾਨੂੰ ਬਿਠਾ ਲਵਾਂਗਾ ਮੈਂ ਖੈ ਲੱਖ ਲਾਣਾ ਅਤੇ ਉਸ ਪੁੱਤਰ ਉੱਤੇ ਅਤੇ ਉਸ ਨੂੰਹ ਉੱਤੇ ਬਾਬਾ ਜੀ ਮਲਕ ਸਾਹਿਬ ਉਹ ਕੀ ਕਰਨਾ ਹੀ ਉਸ ਪੁੱਤਰ ਨੂੰ ਜਿਹਦੀ ਗੱਡੀ ਵਿੱਚ ਬੁੱਢੀ ਵਾਸਤੇ ਜਗ੍ਹਾ ਹੋਵੇ ਪਿਓ ਵਾਸਤੇ ਜਗ੍ਹਾ ਕੋਈ ਨਹੀਂ ਜਿਹਦੀ ਗੱਡੀ 'ਚ ਬੇਗਮ ਵਾਸਤੇ ਜਗ੍ਹਾ ਹੋਵੇ ਅਤੇ ਮਾਂ ਵਾਸਤੇ ਜਗ੍ਹਾ ਮਾਂ ਵਾਸਤੇ ਜਗ੍ਹਾ ਉਹਨੂੰ ਕਹਿ ਚੁੱਪ ਕਰ ਖਮੋਸ਼ ਹੋ ਇਹ ਜਿਹੜੀ ਗੱਡੀ ਮਿਲੀ ਆ ਇਹ ਮੇਰੇ ਅੱਬੇ ਦੀਆਂ ਦੁਆਵਾਂ ਦਾ ਸਦਕਾ ਮਿਲੀ ਆ ਇਹ ਜਿਹੜੀ ਗੱਡੀ ਮਿਲੀ ਹੈ ਮੇਰੀ ਮਾਂ ਦੀਆਂ ਦੁਆਵਾਂ ਦਾ ਸਦਕਾ ਮਿਲੀ ਹੈ ਰੱਬੇ ਕਾਬਾ ਦੀ ਇੱਜ਼ਤ ਦੀ ਕਸਮੇ ਬ੍ਰਹਮੇ ਚੱਕ ਵਾਲਿਆ ਜ਼ਿੰਦਗੀ ਗੁਜ਼ਾਰਨੀ ਆ ਕਦੀ ਮਾਂ ਪਿਓ ਦੀ ਨਾ ਫਰਮਾਨੀ ਨਾ ਕਰੀ ਜੇ ਕਦੀ ਗਲਤੀ ਹੋ ਵੀ ਜਾਏ ਮੇਰੇ ਕੋਲ ਹੋ ਸਕਦੀ ਹੈ ਤੁਹਾਡੇ ਕੋਲ ਹੋ ਸਕਦੀ ਹੈ ਅਤੇ ਝੁੱਕ ਕੇ ਮਾਫ਼ੀ ਮੰਗ ਲਈ ਅੰਮਾ ਕੋਲ ਮਾਫ਼ੀ ਮੰਗ ਅੱਬੇ ਕੋਲ ਮਾਫ਼ੀ ਮੰਗ ਇਹ ਏਡੇ ਸਖ਼ਤ ਦਿਲ ਨਹੀਂ ਕਿ ਤੈਨੂੰ ਮਾਫ਼ ਨਾ ਕਰਨ ਅਗਲੇ ਦਿਨ ਮੈਂ ਸੁਲਾਹ ਕਰਵਾਈ ਹੈ ਬਾਬਾ ਜੀ ਇਹ ਮੈਂ ਆਪਣੀ ਤਾਰੀਫ ਵਾਸਤੇ ਗੱਲ ਨਹੀਂ ਸੁਣਾ ਰਿਹਾ ਮਤਲਬ ਤੁਸੀਂ ਆਖੋ ਵੀ ਮੌਲਵੀ ਸਾਹਿਬ ਆਪਣੀ ਤਾਰੀਫ ਪੇ ਕਰਦੇ ਨੇ ਨਹੀਂ ਕਤਨ ਨਹੀਂ ਗੱਲ ਤਾਂ ਸੁਣਾ ਰਿਹਾ ਕਿ ਗੱਲ ਵਿੱਚ ਇੱਕ ਸਬਕ ਹੁੰਦਾ ਗੱਲ ਵਿੱਚ ਇੱਕ ਗੱਲ ਹੁੰਦੀ ਹੈ ਬੰਦਾ ਉਹ ਸੁਣ ਲਵੇ ਅਤੇ ਅਮਲ ਕਰ ਲਏ ਜ਼ਿੰਦਗੀ ਬਣ ਜਾਂਦੀ ਹੈ ਬਾਬਾ ਜੀ 10 ਸਾਲ ਹੋ ਗਏ ਸਨ 10 ਸਾਲ ਪੁੱਤਰ ਨੇ ਪਿਓ ਨੂੰ ਨਹੀਂ ਸੀ ਬੁਲਾਇਆ ਕਿੰਨੇ ਸਾਲ 10 ਸਾਲ ਵਜ੍ਹਾ ਕੀ ਹੈ ਜੀ ਅੱਬਾ ਮੇਰੀ ਬੁੱਢੀ ਨੂੰ ਚੰਗਾ ਨਹੀਂ ਸਮਝਦਾ ਇਹ ਜੇ ਅਸੇ ਵੀ ਪੁੱਤਰ ਲਾਈ ਲੱਗ ਪੁੱਤਰ ਹੋ ਸਕਦਾ ਮੇਰੀਆਂ ਮਾਵਾਂ ਭੈਣਾਂ ਥੱਲੇ ਗੁੱਸਾ ਕਰਦੀਆਂ ਹੁਣ ਮੈਂ ਮੌਲਵੀ ਸਾਹਿਬ ਸਾਡੇ ਖਿਲਾਫ਼ ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਦਾ ਮੈਂ ਕਹਿੰਦਾ ਘਰ ਤਬਾਹ ਨਾ ਕਰੋ ਘਰ ਬਰਬਾਦ ਨਾ ਕਰੋ ਬਾਬਾ ਜੀ ਇਹ ਬੀਵੀ ਚਾਹਵੇ ਨਾ ਘਰ ਵਾਲੀ ਚਾਹਵੇ ਅਤੇ ਘਰ ਨੂੰ ਜੰਨਤ ਬਣਾ ਸਕਦੀ ਆ ਅਤੇ ਜੇ ਇਹ ਚਾਹਵੇ ਤਾਂ ਘਰ ਨੂੰ ਜੰਨਤ ਵੀ ਬਣਾ ਸਕਦੀ ਆ ਅਗਰ ਬੀਵੀ ਵੇਖੋ ਸੱਕਾ ਭਰਾ ਹੈ ਨਾ ਸੱਕਾ ਭਰਾ ਭਰਾ ਨੂੰ ਨਹੀਂ ਬੁਲਾਉਂਦਾ ਪਿਆ ਉਹਨਾਂ ਦੀਆਂ ਦੋਵਾਂ ਦੀਆਂ ਬੁੱਢੀਆਂ ਨੇ ਉਹਨਾਂ ਦੇ ਵਿੱਚ ਸਲੂਕ ਆਖਣ ਤੁਸੀਂ ਕਿਉਂ ਨਹੀਂ ਬੁਲਾਉਂਦੇ ਚੱਲ ਤੇਰਾ ਭਰਾ ਹੈ ਵੱਡੇ ਛੋਟੇ ਨੂੰ ਆਖੇ ਚੱਲ ਤੇਰਾ ਵੱਡਾ ਭਰਾ ਹੈ ਬਾਬਾ ਜੀ ਵੇਖੋ ਨਾ ਜਿਹੜਾ ਕਿਸੇ ਦੀ ਨਾ ਮੰਨੇ ਉਹ ਬੁੱਢੀ ਦੀ ਮੰਨ ਜਾਂਦਾ ਕਿ ਨਹੀਂ ਮੰਨਦਾ ਬੰਦਾ ਬੁੱਢੀ ਦੀ ਮੰਨ ਜਾਂਦਾ ਬੜੇ ਬੜੇ ਚੌਧਰੀ ਮੈਂ ਵੇਖੇ ਨੇ ਬੁੱਢੀਆਂ ਦੀ ਮੰਨ ਜਾਂਦੇ ਬਾਬਾ ਨਹੀਂ ਵੇਖੋ ਨਾ ਬੇਗਮ ਬੁੱਢੀ ਜੋ ਚਾਹੇ ਛੋਟੇ ਨੂੰ ਆਖੇ ਤੇਰਾ ਵੱਡਾ ਭਰਾ ਚੱਲ ਜਾ ਕੇ ਮਾਫ਼ੀ ਮੰਗ
ਤੇ ਜੇ ਉਹ ਹੀ ਆਖੇ ਜੇ ਤੂੰ ਉਹਦੇ ਘਰ ਗਿਆ ਤੇ ਮੈਂ ਤੇਰੇ ਘਰ ਨਹੀਂ ਰਹਿਣਾ, ਮੈਂ ਤੇਰੇ ਵੱਲ ਨਹੀਂ ਰਹਿਣਾ, ਹੁਣ ਦੱਸ ਮਜਬੂਰ ਹੋ ਗਿਆ ਨਾ, ਉਹ ਕਿਵੇਂ ਆਵੇ ਬਾਬਾ? ਰੱਬੇ ਕਾਬਾ ਦੀ ਕਸਮ ਹੈ, ਇਹ ਭਰਾ ਏਡੇ ਸਖਤ ਦਿਲ ਨਹੀਂ ਜੋ ਹੁੰਦੇ, ਮੈਂ ਫਿਰ ਪਿਆਂਦਾ ਜੇ, ਮੈਂ ਲੱਖ ਵਾਰੀ ਆਖਾਂਗਾ, ਮੈਂ ਕਰੋੜ ਵਾਰੀ ਆਖਾਂਗਾ, ਭਰਾ ਏਡੇ ਸਖਤ ਦਿਲ ਨਹੀਂ ਜੋ ਹੁੰਦੇ। ਇਹਨਾਂ ਨੂੰ ਸਖਤ ਦਿਲ ਕੀਤਾ ਜਾਂਦਾ, ਇਹਨਾਂ ਨੂੰ ਸਖਤ ਦਿਲ ਬਣਾਇਆ ਜਾਂਦਾ। ਇਹ ਇਕੱਲਿਆਂ ਵੀ ਬੈਠੇ ਹੋਣ ਨਾ, ਇਹ ਡਾਲੋ ਵਾਲੀ ਅੱਡੇ 'ਤੇ ਕੋਈ ਬੈਠਾ ਹੋਵੇ ਨਾ, ਅਤੇ ਭਰਾ ਦੇ ਖਿਲਾਫ਼ ਕੋਈ ਗੱਲ ਕਰੇ ਨਾ, ਤੂੰ ਆਉਂਦਾ ਨਹੀਂ ਯਾਰ, ਜੇ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਤਾਂ ਇਹ ਮਕਸਦ ਨਹੀਂ ਕਿ ਤੁਸੀਂ ਮੇਰੇ ਭਰਾ ਦੇ ਖਿਲਾਫ਼ ਗੱਲਾਂ ਪੇ ਕਰੋ। ਬਾਬਾ ਇਹ ਬੁੱਢੀਆਂ ਘਰ ਤੋਰ ਛੱਡਦੀਆਂ ਨੇ, ਇਹ ਬੁੱਢੀਆਂ ਬੜੀਆਂ ਬੜੀਆਂ ਚੰਗੀਆਂ ਨੇ, ਬੜੀਆਂ ਬੜੀਆਂ ਨੇਕ ਨੇ, ਜਿਹੜੀਆਂ ਆ ਕੇ ਘਰ ਵਸਾਉਂਦੀਆਂ ਨੇ। ਇਹ ਤੁਸੀਂ ਪਿੰਡ ਥਾਂ 'ਤੇ ਰਹਿਣ ਵਾਲੇ ਹੋ, ਮੈਂ ਪਿੰਡ ਥਾਂ 'ਤੇ ਰਹਿਣ ਵਾਲਾ, ਮੈਂ ਤੁਹਾਨੂੰ ਕੀ ਅੱਗੇ ਗੱਲ ਕੀਤੀ? 20 ਸਾਲ 30 ਸਾਲ ਪਿੱਛੇ ਜਾਓ, ਇਹ 5 ਮਰਲੇ 'ਚ 2-2, 3-3 ਚਾਚੇ ਇਕੱਠੇ ਨਹੀਂ ਸਨ ਰਹਿੰਦੇ? ਬੋਲੋ ਤਾਂ ਸਹੀ ਯਾਰ, ਕਿ ਵੱਖਰੇ ਸਨ ਇਕੱਠੇ ਸਨ? ਕਿੰਨਾ ਦੀ ਵਜ੍ਹਾ ਤੋਂ? ਬੁੱਢੀਆਂ ਦੀ ਵਜ੍ਹਾ ਤੋਂ। ਉਦੋਂ ਉਹਨਾਂ ਵਿੱਚ ਇਹ ਰੋਲੇ ਕੋਈ ਨਹੀਂ ਸਨ, ਉਹਨੇ ਕੱਪੜੇ ਕਿੱਥੋਂ ਲਿਆਉਂਦੇ ਨੇ ਤੇ ਉਹਨੇ ਜੁੱਤੀਆਂ ਕਿੱਥੋਂ ਲਿਆਉਂਦੀਆਂ ਨੇ, ਜਿਹੜੇ ਜਿੱਥੋਂ ਕੱਪੜੇ ਉਹਨੇ ਲਏ ਨੇ ਉੱਥੋਂ ਕੱਪੜੇ ਮੈਂ ਲਏ ਨੇ। ਬੀਬੀ ਉਹ ਚੰਗੀ ਹੁੰਦੀ ਹੈ ਜਿਹੜਾ ਉਹਨਾਂ ਖਰਚਾ ਕਰੇ ਆਪਣੇ ਬੰਦੇ ਦੀ ਆਮਦਨੀ ਵੇਖ ਕੇ, ਮੇਰੇ ਖਾਵਨ ਦੀ ਆਮਦਨੀ ਕਿੰਨੀ, ਅਤੇ ਜੇ ਉਹ ਵਿਚਾਰੇ ਦੀ 20,000 ਤਨਖਾਹ ਹੋਵੇ ਅਤੇ 25,000 ਕਰਜ਼ਾ ਚੜਿਆ ਹੋਵੇ ਤਾਂ ਕੀ ਕਰਨਾ ਹੀ? ਨਾ ਬਾਬਾ, ਆਖਰੀ ਗੱਲ ਹੈ, ਅਲਲ ਐਲਾਨ ਕਹਿ ਰਿਹਾ, ਮੇਰੀਆਂ ਮਾਵਾਂ ਭੈਣਾਂ ਪੀਆਂ ਸੁਣਦੀਆਂ ਨੇ, ਆਪਣੇ ਖਾਵਨ ਨੂੰ ਇੱਜ਼ਤ ਦੇ, ਆਪਣੇ ਬੰਦੇ ਦੀ ਸਹੁਰੇ ਵਿੱਚ ਵੀ ਇੱਜ਼ਤ ਬਣਾ, ਉੱਥੇ ਜਾਣ। ਬਾਬਾ ਜੀ ਵੇਖੋ, ਇਹ ਔਰਤ ਦਾ ਕੰਮ ਬਣਦਾ, ਇਹ ਬੀਵੀ ਦਾ ਕੰਮ ਬਣਦਾ। ਬੰਦਾ ਉੱਥੇ ਗਿਆ ਆਪਣੇ ਸਹੁਰੇ, ਉਹਦੀ ਬੀਵੀ ਕਵੇ ਜੀ ਚਾਦਰ ਪਾਓ, ਜੀ ਮੰਜੀ 'ਤੇ ਚਾਦਰ ਪਾਓ, ਸਰਾਣਾ ਰੱਖੋ, ਅਤੇ ਜੇ ਉਹ ਆਖੇ ਆਪੇ ਬਹਿ ਜਾਂਦਾ ਮੌਤ ਪੈਣਾ, ਆਪੇ ਬਹਿ ਜਾਂਦਾ ਮਰ ਜਾਣਾ, ਆਪੇ ਬਹਿ ਜਾਂਦਾ, ਚਾਦਰ ਚੂਦਰ ਪਾਉਣ ਦੀ ਲੋੜ ਨਹੀਂ, ਏਡਾ ਵਾਇਆ ਵੇਖਿਆ। ਹੁਣ ਮੈਨੂੰ ਦੱਸ, ਉਸ ਤੋਂ ਬਾਅਦ ਸਾਲੀਆਂ ਦੀਆਂ ਸਾਲਿਆਂ ਉਹਦਾ ਅਦਬ ਕਰਨਾ? ਉਹਨਾਂ ਕਹਿਣਾ ਜੀ ਤੂੰ ਬੁੱਢੀ ਇਹਨੂੰ ਘਾਹ ਨਹੀਂ ਪਾਉਂਦੀ ਪਈ, ਜੀ ਤੂੰ ਬੁੱਢੀ ਇਹਦੀ ਇੱਜ਼ਤ ਨਹੀਂ ਬਣਾਉਂਦੀ। ਔਰਤ ਇੱਜ਼ਤ ਬਣਾਉਂਦੀ ਹੈ ਅਤੇ ਔਰਤ ਇੱਜ਼ਤ ਗਵਾਉਂਦੀ ਹੈ। ਜਿਹੜੀ ਔਰਤ ਇੱਜ਼ਤ ਬਣਾਵੇ ਉਹ ਫਰਮਾ ਬਰਦਾਰ ਹੈ, ਜਿਹੜੀ ਔਰਤ ਇੱਜ਼ਤ ਗਵਾਵੇ ਉਹ ਨਾ ਫਰਮਾਨ ਹੈ। ਮੇਰੇ ਨਬੀ ਨੇ ਫਰਮਾਇਆ, ਔਰਤ ਸਾਰੀ ਰਾਤ ਨਫਲ ਪੜ੍ਹੇ, ਸਾਰਾ ਦਿਨ ਰੋਜ਼ਾ ਰੱਖੇ, ਖਾਵਨ ਦੀ ਨਾ ਫਰਮਾਨ ਹੋਵੇ ਜੰਨਤ 'ਚ ਨਹੀਂ ਜਾ ਸਕਦੀ। ਕਿੱਧਰ ਲੈ ਕੇ ਜਾਣਾ ਹੈ, ਕਿੱਧਰ ਲੈ ਕੇ ਜਾਣੀ? ਆਪਣੇ ਬੱਚਿਆਂ ਦੀ ਤਰਬੀਅਤ ਕਰੋ ਕਿ ਇਹ ਤੁਹਾਡਾ ਬਾਪ ਹੈ, ਇਹਨੇ ਮਿਹਨਤ ਕੀਤੀ ਹੈ, ਇਹਨੇ ਮੁਸ਼ਕਲ, ਮਲਕ ਸਾਹਿਬ ਇਹ ਸਾਰੀ ਜ਼ਿੰਦਗੀ ਮਿਹਨਤ ਨਹੀਂ ਤੁਸੀਂ ਕੀਤੀ, ਘਰ ਬੈਠੇ ਰਹੇ ਹੋ, ਇਹ ਮੈਂ ਇੱਥੇ ਆਇਆ, ਤੁਸੀਂ ਜਾ ਰਹੇ ਹੋ, ਕੋਈ ਸੌਦੀਆ ਜਾ ਰਿਹਾ, ਕਿਹਦੇ ਵਾਸਤੇ ਅਸੀਂ ਕਰਨੇ? ਔਲਾਦ ਵਾਸਤੇ ਕਰਨੇ ਪਿਆ ਯਾਰ, ਜਿਸ ਪਿਓ ਨੇ ਸਾਰੀ ਜ਼ਿੰਦਗੀ ਨਾ ਲਾ ਛੱਡੀ ਉਹਦਾ ਅੱਜ ਕੋਈ ਅਜਰ ਨਹੀਂ, ਉਹਦਾ ਅੱਜ ਕੋਈ ਸਿਲਾ ਨਹੀਂ। ਤੈਨੂੰ ਤਾਂ ਚਾਹੀਦਾ ਸੀ ਆਪਣੇ ਅੱਬੇ ਨੂੰ ਚਿੱਟੇ ਕੱਪੜੇ ਪਾਉਣੇ, ਚਿੱਟਾ ਪਰਨਾ ਸਿਰ 'ਤੇ ਬੰਨਾ, ਆਖਣਾ ਅੱਬਾ ਜੀ ਮਲਕ ਸਾਹਿਬ ਹੁਣ ਜਵਾਨ ਹੋ ਗਏ ਨੇ, ਹੁਣ ਨਹੀਂ ਤੁਸੀਂ ਕੰਮ ਕਰਨਾ, ਹੁਣ ਤੁਸੀਂ ਨਮਾਜ਼ ਪੜ੍ਹੋ, ਅੱਲਾ ਅੱਲਾ ਕਰੋ ਅਤੇ ਯਾਸ਼ੀ ਕਰੋ, ਹੁਣ ਤੁਹਾਡੇ ਪੁੱਤਰ ਜਵਾਨ ਹੋ ਗਏ ਨੇ। ਅਤੇ ਮੈਂ ਅਜੇ ਵੀ ਬਾਬੇ 70-70 ਅਤੇ 50-50 ਸਾਲ ਦੇ ਸਾਈਕਲ 'ਤੇ ਮਜ਼ਦੂਰੀ ਕਰਦੇ ਵੇਖੇ ਨੇ, ਅਤੇ ਪੁੱਤਰ ਕਿਉਂ? ਬਾਬਾ ਉਦੋਂ ਮਜ਼ਦੂਰੀ ਕਰਦਾ ਜਦੋਂ ਪੁੱਤਰ ਛੱਡ ਕੇ ਟੁਰ ਜਾਣ, ਇਹ ਮੇਰੀ ਗੱਲ ਯਾਦ ਰੱਖੀ, ਜਦੋਂ ਔਲਾਦ ਛੱਡ ਕੇ ਟੁਰ ਜਾਏ ਤਾਂ ਬਾਪ ਫਿਰ ਮਿਸਤਰੀ ਬਣ ਜਾਂਦਾ, ਬਾਪ ਫਿਰ ਮਜ਼ਦੂਰ ਬਣ ਜਾਂਦਾ। ਅਤੇ ਬਾਬਾ ਜਿਨ੍ਹਾਂ ਦੀ ਔਲਾਦ ਨੇਕ ਹੋਵੇ, ਜਿਨ੍ਹਾਂ ਦੀ ਔਲਾਦ ਚੰਗੀ ਹੋਵੇ, ਹਜ਼ਰਤ ਇਮਾਮੇ ਹੁਸੈਨ ਲਜਪਾਲ ਨੇ ਕਰਬਲਾ ਵਿੱਚ ਦੱਸਿਆ, ਫਰਮਾਇਆ ਅਸੀਂ ਨਾਨੇ ਦਾ ਦੀਨ ਬਚਾਇਆ, ਅਸੀਂ ਨਾਨੇ ਦੀ ਸ਼ਰੀਅਤ ਬਚਾਈਏ, ਅਸੀਂ ਨਾਨੇ ਦਾ ਕੁਰਾਨ ਬਚਾਇਆ, ਜੇ ਹੁਸੈਨ ਕਰਬਲਾ ਨਾ ਜਾਂਦੇ ਤਾਂ ਬਾਬਾ ਕੋਈ ਵੀ ਅੱਜ ਅਜ਼ਾਨਾ ਨਾ ਦਿੰਦਾ, ਕੋਈ ਵੀ ਅੱਜ ਮੈਂਬਰਾਂ 'ਤੇ ਚੜ੍ਹ ਕੇ ਤਕਰੀਰਾਂ ਨਾ ਕਰਦਾ। ਮੈਂ ਨਾ ਲੱਖ ਸਲਾਮ ਹੈ, ਮੁਹਰਮ ਗੁਜ਼ਰਿਆ ਸਫ਼ਰ ਆਇਆ, ਲੱਖ ਸਲਾਮ ਹੈ।
ਉਸ ਹੁਸੈਨ ਇਬਨ ਅਲੀ ਨੂੰ, ਉਹਦੀ ਜਾਨ ਤੋਂ ਮੇਰੀ ਜਾਨ ਕੁਰਬਾਨ ਹੋਵੇ, ਉਹਨਾਂ ਦੇ ਖੂਨ ਤੋਂ ਮੇਰੀਆਂ ਨਸਲਾਂ ਕੁਰਬਾਨ ਹੋ ਜਾਣ, ਅਤੇ ਆਖਰੀ ਵਾਰੀ ਮਿਲ ਕੇ ਕਹਿਣਾ ਅਤੇ ਅੱਲਾਹ ਇਸ ਮਹਿਫਲ ਨੂੰ ਦਰਜੇ ਕਬੂਲੀਅਤ ਅਤਾ ਫਰਮਾਏਗਾ। ਹਲਲ ਐਲਾਨ ਅੱਜ ਸਾਰੇ ਮਲਕ ਅਵਾਨ ਬਰਾਦਰੀ ਵਿੱਚ ਬਹਿ ਕੇ ਸੁਲਤਾਨੀ ਹਾਲੇ ਨਬੀ ਉਲਾਦੇ ਅਲੀ ਦਾ ਚਰਚਾ ਅਤੇ ਜ਼ਿਕਰ ਕਰਕੇ ਦੋ ਮਿੰਟ ਵਿੱਚ ਤਕਰੀਰ ਛੱਡ ਕੇ ਤੁਰ ਚੱਲਾਂਗੇ। ਹਲਲ ਐਲਾਨ ਕਹਿ ਰਿਹਾ ਕੱਲ ਮੈਂ ਇੱਕ ਵਾਰੀ ਹੱਥ ਚੁੱਕਣਾ ਹੀ ਕਰਬਲਾ ਦੇ ਹੁਸੈਨ ਦੇ ਨਾਂ ਦੇ, ਕੋਈ ਮਲਕ ਨਾ ਬਣੇ, ਕੋਈ ਚੌਧਰੀ ਨਾ ਬਣੇ, ਕੋਈ ਮੌਲਵੀ ਨਾ ਬਣੇ, ਹੱਥ ਬੁਲੰਦ ਕਰਕੇ ਮਿਲ ਕੇ ਆਖਣਾ ਹੀ ਹਲ ਮੈਂ ਦੇ ਵਾਰਸਾਨਾ ਆਏ ਹਾਏ ਹਲ ਮੈਂ ਦੇ ਵਾਰਸਾਨਾ ਮਲਕ ਸਾਹਿਬ ਇਹਨਾਂ ਦਾ ਸਦਕਾ ਵਿਖਾਨੇ ਆ, ਆਲੇ ਨਬੀ ਤੇ ਸਹਾਬੇ ਨਬੀ ਦਾ ਸਦਕਾ ਵਿਖਾਨੇ ਆ। ਹਲ ਮੈਂ ਦੇ ਵਾਰਸਾਨਾ ਜਿਹਦਾ ਹੱਥ ਬੁਲੰਦ ਹੋਇਆ ਅੱਲਾ ਤੈਨੂੰ ਨਜਫ ਲੈ ਜਾਏ, ਅੱਲਾ ਤੈਨੂੰ ਕਰਬਲਾ ਲੈ ਜਾਏ। ਹਲ ਮੈਂ ਦੇ ਵਾਰਸਾਨਾ ਕਿਆ ਬਾਤ ਹੈ ਮਲਕ ਸਾਹਿਬ। ਹਲ ਮੈਂ ਦੇ ਵਾਰਸਾਨਾ ਸਾਡਾ ਸਲਾਮ ਹੋਵੇ। ਹਲ ਮੈਂ ਨਾਰਾਏ ਹੈਦਰੀ ਨਾਰਾਏ ਹੈਦਰੀ ਹੁਸੈਨੀਅਤ ਹੁਸੈਨੀਅਤ ਹੁਸੈਨੀਅਤ। ਹਲ ਮੈਂ ਦੇ ਵਾਰਸਾਨਾ ਸਾਡਾ ਸਲਾਮ ਹੋਵੇ। ਜੰਨਤ ਹੈ ਮਾਲਕਾਨਾ ਜੰਨਤ ਹੈ ਮਾਲਕਾਨਾ ਸਾਡਾ ਸਲਾਮ ਹੋਵੇ। ਜੰਨਤ ਹੈ ਮਾਲਕਾਨਾ ਹੁਸੈਨ ਕੱਲ ਵੀ ਜ਼ਿੰਦਾਬਾਦ, ਹੁਸੈਨ ਅੱਜ ਵੀ ਜ਼ਿੰਦਾਬਾਦ, ਯਜ਼ੀਦ ਕੱਲ ਵੀ ਮੁਰਦਾਬਾਦ। ਮਲਕ ਸਾਹਿਬ ਅੱਲਾ ਤੁਹਾਨੂੰ ਸਲਾਮਤ ਰੱਖੇ। ਯਜ਼ੀਦ ਕੱਲ ਵੀ ਮੁਰਦਾਬਾਦ, ਯਜ਼ੀਦ ਅੱਜ ਵੀ ਮੁਰਦਾਬਾਦ, ਅਲੀ ਕੱਲ ਵੀ ਆਲਾ ਹੈ, ਅਲੀ ਅੱਜ ਵੀ ਆਲਾ ਹੈ। ਜਿਹਨੇ ਪੁੱਤਰ ਅਲੀ ਅਕਬਰ ਵਾਰਿਆ ਹੈ, ਜਿਹਨੇ ਉਹਨਾਂ ਮੁਹੰਮਦ ਵਾਰਿਆ ਹੈ, ਜਿਹਨੇ ਅਲੀ ਅਸਗਰ ਵਾਰਿਆ ਹੈ, ਜਿਹਨੇ ਗਾਜ਼ੀ ਅਬਾਸ ਵਾਰਿਆ ਹੈ, ਅਤੇ ਇਹੋ ਹੀ ਪੈਗਾਮ ਦੇ ਗਏ ਨੇ। ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ। ਮਲਕ ਸਾਹਿਬ ਇਸ ਤੋਂ ਵੱਡਾ ਜ਼ਿਕਰ ਮੇਰੇ ਕੋਲ ਕੋਈ ਨਹੀਂ, ਇਸ ਤੋਂ ਵੱਡੀ ਸ਼ਾਨ ਮੇਰੇ ਕੋਲ ਕੋਈ ਨਹੀਂ। ਕਰਬਲਾ ਦੀ ਜ਼ਮੀਨ ਤੇ ਹੁਸੈਨ ਬੋਲੇ ਨੇ, ਕਰਬਲਾ ਦੀ ਜ਼ਮੀਨ ਤੇ ਅਲੀ ਅਕਬਰ ਬੋਲੇ ਨੇ। ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਨਾਨੇ ਦੀ ਆਨ ਰਹਿ ਜਾਏ, ਨਾਨੇ ਦੀ ਸ਼ਾਨ ਰਹਿ ਜਾਏ। ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ। ਮਲਕ ਸਾਹਿਬ ਆਲੇ ਨਬੀ ਨਾਲ ਪਿਆਰ ਕਰਨਾ ਤੇ ਫਿਰ ਸੁਣੀ। ਇਹੋ ਸ਼ਰਤ ਹੈ ਕਿ ਨਾਨੇ ਦਾ ਦੀਨ ਰਹਿ ਜਾਏ, ਨਾਨੇ ਦੀ ਆਨ ਰਹਿ ਜਾਏ, ਨਾਨੇ ਦੀ ਸ਼ਾਨ ਰਹਿ ਜਾਏ। ਲੁੱਟੀ ਜਾਏ ਭਵੇਂ ਚੌਂਕਾਂ ਹੁਸੈਨ ਦੀ ਅਜੇ, ਲੁੱਟੀ ਜਾਏ ਭਵੇਂ ਚੌਂਕਾਂ ਸਕੀਨਾ ਰੋਂਦੀ ਛੱਡ ਕੇ ਆ ਜਾਏ।
ਸੈਨਬ ਰੋਂਦੀ ਛੱਡ ਕੇ ਆ ਜੇ ਸ਼ਹਿਰਬਾਨੋ ਰੋਂਦੀ ਛੱਡ ਕੇ ਆ ਜੇ ਫਰਮਾਇਆ ਨੀ ਸਕੀਨਾ ਮੈਨੂੰ ਨਾਨੇ ਦਾ ਦੀਨ ਤੇਰੇ ਤੋਂ ਪਿਆਰਾ ਲੱਗਦਾ ਹੈ ਨੀ ਸਕੀਨਾ ਮੈਨੂੰ ਨਾਨੇ ਦਾ ਕੁਰਾਨ ਤੇਰੇ ਤੋਂ ਅਜ਼ੀਮ ਹੈ ਬਾਬਾ ਜੀ ਜੁਮਲੇ ਸੁਣਿਆ ਹਮੇ ਲੁੱਟੀ ਜਾਏ ਸ਼ੌਕ ਹੁਸੈਨ ਦੀ ਅੱਜ ਤੇਰੇ ਨਾਨੇ ਦਾ ਜ਼ਿੰਦਾ ਇਸਲਾਮ ਰਹਿ ਜਾਏ ਅਲੀ ਕਾ ਘਰ ਵੀ ਕਿਆ ਘਰ ਹੈ ਆਏ ਹਾਏ ਹਾਏ ਮਲਕ ਸਾਹਿਬ ਜੀ ਦਾ ਹੱਥ ਬੁਲਾਉਂਦੇ ਅੱਲਾਹ ਤੈਨੂੰ ਮਦੀਨੇ ਦੀ ਜ਼ਿਆਰਤ ਨਸੀਬ ਫਰਮਾਏ ਅਲੀ ਕਾ ਘਰ ਵੀ ਕਿਆ ਘਰ ਹੈ ਜਿਸ ਘਰ ਕਾ ਬੱਚਾ ਬੱਚਾ ਆਏ ਹਾਏ ਹਾਏ ਅਲੀ ਕਾ ਘਰ ਵੀ ਕਿਆ ਘਰ ਉਹ ਵੇਖੋ ਚਿੱਟੀ ਦਾੜੀ ਵਾਲਾ ਬਾਬਾ ਹੱਥ ਬੁਲੰਦ ਕਰਕੇ ਕਹਿ ਰਿਹਾ ਹੈ ਸੁਲਤਾਨੀ ਸਾਹਿਬ ਹੱਕ ਵੀ ਹੁਸੈਨ ਸੱਚ ਵੀ ਹੁਸੈਨ ਅਲੀ ਕਾ ਘਰ ਵੀ ਕਿਆ ਘਰ ਹੈ ਮਲਕ ਸਾਹਿਬ ਅਲੀ ਕਾ ਘਰ ਵੀ ਕਿਆ ਘਰ ਹੈ ਜਿਸ ਘਰ ਕਾ ਬੱਚਾ ਬੱਚਾ ਹਰੇ ਜਿਸੇ ਦੇਖੋ ਵਹੀ ਸ਼ੇਰੇ ਖੁਦਾ ਮਾਲੂਮ ਹੋਤਾ ਇਸ ਆਲ ਦਾ ਸਦਕਾ ਇਹਨਾਂ ਪੰਜਾਂ ਦੇ ਬਾਰਾਂ ਦੇ ਚੌਵਾਂ ਦਾ ਸਦਕਾ ਅੱਲਾ ਸਾਡੀ ਬਖਸ਼ਿਸ਼ ਫਰਮਾਈ ਅੱਲਾ ਜਿਨ੍ਹਾਂ ਵਾਸਤੇ ਸਾਰਾ ਪ੍ਰੋਗਰਾਮ ਸਜਾਇਆ ਗਿਆ ਅੱਲਾ ਉਹਨਾਂ ਮਰਹੂਮ ਦੀ ਕਾਮਿਲ ਬਖਸ਼ਿਸ਼ ਉਹ ਮਗਫਰਤ ਫਰਮਾਏ ਅਤੇ ਸਾਰੀ ਤਕਰੀਰ ਦਾ ਨਿਚੋੜ ਅਤੇ ਖੁਲਾਸਾ ਮੈਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਕੋਈ ਔਖੀ ਤਕਰੀਰ ਤਾਂ ਨਹੀਂ ਕੀਤੀ ਜੀ ਬਿਲਕੁਲ ਸਾਦੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਜੇ ਕਿ ਘਰਾਂ ਨੂੰ ਵਸਾਓ ਯਾਰ ਉਜਾੜੋ ਨਾ ਭੈਣਾਂ ਭਰਾਵਾਂ ਨਾਲ ਬੋਲ ਚਾਲਣ ਰੱਖੋ ਭੈਣਾਂ ਭਰਾਵਾਂ ਨਾਲ ਪਿਆਰ ਸਲੂਕ ਨਾਲ ਰਵੋ ਅੱਲਾ ਤੁਹਾਡੀ ਕੰਡ ਨਹੀਂ ਲੱਗਣ ਦੇਵੇਗਾ ਮਲਕ ਸਾਹਿਬ ਅੱਲਾ ਤੁਹਾਡੇ ਨਾਲ ਹੈ ਮਦੀਨੇ ਵਾਲਾ ਤੁਹਾਡੇ ਨਾਲ ਹੈ ਪਰ ਇਹ ਵੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਤੋਂ ਛੋਟਾ ਨਹੀਂ ਸਮਝਣਾ ਕਿਸੇ ਰਿਸ਼ਤੇਦਾਰ ਨੂੰ ਆਪਣੇ ਤੋਂ ਥੱਲੇ ਨਹੀਂ ਸਮਝਣਾ ਕਿ ਮੈਂ ਗੱਡੀ ਜਾਂ ਅਤੇ ਚਾਚਾ ਮੋਟਰਸਾਈਕਲ ਦੇ ਵਿੱਚ ਚੱਲਿਆ ਹੋ ਸਕਦਾ ਉਸੇ ਚਾਚੇ ਦੀ ਦੁਆ ਤੁਹਾਨੂੰ ਲੱਗੀ ਆ ਹੈ ਹੋ ਸਕਦਾ ਉਹ ਜਿਹੜਾ ਚਾਚਾ ਪਿਆ ਜਾਂਦਾ ਮੋਟਰਸਾਈਕਲ ਅਤੇ ਸਾਈਕਲ 'ਤੇ ਉਹਨੂੰ ਤਾਂ ਇੰਝ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਤੂੰ ਤਾਂ ਦਿਨ ਆਉਂਦਾ ਨਾ ਮਿੰਟ ਵੀ ਨਹੀਂ ਲੱਗਦੇ ਇੰਝ ਪਾਸੇ ਪਲਟ ਛੱਡਦਾ ਯੱਲਾ ਪੜ੍ਹਨੇ ਦਾ ਤੂੰ ਮਾਣ ਨਾ ਕਰੀ ਅਤੇ ਨਾ ਕੀ ਮੈਂ ਪੜ੍ਹਿਆ ਹੈਂ ਮੈਂ ਕਿਹਾ ਮੈਂ ਬਹੁਤ ਵੱਡਾ ਮੌਲਵੀ ਹਾਂ ਜੀ ਮੈਂ ਬਹੁਤ ਵੱਡਾ ਖਤੀਬ ਹਾਂ ਨਾ 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 ਮੀਆਂ ਸਾਹਿਬ ਲਿਖ ਗਏ ਨੇ ਨਿਚੋੜ ਕੱਢ ਗਏ ਨੇ ਮਲਕ ਸਾਹਿਬ ਮੀਆਂ ਸਾਹਿਬ ਆਉਂਦੇ ਨੇ ਪੜ੍ਹਨੇ ਦਾ ਤੂੰ ਮਾਣ ਨਾ ਕਰੀ ਅਤੇ ਨਾ ਆਖੀ ਮੈਂ ਪੜ੍ਹਿਆ ਉਹ ਜੱਬਾਰ ਕਹਾਰ ਕਹਾਵੇ ਰੋੜ ਦਿੰਦਾ ਹੀ ਦੁੱਧ ਕੜਿਆ ਜਾਗ ਲੱਗੀ ਵੀ ਹੋਵੇ ਤਾਂ ਅਗਲੇ ਬਾਬਾ ਜੀ ਪਿੱਛੇ ਸੁੱਟ ਛੱਡਦੇ ਨੇ ਬੰਦੇ ਆਉਂਦੇ ਨੇ ਜੀ ਕੋਈ ਗੱਲ ਨਹੀਂ ਪੁੱਤਰ ਬਾਹਰ ਨੇ ਅਤੇ ਦਿਨ ਨਹੀਂ ਲੱਗਦੇ ਪੁੱਤਰ ਘਰ ਵੀ ਆ ਜਾਂਦੇ ਜੀ ਐਸੇ ਮੈਂ ਵੇਖੇ ਨੇ ਜਦੋਂ ਅੱਲਾ ਰੰਗ ਲਾਉਂਦਾ ਉਹਨਾਂ ਵਿੱਚ ਆਕੜ ਆ ਜਾਂਦੀ ਹੈ ਗਰੂਰ ਆ ਜਾਂਦਾ ਤਕੱਬਰ ਆ ਜਾਂਦਾ ਅਸੀਂ ਮਲਕ ਹੁੰਦੇ ਹਾਂ ਜੀ ਮੈਂ ਕਿਹਾ ਅੱਲਾ ਕੋਲੋਂ ਡਰ ਅੱਲਾ ਦੇ ਖੌਫ ਕੋਲੋਂ ਡਰ ਹੈ ਜੀ ਛਾਤੀ ਕਰਕੇ ਨਾ ਟੋਰ ਤੇਰੀ ਆਕੜ ਰੱਬ ਨੂੰ ਨਹੀਂ ਪਸੰਦ ਐ ਤੇਰੀ ਔਲਾਦ ਦੇ ਅੱਗੇ ਆਵੇਗੀ ਆਜ ਜੀ ਬਾਬਾ ਜੀ ਇਹ ਜਿਹੜੇ ਬੂਟੇ ਨੂੰ ਜ਼ਿਆਦਾ ਫਲ ਲੱਗਾ ਹੋਵੇ ਉਹ ਝੁਕਿਆ ਹੁੰਦਾ ਕਿ ਆਕੜਿਆ ਹੁੰਦਾ ਮਲਕ ਸਾਹਿਬ ਅਜੇ ਵੇਖਿਓ ਜਾ ਕੇ ਮਰੂਦ ਲੱਗੇ ਨੇ ਦੂਸਰਾ ਫਲ ਲੱਗਾ ਉਹ ਝੁਕ ਜਾਂਦਾ ਅਤੇ ਮੌਲਾਨਾ ਰੂਹ ਫਰਮਾਉਂਦੇ ਨੇ ਐਂ ਜੀ ਅੱਲਾ ਤੁਹਾਨੂੰ ਰੰਗ ਲਾਵੇ ਤਾਂ ਤੁਸੀਂ ਵੀ ਝੁਕ ਜਾਓ ਅੱਲਾ ਦੇ ਸਾਹਮਣੇ ਝੁਕ ਜਾਓ ਨੀਵੇਂ ਹੋ ਜਾਓ ਥੱਲੇ ਹੋ ਜਾਓ ਅੱਲਾ ਤੁਹਾਨੂੰ ਹੋਰ ਬੁਲੰਦੀਆਂ ਅਤਾ ਫਰਮਾਏਗਾ ਜੋ ਮੈਂ ਬਿਆਨ ਕੀਤਾ ਜੋ ਤੁਸੀਂ ਸੁਣਿਆ ਅੱਲਾ ਪਾਕ ਇਸ 'ਤੇ ਅਮਲ ਦੀ ਤੌਫੀਕ ਅਤਾ ਫਰਮਾਏ ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ ਲੈ ਓ ਯਾਰ ਹਵਾਲੇ ਰੱਬ ਦੇ ਅਤੇ ਮੇਲੇ 'ਚ ਜੀ 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 ਜੀ
ਠੀਕ ਹੈ ਜੀ 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 ਠੀਕ ਹੈ ਮਾਸ਼ਾ ਅੱਲਾ ਜੀ ਜੀ ਅੱਛਾ ਜੀ ਜੀ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਤੁਹਾਡੇ ਵਾਲਦ ਸਾਹਿਬ ਦੀ ਅੱਲਾ ਬਖਸ਼ਿਸ਼ ਫਰਮਾਏ ਵੇਖੋ ਗੱਲ ਆਵੇ ਇਹ ਸਹੀ ਮੁਸਲਿਮ ਦੀ ਹਦੀਸ ਮੁਬਾਰਕ ਆ ਜੇ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਕਿਸੇ ਮੁਫਤੀ ਵੱਡੇ ਨੂੰ ਪੁੱਛ ਲਓ ਕਿਸੇ ਮੁਹੱਦਿਸ ਨੂੰ ਕਿਸੇ ਨੂੰ ਵੀ ਪੁੱਛ ਲਿਓ ਕਿਸੇ ਆਲਿਮ ਨੂੰ ਕਿ ਨਬੀ ਪਾਕ ਦਾ ਇਹ ਫਰਮਾਨ ਵੀ ਜਿਵੇਂ ਇਹਨਾਂ ਦੇ ਵਾਲਦ ਸਾਹਿਬ ਜਾਣ ਦਿੱਤੀ ਹੈ ਨਾ ਇਹ ਮੁਸਲਿਮ ਸ਼ਰੀਫ ਦੀ ਹਦੀਸ ਮੁਬਾਰਕ ਹੈ ਕਿ ਨਬੀ ਪਾਕ ਨੇ ਫਰਮਾਇਆ ਅਗਰ ਕੋਈ ਚੋਰ ਕਿਸੇ ਦਾ ਮਾਲ ਖੋਹਦਾ ਹੋਵੇ ਅਤੇ ਅੱਗੋਂ ਉਹ ਬੰਦਾ ਉਹਦੇ ਨਾਲ ਮਜ਼ਾਮਤ ਕਰੇ ਮਾਲ ਉਹਨੂੰ ਨਾ ਦੇਵੇ ਉਹਦੇ ਨਾਲ ਮਜ਼ਾਮਤ ਕਰੇ ਮਜ਼ਾਮਤ ਕਰਦਿਆਂ ਅਗਰ ਉਹ ਬੰਦਾ ਕਤਲ ਹੋ ਜਾਏ ਜਿਹਦਾ ਮਾਲ ਹੈ ਅਤੇ ਜ਼ਹਰਾ ਦੇ ਬਾਬੇ ਨੇ ਫਰਮਾਇਆ ਉਹ ਸ਼ਹੀਦ ਹੈ ਮੇਰੇ ਮੋਬਾਈਲ ਵਿੱਚ ਹਦੀਸ ਮੌਜੂਦ ਹੈ ਕਿਸੇ ਨੂੰ ਇਤਰਾਜ਼ ਹੋਵੇ ਤਾਂ ਮੈਂ ਥੱਲੇ ਬੈਠਕ 'ਚ ਬਹਿ ਜਾਵਾਂਗਾ ਮੈਂ ਤੁਹਾਨੂੰ ਵਿਖਾ ਦਿਆਂਗਾ ਕਿਸੇ ਬੰਦੇ ਨੂੰ ਪੁੱਛ ਲਈ ਮਜ਼ਾਮਤ ਕਰਦਿਆਂ ਅਗਰ ਬੰਦੇ ਨੂੰ ਗੋਲੀ ਲੱਗ ਗਈ ਹੈ ਹਜ਼ੂਰ ਦੇ ਹਦੀਸ ਦਾ ਮਫਹੂਮ ਹੈ ਉਹ ਬੰਦਾ ਸ਼ਹੀਦ ਹੋਵੇਗਾ ਸਾਹਬਾ ਨੇ ਅਰਜ਼ ਕੀਤੀ ਯਾ ਰਸੂਲ ਅੱਲਾ ਜੇ ਉਹ ਬੰਦਾ ਅਗਲੇ ਨੂੰ ਮਾਰ ਛੱਡੇ ਜਿਹੜਾ ਚੋਰੀ ਕਰਨ ਆਇਆ ਅਤੇ ਫਿਰ ਉਹਦੇ 'ਤੇ ਕੀ ਹੱਦ ਲੱਗੇਗੀ ਨਬੀ ਪਾਕ ਨੇ ਫਰਮਾਇਆ ਅਗਰ ਉਹ ਅਗਲੇ ਨੂੰ ਮਾਰ ਛੱਡੇ ਚੋਰ ਨੂੰ ਡਕੇਟ ਨੂੰ ਅਤੇ ਜਿਹੜਾ ਚੋਰ ਹੈ ਉਹ ਵਾਸਲੇ ਜਹੰਨਮ ਹੈ ਉਹ ਜਹੰਨਮੀ ਹੈ ਕਿਉਂ ਉਹ ਕਬੀਰਾ ਗੁਨਾਹ ਪਿਆ ਕਰਦਾ ਕਿਸੇ ਦਾ ਮਾਲ ਲੁੱਟਣਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ ਬਾਬਾ ਜੀ ਜਿਹੜੇ ਇੱਜ਼ਤਦਾਰ ਹੁੰਦੇ ਨੇ ਨਾ ਉਹ ਜਿਵੇਂ ਆ ਕਹਿਣ ਡੇ ਨੇ ਉਹ ਫਿਰ ਇੱਜ਼ਤ ਇੱਜ਼ਤ ਨਹੀਂ ਨਾ ਇੱਜ਼ਤ ਹਰ ਚੀਜ਼ ਕੁਰਬਾਨ ਕਰ ਛੱਡਦੇ ਨੇ ਅਤੇ ਮਰਦ ਹੁੰਦਾ ਹੀ ਹੋਵੇ ਜਿਹੜਾ ਇੱਜ਼ਤ ਨਾ ਦੇਵੇ ਜਾਨ ਦੇ ਛੱਡੇ ਇੱਜ਼ਤ ਕੁਰਬਾਨ ਨਹੀਂ ਕਰੀਦੀ ਇੱਜ਼ਤ ਬੜੀ ਚੀਜ਼ ਹੁੰਦੀ ਹੈ ਧੀਆਂ ਵੀ ਇੱਜ਼ਤ ਹੁੰਦੀਆਂ ਨੇ ਬੀਵੀ ਵੀ ਇੱਜ਼ਤ ਹੁੰਦੀ ਹੈ ਭੈਣਾਂ ਵੀ ਇੱਜ਼ਤ ਹੁੰਦੀਆਂ ਨੇ ਅਤੇ ਸਿਰਫ ਆਪਣੀਆਂ ਨਹੀਂ ਬੇਗਾਨਿਆਂ ਦੀਆਂ ਵੀ ਇੱਜ਼ਤ ਹੁੰਦੀਆਂ ਨੇ ਵੀ ਆਪਣੀ ਭੈਣ ਨੂੰ ਭੈਣ ਸਮਝਿਆ ਅਤੇ ਬੇਗਾਨੀ ਨੂੰ ਨਾ ਇਸ ਵਾਸਤੇ ਅੱਲਾ ਤੋਂ ਇਸ ਦਾ ਅਜਰ ਅਤਾ ਫਰਮਾਏਗਾ ਜੀ ਤੁਹਾਡੇ ਵਾਲਦ ਸਾਹਿਬ ਇਹ ਹਦੀਸ ਮੈਂ ਪੇਸ਼ ਕੀਤੀ ਅਗਰ ਜਿਵੇਂ ਤੁਸੀਂ ਗੱਲ ਸੁਣਾਈ ਮੈਨੂੰ ਤਾਂ ਨਹੀਂ ਪਤਾ ਜਿਵੇਂ ਉਹ ਸੁਣਾ ਰਹੇ ਨੇ ਮੈਂ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਅੱਲਾ ਪਾਕ ਜਿਹੜੇ ਤੁਹਾਡੇ ਭਾਈ ਦੁਨੀਆ ਤੋਂ ਗਏ ਨੇ ਅੱਲਾ ਉਹਨਾਂ ਦੀ ਵੀ ਬਖਸ਼ਿਸ਼ ਫਰਮਾਏ ਅੱਲਾ ਤੁਹਾਡੇ ਵਾਲਦ ਸਾਹਿਬ ਦੀ ਬਖਸ਼ਿਸ਼ ਫਰਮਾਏ ਬਾਬਾ ਜੀ ਰੂਮੀਏ ਕਸ਼ਮੀਰ ਬੜੀ ਵੱਡੀ ਗੱਲ ਕਰ ਗਏ ਮੈਂ ਸਿਰਫ ਇਹਨਾਂ ਦੇ ਮੌਜੂ 'ਤੇ ਇਹ ਇੱਕ ਮੀਆਂ ਸਾਹਿਬ ਦਾ ਸ਼ੇਰ ਪੜਨਾ ਅਤੇ ਤਕਰੀਰ ਮੇਰੀ ਮੁੱਕ ਗਈ ਸੀ ਸਿਰਫ ਆਪ ਨੇ ਇਹ ਗੱਲ ਕੀਤੀ ਅਤੇ ਮੈਂ ਉਹ ਤੁਹਾਨੂੰ ਸੁਣਾ ਦੇਣਾ ਰੂਮੀਏ ਕਸ਼ਮੀਰ ਬੜੀ ਵੱਡੀ ਗੱਲ ਕਰ ਗਏ ਨੇ ਬਾਬਾ ਵੇਖੋ ਭਰਾ ਨੂੰ ਗੋਲੀ ਲੱਗੀ ਅਤੇ ਭਰਾ ਨੇ ਦੂਸਰੇ ਨੂੰ ਕੀ ਆਖਿਆ ਰੁਕ ਜਾ ਵੀ ਕਿਤੇ ਇਹਨੂੰ ਵੀ ਨਾ ਲੱਗ ਜਾਏ ਹੈਂ ਅਹਿਸਾਸ ਹਮਦਰਦੀ ਮੁਹੱਬਤ ਪਿਆਰ ਇਹ ਹੀ ਕੰਮ ਹੋਣਾ ਜੇ ਪੈਸਾ ਤੇ ਆਉਣ ਜਾਣ ਦੀ ਚੀਜ਼ ਹੈ ਅੱਜ ਮੇਰੇ ਕੋਲ ਕੱਲ੍ਹ ਤੇਰੇ ਕੋਲ ਪਰਸੋਂ ਕਿਸੇ ਗੱਲ ਅਤੇ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਨੇ ਕਲਮ ਉਠਾਈਏ ਮੀਆਂ ਸਾਹਿਬ ਆਉਂਦੇ ਨੇ ਵੀਰ ਵੀਰਾਂ ਦੇ ਹੋਏ ਤਰੇ ਹੇ ਵੀਰ ਵੀਰਾਂ ਦੇ ਸਾਰਾ ਪਿੰਡ ਬੈਠਾ ਹੀ ਹੇ ਵੀਰ ਵੀਰਾਂ ਦੇ ਹੇ ਵੀਰ ਵੀਰਾਂ ਦੇ ਹੇ ਦਰੇ ਦੀ ਹੋਂਦੇ ਹੇ ਵੀਰ ਵੀਰਾਂ ਦੀਆਂ ਭਾਵਾਂ ਮੁਹੰਮਦ ਹੇ ਮਾਮਾ ਠੰਡੀਆਂ
ਸਿਰਾਂ ਦੇ ਅੱਜ ਪੁੱਤਰ ਨੇ ਵੇਖਿਆ ਮੇਰੇ ਅੱਬੇ ਨੂੰ ਗੋਲੀ ਲੱਗ ਗਈ ਹੈ ਰੱਬੇ ਕਾਬਾ ਦੀ ਕਸਮ ਹੈ ਕਰਬਲਾ ਦੇ ਅੰਦਰ ਅਲੀ ਅਕਬਰ ਨੇ ਹੱਕ ਅਦਾ ਕੀਤਾ ਹੈ ਫਰਮਾਇਆ ਬਾਬਾ ਫਿਰ ਤੂੰ ਪਹਿਲਾਂ ਤੇਰਾ ਪੁੱਤਰ ਜਾਏਗਾ ਫਿਰ ਤੂੰ ਪਹਿਲਾਂ 18 ਸਾਲ ਦਾ ਅਲੀ ਅਕਬਰ ਜਾਏਗਾ ਬਾਬਾ ਜਾਨੀ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਬਾਬਾ ਜੀ ਇਮਾਨਦਾਰੀ ਨਾ ਦੱਸਿਆ ਹੈ ਪਿਓ ਨੂੰ ਅੱਖਾਂ ਦੇ ਸਾਹਮਣੇ ਗੋਲੀ ਲੱਗ ਜਾਏ ਸਾਰੀ ਜ਼ਿੰਦਗੀ ਪੁੱਤਰ ਉਸ ਜਗ੍ਹਾ ਤੇ ਬਹਿ ਕੇ ਰੋਂਦੇ ਰਹਿੰਦੇ ਨੇ ਜਦੋਂ ਹੀ ਉਸ ਜਗ੍ਹਾ ਤੇ ਖਲੋਂਦੇ ਨੇ ਰੋਂਦੇ ਨੇ ਧੀਆਂ ਰੋਂਦੀਆਂ ਰਹਿ ਜਾਂਦੀਆਂ ਨੇ ਰੋ ਰੋ ਕੇ ਆਉਂਦੀਆਂ ਨੇ ਆ ਜਾ ਸ਼ਮੇ ਦਿਵਾਲੀਆ ਟੂਟੇ ਉਦਾਸ ਨੇ ਹਾਏ ਹਾਏ ਆ ਜਾ ਸ਼ਮੇ ਦਿਵਾਲੀਆ ਟੂਟੇ ਉਦਾਸ ਨੇ ਜਿਸ ਦਿਲ ਦਾ ਟੁਰ ਗਿਆ ਗਲੀਆਂ ਉਦਾਸ ਨੇ ਜਿਸ ਦਿਨ ਦਾ ਟੁਰ ਗਿਆ ਗਲੀਆਂ ਉਦਾਸ ਅੱਲਾ ਪਾਕ ਮੇਰਾ ਔਰ ਆਪ ਹਜ਼ਰਾਤ ਦਾ ਮਿਲ ਬੈਠਣਾ ਜ਼ਿਕਰ ਕਰਨਾ ਜ਼ਿਕਰ ਸੁਣਨਾ ਕਬੂਲ ਫਰਮਾਏ ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ ਆਮੀਨ ਵਮਾ ਅਲਈਆ ਇਲਲ ਬਲਾਗੁਲ ਮੁਬੀਨ